ਸ੍ਰੀ ਅਕਾਲ ਮੇਰੇ ਵੱਲੋਂ ਹਾਂਜੀ, ਥੈਂਕ ਯੂ ਜੀ ਬਹੁਤ ਬਹੁਤ ਜਿਹਨਾਂ ਨੇ ਆਹ ਪ੍ਰੋਗਰਾਮ ਸ਼ੁਰੂ ਕੀਤਾ ਜੀ। ਪਿੰਡ ਦੇਖ ਕੇ ਬਹੁਤ ਸੋਹਣਾ ਲੱਗਾ। ਹਾਂਜੀ, ਅਤੇ ਬਹੁਤ ਅਸੀਂ ਮੁਹੱਬਤ ਪਿਆਰ ਨਾਲ ਰਹਿ ਰਹੇ ਹਾਂ ਜੀ, ਸ਼ੁਰੂ ਤੋਂ ਬਹੁਤ ਚੰਗੀ ਤਰ੍ਹਾਂ ਰਹਿ ਰਹੇ ਹਾਂ। ਠੀਕ ਹੈ ਜੀ, ਬਹੁਤ ਧੰਨਵਾਦ। ਜਿਹੜਾ ਪ੍ਰਵੀਨ ਜੀ ਹੋਰਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਹੈਗਾ, ਅਤੇ ਗੁਰਦਾਵਰ ਜੀ ਵੀ ਬੈਠੇ ਹੈਗੇ ਪਿੱਛੇ, ਅਤੇ ਗੁਰਦਾਵਰ ਜੀ ਨੂੰ ਮਾਈਕ ਦਿਓ ਜੀ। ਗੁਰਦਾਵਰ ਜੀ ਨੂੰ ਵੀ ਪੁੱਛਾਂਗੇ ਕਿ ਗੁਰਦਾਵਰ ਹੈ ਕਿ ਸ਼ਾਇਦ ਮੈਂ ਨਾਂ ਤਾਂ ਨਹੀਂ ਸੌਦਾਗਰ ਸੋਰੀ ਸੌਦਾਗਰ ਸੌਦਾਗਰ ਜੀ ਸੌਦਾਗਰ ਜੀ ਸੋਰੀ ਸੌਦਾਗਰ ਜੀ ਕੀ ਕਹਿਣਾ ਚਾਹੁੰਦੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਖੜੇ ਹੋ ਜਾਓ ਸੌਦਾਗਰ ਜੀ। ਆਪਾਂ ਬੈਠੇ ਠੀਕ ਆ? ਨਹੀਂ, ਖੜੇ ਹੋ, ਜਵਾਨ ਹੋ। ਹਾਂਜੀ ਹਾਂਜੀ, ਇਹ ਮੇਰੀ ਮੰਮ ਦਾ ਪਿੰਡ ਆ, ਵਧੀਆ ਪਿੰਡ ਆ ਜੀ, ਕਾਫੀ ਦਫਾ ਗਏ ਆਪਾਂ ਉੱਥੇ। ਮੁਹੱਬਤ ਮਿਲਦੀ ਹੈਗੀ, ਕਿੰਨਾ ਪਿਆਰ ਮਿਲਦਾ ਹੈਗਾ? ਪਿਆਰ ਮਿਲਦਾ, ਪਤਾ ਛੋਟੇ ਹੁੰਦੇ ਜਾਂਦੇ ਆ ਜੀ। ਹੁਣ ਮੇਰੇ ਮਾਮੇ ਨੇ ਵੀ ਮਸਜਿਦ ਬਣਾਈ ਉੱਥੇ। ਹਾਂਜੀ, ਇੱਕ ਦਫਾ ਦੇਖੀ ਸੀ ਜਦੋਂ ਬਣਾਉਂਦਾ ਸੀਗਾ ਜੀ, ਉਦੋਂ ਤਾਂ ਮੈਂ ਗਿਆ ਨੀ, ਮੈਨੂੰ 2008 ਚ ਗਿਆ ਸੀ ਮੈਂ। ਅੱਛਾ, ਉਹ ਤੋਂ ਬਾਅਦ ਹਜੇ ਨੀ ਗਿਆ। ਸੇਵਾ ਸਿੰਘ ਜੀ, ਬੜੀ ਵੱਡੀ ਲਿਸਟ ਮੈਨੂੰ ਦਿਖਾਈ ਸੀ ਵੈਸੇ, ਕਿਉਂਕਿ ਪਿੰਡ ਹੀ ਬੜਾ ਵੱਡਾ ਹੈਗਾ ਤੇ ਪਿੰਡ ਦੇ ਵਿੱਚ ਕੰਮ ਵੀ ਬੜੇ ਹੋਏ ਆ। ਖਾਸ ਕਰਕੇ ਅਸੀਂ ਡਾਕੂਮੈਂਟਰੀ ਦੇ ਵਿੱਚ ਐਜੂਕੇਸ਼ਨ ਦੇ ਬਾਰੇ ਦੇਖ ਰਹੇ ਸੀ, ਖਾਸ ਕਰਕੇ ਵੋਮੈਨ ਕਾਲਜ ਜਿਹੜਾ ਹੈਗਾ, ਉਹਦੇ ਬਾਰੇ ਤੁਸੀਂ ਜਾਣਕਾਰੀ ਪਾਓ ਕਿ ਜਿਹੜਾ ਕਾਲਜ ਜਿਹੜਾ ਹੈਗਾ ਉਹਦੇ ਵਿੱਚ ਤੁਹਾਡੀ ਬੜੀ ਸੇਵਾ ਹੈਗੀ। ਸ਼ੁਰੂ ਤੋਂ ਤੁਸੀਂ ਜਦੋਂ ਫਾਊਂਡੇਸ਼ਨ ਰੱਖੀ ਗਈ ਤੇ ਉਦੋਂ ਤੋਂ ਤੁਸੀਂ ਉਹਦੇ ਨਾਲ ਸੀ, ਕੀ ਕਹਿਣਾ ਚਾਹੋਗੇ? ਸ੍ਰੀ ਵਾਹਿਗੁਰੂ ਜੀ ਕਾ ਖਾਲਸਾ। ਪਹਿਲੇ ਤਾਂ ਮੈਂ ਸਿੱਖ ਚੈਨਲ ਦਾ ਬਹੁਤ ਅੱਛਾ ਹੈ ਕਿ ਜਿਹੜਾ ਅੱਜ ਅਸੀਂ ਇੱਥੇ ਹਾਜ਼ਰ ਹੋਏ ਹਾਂ, ਲੇਕਿਨ ਮੈਂ ਕਧਾਲਾ ਪਿੰਡ ਬਹੁਤ ਅੱਛਾ ਹੈ, ਬੜਾ ਵੱਡਾ, ਪਰ ਮੇਰਾ ਪਿੰਡ ਕਲੋਏ ਆ। ਮੈਂ ਸੰਬੰਧਿਤ ਪਬਲਿਕ ਖਾਲਸਾ ਕਾਲਜ ਫਾਰ ਵੋਮੈਨ ਕਧਾਲਾ ਜੱਟਾਂ ਨਾਲ ਆ ਰਹੀ ਹਾਂ ਮੁੜ ਤੋਂ, ਅਤੇ ਉੱਥੇ 1992 ਦੇ ਵਿੱਚ ਮੈਨੂੰ ਮੇਰਾ ਬ੍ਰਦਰ ਸਰਪੰਚ ਸੀ ਗੁਰਮੇਲ ਸਿੰਘ ਪਟਿਆਲ, ਟੈਲੀਫੋਨ ਆਇਆ ਕਿ ਕਧਾਲਾ ਜੱਟਾਂ ਇੱਕ ਮਕਾਨ 'ਚ ਕਾਲਜ ਬਣਾਉਣ ਲੱਗੇ ਆ, ਆਪ ਕੀ ਹੈਲਪ ਕਰੋਗੇ? ਅਸੀਂ ਉਹਨਾਂ ਨੂੰ ਕਿਹਾ, ਕਿਹੜੇ ਸਾਲ ਦੀ ਗੱਲ ਹੈ? ਇਹ 1992 ਉਸ ਤੋਂ ਬਾਅਦ ਇਹ ਉਹਨਾਂ ਨੇ ਫਿਰ ਸਾਨੂੰ ਨਕਸ਼ਾ ਭੇਜਿਆ। ਅਸੀਂ ਉਹਨਾਂ ਨੂੰ ਕਿਹਾ ਕਿ ਆਹ ਜਿਹੜਾ, ਕਿਉਂਕਿ ਜੋ ਪਿੰਡ 'ਚੋਂ ਆਉਂਦੇ ਹਨ ਤਾਂ ਬਾਹਰ ਤਾਂ ਮੈਪ ਨਕਸ਼ਾ ਵੀ ਛੋਟਾ ਹੀ ਬਣਦਾ। ਅਸੀਂ ਉਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਸਾਨੂੰ ਇਜਾਜ਼ਤ ਦਿਓ, ਅਸੀਂ ਇਹ ਕਾਲਜ ਤੁਹਾਨੂੰ ਬਣਾ ਕੇ ਦੇ ਦਿੰਦੇ। ਠੀਕ ਹੈ। ਉਸ ਤੋਂ ਬਾਅਦ ਪਿੰਡ ਨੇ ਜ਼ਮੀਨ ਕਾਲਜ ਨੂੰ ਦੇ ਦਿੱਤੀ। ਸਾਨੂੂੰ ਉਹਨਾਂ ਨੇ ਫੋਨ ਕੀਤਾ, ਕਿੰਨੀ ਜ਼ਮੀਨ ਦੇ ਵਿੱਚ? 8 ਏਕੜ। 8 ਏਕੜ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ 5 ਲੱਖ ਦਾ ਡਰਾਫਟ ਭੇਜ ਰਹੇ ਹਾਂ, ਲੇਕਿਨ ਜਿੱਦਣ ਮੈਂ ਪਹਿਲੇ ਦਿਨ ਗਿਆ ਉੱਥੇ, ਜਾਂ ਮੇਰੇ ਨਾਲ ਜਿਹੜੀ ਗੱਲਬਾਤ ਚੱਲੀ ਆ, ਉਹ 5 ਆਦਮੀ ਸੀ, ਗੁਰਮੇਲ ਸਿੰਘ ਬੜਿਆਲ ਸਰਪੰਚ ਕਲੋਏ, ਅਵਤਾਰ ਸਿੰਘ ਬਡਾਲਾ, ਸਰਦਾਰ ਮੋਤਾ ਸਿੰਘ ਕਲੋਏ, ਨਿਰਮਲ ਸਿੰਘ, ਮਾਸਟਰ ਨਿਰਮਲ ਸਿੰਘ ਮਾਲੀ ਦੇਰੀਵਾਲ, ਸਰਦਾਰ ਮਹਿੰਗਾ ਸਿੰਘ ਬਾਪਕਦਰ, ਇਹ ਮੇਰੇ ਦੋਸਤ ਸੀ। ਇਹਨਾਂ ਨੇ ਸਾਡੇ ਨਾਲ ਗੱਲ ਸ਼ੁਰੂ ਕੀਤੀ, ਜਿੱਥੋਂ ਕਿ ਅਸੀਂ ਉਹਨਾਂ ਨਾਲ ਟੱਚ ਹੋਏ। ਖੈਰ, ਇਹਨਾਂ ਦੇ ਕਹਿਣ ਅਨੁਸਾਰ ਮੈਂ ਉੱਥੇ ਗਿਆ, ਉੱਥੇ ਮੈਂ ਪਹੁੰਚ ਗਿਆ, ਅਤੇ ਪਹੁੰਚਣ ਦੇ ਨਾਲ ਮੈਨੂੰ ਉੱਥੇ ਸਰਪੰਚ ਕਧਾਲਾ ਜੱਟਾਂ ਪਹਿਲੀ ਦਫਾ ਮਿਲਿਆ, ਅਵਤਾਰ ਸਿੰਘ, ਜਥੇਦਾਰ ਅਵਤਾਰ ਸਿੰਘ, ਮਾਸਟਰ ਨਿਰਮਲ ਸਿੰਘ, 3-4 ਆਦਮੀ ਇਹ ਉੱਥੇ ਮਿਲੇ ਆ। ਖੈਰ, ਉਸ ਵੇਲੇ ਕੋਈ ਅੱਛੇ ਹਾਲਾਤ ਨਹੀਂ ਸੀਗੇ, ਪੁਲਿਸ ਨੇ ਮੇਰੇ ਦੁਆਲੇ 30-40 ਪੁਲਿਸਮੈਨ ਆ ਗਏ ਵੀ ਅੱਛਾ, ਲੇਕਿਨ ਉਸ ਰਾਤ ਤੋਂ ਬਾਅਦ ਫਿਰ ਮੈਂ ਹੁਸ਼ਿਆਰਪੁਰ, ਮੈਨੂੰ ਉਹਨਾਂ ਨੇ ਠਹਿਰਾਇਆ। ਅੱਛਾ ਜੀ। ਪੁਲਿਸ ਮੇਰੀ ਸਿਸਟਰ ਦੀ ਕੋਠੀ ਸੀ। ਖੈਰ, ਜਿਹੜੀ ਚੀਜ਼ ਮੈਂ ਦੱਸਣੀ ਚਾਹੁੰਦਾ, ਜਦ ਮੈਂ ਦੂਸਰੇ ਦਿਨ ਉੱਥੇ ਗਿਆ, ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਆਦਮੀ ਸੀਗਾ, ਥੋੜੇ ਨਹੀਂ ਸੀ, 100 ਆਦਮੀ ਹਾਰ ਲੈ ਕੇ ਖੜਾ ਹੋ, ਬੜਾ ਵੱਡਾ ਬੈਂਡ ਵੱਜੇ। ਉਧਰ ਸੰਤ ਹਰਖੋ ਵਾਲੀਏ, ਇੱਕ ਦਸੂਏ ਤੋਂ ਸੰਤ ਆਇਓ ਸੀ, ਬੜਾ ਵੱਡਾ ਕੀਰਤਨ, ਯਾਨੀ ਮੈਂ ਲਾਈਫ 'ਚ ਉਹ ਪਹਿਲੀ ਦਫਾ, ਯਾਨੀ ਕਿ ਇੱਕਦਮ ਗੱਲ ਹੋਈ ਤੇ ਇੰਨੀ ਵੱਡੀ ਤਿਆਰੀ, ਹਜ਼ਾਰਾਂ ਦੇ ਹਿਸਾਬ ਨਾਲ ਆਦਮੀ ਸੀਗੇ। ਅਸੀਂ ਉੱਥੇ ਗਏ, ਮੱਥਾ ਟੇਕਿਆ। ਉਸ ਤੋਂ ਬਾਅਦ ਮੈਨੂੰ ਨਾ ਜੰਗਲ ਹੀ ਸੀਗਾ, ਰੋਡ ਜੀ ਬਣਾ ਕੇ ਉਹਨਾਂ ਨੇ ਨੀਂਹ ਪੱਥਰ ਰਖਾਇਆ, ਮੁੜ ਕੇ ਆਇਆ। ਵੈਸੇ ਮੈਂ ਬਹੁਤ ਖੁਸ਼ ਹੋਇਆ ਵੀ ਸਾਡੇ ਇਲਾਕੇ ਦੇ ਵਿੱਚ ਇਹ ਚੀਜ਼ ਬਣਨ ਲੱਗੀ ਆ,
ਜਿਹੜਾ ਸਾਡੀ ਫੈਮਿਲੀ ਨੇ ਕਿਹਾ ਕਿ ਅਸੀਂ ਕਾਲਜ ਬਣਾ ਦਿੰਦੇ ਹਾਂ ਤੇ ਅੱਛੀ ਚੀਜ਼ ਆ। ਮੱਥਾ ਟੇਕਣ ਤੋਂ ਬਾਅਦ ਫਿਰ ਮੈਨੂੰ ਟਾਈਮ ਦਿੱਤਾ ਬੋਲਣ ਵਾਸਤੇ, ਤੇ ਮੈਂ ਜੋ ਵੀ ਸ਼ਬਦ ਬੋਲਣੇ ਸੀ ਬੋਲ ਕੇ, ਤੇ ਮੈਂ ਉਹਨਾਂ ਨੂੰ ਇਹ ਜ਼ਰੂਰ ਕਿਹਾ ਕਿ ਇਸ ਕਾਲਜ ਦਾ ਮੈਂ ਨੀਂਹ ਤੋਂ ਬਨੇਰੇ ਤੱਕ ਆਪ ਦੇ ਨਾਲ ਰਹੂੰਗਾ। ਔਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ 5 ਲੱਖ ਦਾ ਡਰਾਫਟ ਦਿੱਤਾ। ਪਹਿਲੇ ਪਾਰਟ ਦੇ ਵਿੱਚ ਅਸੀਂ ਉਹ ਜਿਹੜਾ ਇਹਨਾਂ ਦੇ ਰੂਮ ਸੀ ਨਾ ਕਲਾਸ ਰੂਮ, ਉਹ ਸਾਰੇ ਬਣ ਗਏ। ਉਹਨਾਂ ਨੇ ਸਾਡੇ ਡੈਡੀ ਦੇ ਨਾਂ ਦੇ ਸਰਦਾਰ ਭਗਤ ਸਿੰਘ ਬਡਿਆਲ ਬਲੋਕ ਲਿਖ ਦਿੱਤਾ। ਉਸ ਤੋਂ ਅੱਗੇ ਇਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਹੁਣ ਚਾਹੀਦਾ ਪ੍ਰਿੰਸੀਪਲ ਦਾ ਹਾਲ, ਪ੍ਰਿੰਸੀਪਲ ਹਾਲ, ਸਟਾਫ ਦਾ ਹਾਲ। ਅਸੀਂ ਉਹ ਇਹਨਾਂ ਨੂੰ ਪੂਰਾ ਮੁਕੰਮਲ ਕਰ ਦਿੱਤਾ। ਫਿਰ ਅਸੀਂ ਪੁੱਛਿਆ, ਫਿਰ ਇਹਨਾਂ ਨੇ ਕਿਹਾ ਲਾਇਬ੍ਰੇਰੀ, ਸਰਦਾਰ ਨਿਰਮ ਸਿੰਘ ਹੁਣੀ ਦੇਖੀ ਹੋਣੀ, ਫਿਰ ਲਾਇਬ੍ਰੇਰੀ ਦੀ ਵਾਰੀ ਆਈ। ਅਸੀਂ ਫਿਰ ਲਾਇਬ੍ਰੇਰੀ ਬਣਾ ਕੇ ਇਹਨਾਂ ਨੂੰ ਦੇ ਦਿੱਤੀ। ਉਸ ਤੋਂ ਬਾਅਦ ਕੰਪਿਊਟਰ ਹਾਲ ਆਇਆ, ਸਰਦਾਰ ਨਿਰਮਲ ਸਿੰਘ ਕੰਪਿਊਟਰ ਦੇ ਕੇ ਵੀ ਆਇਆ। ਉਹ ਫਿਰ ਅਸੀਂ ਉਹ ਕੰਪਿਊਟਰ ਹਾਲ ਮੁਕੰਮਲ ਕਰ ਦਿੱਤਾ। ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਕੰਪਲੀਟ ਹੋਣ ਤੋਂ ਬਾਅਦ ਫਿਰ 5-6 ਮਹੀਨੇ ਬੜੀ ਖੁਸ਼ੀ ਹੋਈ, ਕਲਾਸਾਂ ਚੱਲ ਪਈਆਂ, ਪ੍ਰੋਫੈਸਰ ਪ੍ਰਿੰਸੀਪਲ ਸਭ ਕੁਛ ਆ ਗਿਆ। ਮੈਂ ਤਾਂ ਮੇਰੇ ਦੋ ਬ੍ਰਦਰ ਗੁਰਦੇਵ ਸਿੰਘ ਬਡਿਆਲ, ਸਵਰਨ ਸਿੰਘ ਬਡਿਆਲ, ਅਸੀਂ ਕਿਸੇ ਸ਼ਾਦੀ 'ਤੇ ਗਏ ਤਾਂ ਅਸੀਂ ਉੱਥੇ ਗਏ, ਬੜਾ ਇਕੱਠ ਹੋਇਆ ਸੀ, ਟੂਰਨਾਮੈਂਟ ਖੇਡਾਂ ਰੱਖੀਆਂ, ਇਨਾਮ ਵਗੈਰਾ ਹਨ। ਮੈਂ ਇਨਾਮ ਨਹੀਂ ਲੈਣਾ ਚਾਹੁੰਦਾ, ਕਿਸੇ ਸਰਦਾਰ ਨੇ ਜਿਹੜਾ ਬੜਾ ਅਸੈਂਬਲੀ ਹਾਲ ਆ, ਪ੍ਰਿੰਸੀਪਲ ਹਾਲ ਦੇ ਅਤੇ ਬੜੇ ਹਾਲ ਦੇ ਵਿਚਾਲੇ ਇੱਕ ਡੇਢੀ ਆ, ਇੱਕ ਲੈਫਟ ਹੈਂਡ ਬਰਾਮਦਾ ਆ, ਇਹ ਕਿਸੇ ਨੇ ਨਾ ਸ਼ੁਰੂ ਕਰਨ ਲੱਗੇ ਨੇ, ਕੋਈ ਉਹਨੂੰ ਪ੍ਰੋਬਲਮ ਆ ਗਈ, ਹਟ ਗਿਆ। ਅਤੇ ਮੈਂ ਅਤੇ ਮੇਰੇ ਛੋਟੇ ਭਾਈ ਨੇ ਮੈਂ ਕਿਹਾ ਵੀ ਅਸੀਂ ਤੁਹਾਨੂੰ ਇਹ ਕੰਪਲੀਟ ਕਰ ਦਿੰਦੇ ਉਹ ਹਾਲ। ਉਹ 'ਚ ਸਾਡੇ 3-3 ਸਾਲ ਲੱਗ ਗਏ, 5-6 ਹਜ਼ਾਰ ਸਕੁਅਰ ਫੁੱਟ ਹੋਰ ਐਨ ਆਰ ਆਈ ਨੇ ਦਿੱਤਾ ਜੀ। ਇੱਕ ਰਜਿੰਦਰ ਸਿੰਘ ਚੌਹਾਨ ਆ, ਮੈਨੂੰ ਅਜੇ ਤੱਕ ਪਤਾ, ਉਹਨਾਂ ਨੇ ਇੱਕ ਸਾਈਡ 'ਤੇ ਬਣਾਇਆ, ਇੱਕ ਕਿਸੇ ਨੇ ਨਾ ਹੋਰ ਨਾਂ ਬਾਬਾ ਜੀ ਦਾ ਲਿਖਾਇਆ, ਉਹਨਾਂ ਨੇ ਬਣਾਇਆ। ਇਹ ਸਾਰਾ ਜਿਹੜਾ ਅਸੀਂ ਬਣਾਇਆ ਇਹਦੇ 'ਚ ਕਾਲਜ ਸਾਰਾ ਉਹ ਪਰਲੀ ਸਾਈਡ 'ਤੇ ਬੱਚ ਇਹ ਕੰਪਲੀਟ ਹੋ ਕੇ ਚੱਲਣ ਲੱਗ ਪਿਆ ਜੀ ਜੀ। ਉਸ ਤੋਂ ਅੱਗੇ ਫਿਰ ਅਸੀਂ ਗਏ ਕੁਦਰਤੀ, ਇਹ ਕਦੋਂ ਹੋ ਗਿਆ 1900 ਦੇਖੋ 1992 ਤੋਂ 1995 ਤੱਕ ਪਹਿਲਾ ਹਾਲ ਬਣਿਆ ਜਿੱਥੇ ਸਰਦਾਰ ਭਗਤ ਸਿੰਘ ਜਾਂ ਉਹ ਪ੍ਰਿੰਸੀਪਲ ਦਾ ਹਾਲ ਇਹ ਬਣਿਆ ਜੀ ਜੀ। ਜਿਵੇਂ ਪਹਿਲਾਂ ਤੁਸੀਂ ਦੱਸਿਆ, ਪਹਿਲਾਂ ਦੱਸਿਆ 95 ਤੋਂ 98 ਤਾਂ ਉਹ ਜਿਹੜਾ ਬੜਾ ਹਾਲ ਆ ਗਵਲਾ ਬਰਾਮਦਾ 3 ਸਾਲਾਂ 'ਚ ਇਹ ਕੰਪਲੀਟ ਹੋਇਆ। ਅੱਛਾ, 1998 ਦੇ ਵਿੱਚ ਬੜੀ ਖੁਸ਼ੀ ਸੀ, ਮੈਂ ਹਰ ਸਾਲ ਜਾਂਦਾ ਜੀ, ਕਿਉਂਕਿ ਮੈਂ ਇਹ ਨਹੀਂ ਗਾ ਕਿ ਮੈਂ ਕਾਲਜ ਲਈ, ਮੈਂ ਉਹ ਸਾਰੇ ਕਾਲਜ ਦਾ ਉਹਨਾਂ ਨੇ ਮੈਨੂੰ ਫਾਊਂਡਰ ਵੀ ਲਿਆਇਆ ਤਾਂ ਉਹਨਾਂ ਨੇ ਮੈਨੂੰ ਚੇਅਰਮੈਨ ਵੀ ਲਿਆਇਆ। ਅੱਛਾ, ਉਸ ਤੋਂ ਬਾਅਦ ਜਦੋਂ ਇਹ ਸਾਰੀ ਚੀਜ਼ ਬਣ ਗਈ ਨਾ ਤਾਂ ਬਹੁਤ ਵੱਡੀ ਹੋਣ ਲੱਗ ਪਈ। ਅਸੀਂ ਫਿਰ ਗਏ ਲੜਕੇ ਦੀ ਸ਼ਾਦੀ ਕਰਨ, ਇਹਨਾਂ ਨੇ ਬੜਾ ਫੰਕਸ਼ਨ ਰੱਖਿਆ, ਸਾਰਾ ਕੁਛ ਕੀਤਾ। ਜਦੋਂ ਹੈ ਨਾ ਇਨਾਮ ਵੰਡਣ ਲੱਗੇ ਬੱਚਿਆਂ ਲੜਕੀਆਂ ਸਾਰੀਆਂ ਹੈ ਨਾ, ਬਾਅਦ 'ਚ ਇਹ ਹੈਡਮਾਸਟਰ ਬਲਵੀਰ ਸਿੰਘ ਇੱਥੇ ਹੈਗੇ, ਇਹ ਖੜੇ ਤੇਜਿੰਦਰ ਗਿਆ ਨਾ, ਮੇਰਾ ਸਨ ਬੋਲਦੇ ਤਾਂ ਹੈਗੇ ਪੜ੍ਹੇ ਲਿਖੇ MBA, ਉਹ ਕਹਿੰਦਾ ਵੀ ਤੇਜਿੰਦਰ ਸਿੰਘ ਤੂੰ ਹੁਣ ਕੀ ਸਾਨੂੰ ਬਣਾ ਕੇ ਦੇਗਾ। ਉਹ ਸ਼ਾਹ ਜਿਹੜੀ ਨਾ ਮੈਨੇਜਮੈਂਟ ਆ ਉਹ ਬੜੀ ਸੱਚੀ ਸੁੱਚੀ ਇਮਾਨਦਾਰ ਸੁਲਝੀ ਹੋਈ ਹੈ, ਤਾਂ ਹੀ ਇੱਥੋਂ ਤੱਕ ਇੰਨੀ ਸਾਰੇ ਇਲਾਕੇ ਦੇ ਹੈਡਮਾਸਟਰ ਪ੍ਰਿੰਸੀਪਲ ਉਹਦੀ ਐਗਜ਼ੈਕਟਿਵ ਆ ਜੀ। ਉਸ ਵੇਲੇ ਸਰਦਾਰ ਮੋਤਾ ਸਿੰਘ ਪ੍ਰੈਜ਼ੀਡੈਂਟ ਸੀ, ਸਰਦਾਰ ਮਹਿੰਗਾ ਸਿੰਘ ਜਨਰਲ ਸੈਕਟਰੀ ਸੀਗਾ, ਸਰਦਾਰ ਰਜਿੰਦਰ ਸਿੰਘ ਢਿੱਲੋਂ ਖੜਿਆਲਾ ਟ੍ਰਈਅਰ ਸੀਗੇ ਅਤੇ ਹੈਡਮਾਸਟਰ ਔਲਦਾਰ ਹੋਣ ਸੀਗੇ ਜੀ। ਅੱਛਾ, ਇਹ ਉਹ ਕਹਿਣ ਲੱਗਾ ਦੱਸੋ ਜੀ ਕੀ ਬਣਾਉਣਾ। ਉਹਨਾਂ ਨੇ ਉਸੇ ਵੇਲੇ ਪਹਿਲਾਂ ਹੀ ਨੀਆਂ ਪੱਟੀਆਂ ਆਇਆ ਸੀ ਜਿਹੜਾ ਫਰੰਟ ਬਲੋਕ ਆ ਨਾ, ਹਾਂਜੀ, ਉਹ ਤੇਜਿੰਦਰ ਨੂੰ ਕਿਹਾ, ਤੇਜਿੰਦਰ ਕਹਿੰਦਾ ਚਲੋ ਮੈਂ ਤੁਹਾਨੂੰ ਫਰੰਟ ਬਲੋਕ ਬਣਾ ਦਿੰਦਾ। ਉਹਦੇ 'ਚ ਉੱਪਰ 3 ਕਮਰੇ ਆ, ਸਾਈਡ 'ਤੇ ਰੂਮ ਆ, ਥੱਲੇ ਸਾਈਡ 'ਤੇ ਰੂਮ ਆ, ਪੌੜੀਆਂ ਚੜ੍ਹਦੀਆਂ। ਅਸੀਂ ਉਹ ਕੰਪਲੀਟ, ਇਹ ਦੇਖੋ ਇਹ ਕਮਰਾ 202 'ਚ ਕੰਪਲੀਟ ਹੋ ਗਿਆ। ਆਪਾਂ 202 ਤੱਕ ਪਹੁੰਚ ਗਏ ਹਾਂ, ਇਸ ਤੋਂ ਅੱਗੇ ਆਪਾਂ ਦੁਬਾਰਾ ਚੱਲਾਂਗੇ, ਆਪਾਂ ਕਿਸੇ ਹੋਰ ਨੂੰ ਟਾਈਮ ਦੇ ਲਈ ਫਿਰ ਆਵਾਂਗੇ ਜੀ। ਬਹੁਤ ਵਧੀਆ, ਇਹਨਾਂ ਨੇ ਮੇਰਾ 3 ਪੜਾਅ ਪੂਰੇ ਕਰ ਲਏ, ਚੌਥੇ ਪੜਾਅ 'ਚ ਆਪਾਂ ਫਿਰ ਪਹੁੰਚਾਂਗੇ ਅਤੇ ਮੈਂ ਹੁਣ ਇੱਕ ਵਾਰੀ ਫਿਰ ਸੰਗਤਾਂ ਲਾਵਾਂਗਾ। ਅਤੇ ਮੇਰੇ ਖਿਆਲ ਮੇਰੇ ਵੀ ਭੈਣ ਜੀ ਕਰਮਜੀਤ ਕੌਰ, ਤੁਹਾਡਾ ਸ਼ਬਦ ਨਾਂ, ਇਹਨਾਂ ਦਾ ਨਾਂ ਕੀ, ਨਾਲ ਬੈਠੇ ਭੈਣ ਜੀ ਹੋਰਾਂ ਦਾ, ਨਿਰਮਲਜੀਤ ਕੌਰ, ਹਾਂਜੀ ਭੈਣ ਜੀ, ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਬਾਰੇ? ਤੁਹਾਡੇ ਪਿੰਡ ਦੀ ਡਾਕੂਮੈਂਟਰੀ ਵੀ ਦੇਖੀ ਹੈਗੀ ਹੈ, ਹਾਂਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਪਹਿਲੋਂ ਫਸਟ ਸਿੱਖ ਚੈਨਲ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਤੇ ਸੈਕਿੰਡ ਆਪਣੇ ਭਾਜੀ ਨਿਰਮਲ ਸਿੰਘ ਹੁਣਾਂ ਨੂੰ ਕਿਉਂਕਿ ਇਹਨੀ ਆਪਣੇ ਪਿੰਡ ਬਾਰੇ ਸਾਰਾ ਕੁਛ ਜਿਹੜਾ ਸਾਨੂੰ ਨਹੀਂ ਵੀ ਪਤਾ ਸੀ ਉਹ ਵੀ ਦੱਸਿਆ ਹੈਗਾ ਤੇ ਦੂਸਰਾ ਪਹਿਲੋਂ ਜਦੋਂ ਅਸੀਂ ਪੜ੍ਹਦੇ ਸੀਗੇ ਆ ਕਾਲਜ ਸਕੂਲ ਤੇ ਉਦੋਂ ਤੋਂ ਹੀ ਚੱਲਦੇ ਕਿ ਥੋੜਾ ਜਿਹਾ ਉਹਨਾਂ ਦਾ ਸੁਧਾਰ ਹੋ ਗਿਆ ਅੱਗੇ ਤੇ ਬਾਕੀ ਜਿਹੜੇ ਅੱਜ ਇਹਨਾਂ ਨੇ ਭਾਜੀ ਹੁਣੀ ਦੱਸਦੇ ਆ ਇਹ ਸਾਤੋਂ ਬਾਅਦ ਬਣੇ ਆ ਤੇ ਸਾਡਾ ਪਿੰਡ ਤੋਂ ਪਹਿਲੋਂ ਤੋਂ ਹੀ ਕਾਫੀ ਪੜ੍ਹਿਆ ਲਿਖਿਆ ਸੀਗਾ ਜਦੋਂ ਮਤਲਬ ਅਸੀਂ ਉੱਥੇ ਸੀਗੇ ਤੇ ਹੁਸ਼ਿਆਰਪੁਰ ਡਿਸਟ੍ਰਿਕਟ ਜਿੱਦਾਂ ਪੈਂਦੀ ਕਰਕੇ ਪੜ੍ਹਾਈ ਦੇ ਵਿੱਚ ਸਾਰੇ ਸਾਡੇ ਮਤਲਬ ਜ਼ਿਆਦਾ ਹੀ ਅੱਛੇ ਸੀਗੇ ਤੇ ਸਾਨੂੰ ਥੋੜਾ ਜਿਹਾ ਇਹਦੇ ਵਿੱਚ ਮੂਵੀ ਦੇ ਵਿੱਚ ਥੋੜਾ ਜਿਹਾ ਲੱਗਿਆ ਕਿ ਨਹੀਂ ਸਹੀ ਦਿਸਿਆ ਹੈਗਾ ਵਿੱਚ ਯਾਨੀ ਕਿ ਜੋ ਤੁਸੀਂ ਚਾਹੁੰਦੇ ਸੀ ਹਾਂਜੀ ਉਹ ਨਹੀਂ ਦਿਖਾਇਆ ਕਿਉਂਕਿ ਸਾਡੇ ਪਿੰਡ ਦੇ ਵਿੱਚ ਕਿਸੇ ਚੀਜ਼ ਦੀ ਬਾਹਰੋਂ ਲੈਣ ਦੀ ਲੋੜ ਨਹੀਂ ਸੀ ਪੈਂਦੀ ਹਰ ਇੱਕ ਸ਼ੋਪਿੰਗ ਸੈਂਟਰ ਸੀਗੇ ਹਾਂਜੀ ਕੱਪੜੇ ਲੀੜੇ ਹੋਰ ਜੋ ਵੀ ਸਾਨੂੰ ਘਰਾਂ ਦੀਆਂ ਚੀਜ਼ਾਂ ਚਾਹੀਦੀਆਂ ਸੀ ਤੇ ਉਹ ਪਿੰਡ ਦੇ ਵਿੱਚ ਹੀ ਸੀਗਾ ਤੇ ਕਾਲਜ ਹਸਪੀਟਲ ਮਤਲਬ ਦੂਜਾ ਹਾਈ ਸਕੂਲ ਪ੍ਰਾਇਮਰੀ ਸਕੂਲ ਫਿਰ ਦੂਸਰਾ ਪਸ਼ੂਆਂ ਦਾ ਹਸਪੀਟਲ ਮਤਲਬ ਐਵਰੀਥਿੰਗ ਸੀਗਾ ਸਾਡੇ ਕੋਲ ਹਨਾ ਤੇ ਪਰ ਸਾਨੂੰ ਹੁਣ ਜਿੱਦਾਂ ਇਹਦੇ ਵਿੱਚ ਕੁਛ ਇੰਨਾ ਖਾਸ ਨਹੀਂ ਦਿਸਿਆ ਹੈਗਾ ਤੇ ਸਰਾਂ ਤੇ ਵੀ ਬਹੁਤ ਜ਼ਿਆਦਾ ਸ਼ਹਿਰੀ ਬਣਿਆ ਹੋਇਆ ਹੈ ਪਿੰਡ ਹੈਗਾ ਬਹੁਤ ਜ਼ਿਆਦਾ ਵੱਡਾ ਤੇ ਉਹ ਟਾਈਮ ਇੰਨਾ ਕਿ ਸੀ ਇੰਨੇ ਕ ਟਾਈਮ 'ਚ ਇੰਨਾ ਕ ਦਿਖਾਇਆ ਹੋਇਆ ਇੱਕ ਵਾਰੀ ਫਿਰ ਅਸੀਂ ਜ਼ਰੂਰ ਟੀਮ ਨੂੰ ਭੇਜ ਕੇ ਜਿਹੜੀਆਂ ਹੁਣ ਸਰਾਂ ਜਿਹੜੀ ਦਿਖਾਈ ਆ ਨਾ ਸਰਾਂ ਤੇ ਤਾਂ ਜਦੋਂ ਅਸੀਂ ਆਏ ਹਾਂ ਮੈਨੂੰ 32 ਈਅਰ ਹੋ ਗਿਆ ਇਹਨੂੰ ਉਦੋਂ ਵੀ ਕਾਫੀ ਸ਼ੋਪਾਂ ਸੀਗੀਆਂ ਤੇ ਹੁਣ ਤਾਂ ਕੁਛ ਦਿਖਾਈ ਹੀ ਨਹੀਂ ਉੱਥੇ ਹੁਣ ਤਾਂ ਉੱਥੇ ਪੂਰਾ ਸ਼ਹਿਰ ਬਣਿਆ ਪਿਆ ਹੈ ਨਾ ਸਾਨੂੰ ਵੈਸੇ ਕਮੀ ਬਹੁਤ ਦਿਸੀ ਇਹਦੇ ਵਿੱਚ ਵੈਸੇ ਮੈਂ ਸੌਰੀ ਹਾਂ ਮੈਂ ਇਸ ਗੱਲ ਨੂੰ ਤੁਹਾਨੂੰ ਕਹਿ ਰਹੀ ਹਾਂ ਪਰ ਮੈਂ ਜੋ ਫੀਲ ਕੀਤਾ ਮੈਂ ਕਹਿ ਦਿੱਤਾ ਬਿਲਕੁਲ ਸਹੀ ਤੁਹਾਡੀ ਗੱਲ ਹੈਗੀ ਅਸੀਂ ਟੀਮ ਨੂੰ ਫਿਰ ਇੱਕ ਵਾਰੀ ਭੇਜ ਕੇ ਤੇ ਬਾਕੀ ਤੁਹਾਡਾ ਪੂਰਾ ਬਾਜ਼ਾਰ ਜਿਹੜਾ ਹੈਗਾ ਉਹ ਵੀ ਜ਼ਰੂਰ ਦਿਖਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਇੰਨੀ ਜਾਣਕਾਰੀ ਦਿੱਤੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੇਟੀ ਰਜਿੰਦਰ ਕੌਰ ਜੀ ਬੈਠੇ ਹੈਗੇ ਆ ਥਰਡ ਰੋ ਦੇ ਵਿੱਚ ਬੇਟੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਬਾਰੇ ਹਾਂਜੀ ਬੇਟੇ ਰਜਿੰਦਰ ਕੌਰ ਜੀ ਖੜੇ ਹੋ ਕੇ ਬੇਟਾ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਹੁਤ ਚੰਗੀ ਲੱਗੀ ਡਾਕੂਮੈਂਟਰੀ ਦੇਖ ਕੇ ਹਾਂਜੀ ਤੁਸੀਂ ਕੋਈ ਆਪਣਾ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਵੀ ਆਪਣੇ ਪਿੰਡ ਬਾਰੇ ਪੰਜਾਬ ਬਾਰੇ ਉੱਥੇ ਜਾਣ ਕੀ ਕਹਿਣਾ ਚਾਹੋਗੇ ਕਿ ਸਾਰਿਆਂ ਨੂੰ ਜਾਣਾ ਚਾਹੀਦਾ ਆ ਆਪਣਾ ਪਿੰਡ ਦੇਖਣਾ ਚਾਹੀਦਾ ਆ ਕਿ ਮੰਮੀ ਦਾ ਪਿਛਲੇ ਤੁਸੀਂ ਕਦੋਂ ਗਏ ਸੀ ਲਾਸਟ ਟਾਈਮ ਸਾਨੂੰ 3 ਸਾਲ ਹੋ ਗਏ ਆ ਹਾਂਜੀ ਤੁਹਾਨੂੰ ਕਿੱਦਾਂ ਲੱਗਦਾ ਜੀ ਤੁਸੀਂ ਪਿੰਡ 'ਚ ਜਾਂਦੇ ਹਾਂ ਬਹੁਤ ਸੋਹਣਾ ਲੱਗਦਾ ਹੁੰਦਾ ਹਾਂਜੀ ਕਾਫੀ ਡਿਫਰੈਂਟ ਹੁੰਦਾ ਹੈ ਵੀ ਟਾਈਮ ਜਦੋਂ ਜਾਂਦੇ ਆ ਕਾਫੀ ਜਿੱਦਾਂ ਪਿੰਡ ਵਾਲੇ ਤੁਹਾਨੂੰ ਚੰਗਾ ਪਿਆਰ ਕਰਦੇ ਆ ਹਾਂਜੀ ਬਹੁਤ ਪਿਆਰ ਕਰਦੇ ਹਾਂਜੀ ਸਾਡੇ ਇੱਥੇ ਪਰਿਵਾਰ ਤੁਸੀਂ ਕੀ ਸਮਝਦੇ ਤੁਸੀਂ ਇੱਥੋਂ ਦੇ ਰਹਿਣ ਸਹਿਣ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੀ ਡਿਫਰੈਂਸ ਕੀ ਹੈਗਾ ਉੱਥੇ ਇੱਥੇ ਜਿੱਦਾਂ ਕਾਫੀ ਲਾਈਫ ਫਾਸਟ ਹੁੰਦੀ ਆ ਉੱਥੇ ਜਿੱਦਾਂ ਕਾਫੀ ਜਿੱਦਾਂ ਸਾਹਮਣਾ ਚੱਲਦੇ ਆ ਸਾਡੀ ਲਾਈਫ ਇੱਥੇ ਫਾਸਟ ਹੁੰਦੀ ਉੱਥੇ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਜਿਵੇਂ ਇੱਥੇ ਬੜੀ ਸਟ੍ਰੈਸ ਹੈਗੀ ਆ ਤੇ ਉੱਥੇ ਫ੍ਰੀ ਰਹਿੰਦੇ ਹੈਗੇ ਆ ਹਾਂਜੀ ਇਦਾਂ ਵੀ ਹੈਗਾ ਹਾਂਜੀ ਠੀਕ ਹੈ ਤੁਸੀਂ ਵੀ ਸਟ੍ਰੈਸ ਫ੍ਰੀ ਹੁੰਦੇ ਉੱਥੇ ਜਾ ਕੇ ਕਿ ਨਹੀਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਬਹੁਤ ਧੰਨਵਾਦ ਤੁਸੀਂ ਯਾਦ ਕਰਦੇ ਨਾਲ ਬੇਟੀ ਬੈਠੀ ਹੈਗੀ ਹੈ ਮੇਰੇ ਕੋਲ ਕੀ ਆਨੰਦਾ ਉਹਨਾਂ ਦੀ ਹਾਂਜੀ ਬੇਟਾ ਤੁਸੀਂ ਕੀ ਕਹਿਣਾ ਚਾਹੋਗੇ ਬਸ ਡਾਕੂਮੈਂਟਰੀ ਚੰਗੀ ਲੱਗੀ ਤੇ ਅਸੀਂ ਭੈਣਾ ਆ ਫਿਰ ਅਸੀਂ ਵੀ ਉਦੋਂ ਹੀ ਗਏ ਸੀਗੇ 2008 ਦੇ ਵਿੱਚ ਤੇ ਬਹੁਤ ਚੰਗਾ ਲੱਗਾ ਤੁਸੀਂ ਇੰਜੋਏ ਕਰਦੇ ਉੱਥੇ ਜਾ ਕੇ ਹਾਂਜੀ ਹੁਣ 2 ਵਾਰੀ ਗਏ ਆ ਹਲੇ ਅੱਛਾ ਜੀ ਹਾਂਜੀ ਹੁਣ ਦੁਬਾਰਾ ਕਦੋਂ ਜਾਣਾ ਦੇਖੋ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਬੇਟਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਇਹ ਨਿਰਮਲਜੀਤ ਸਿੰਘ ਹੋਰ ਨੂੰ ਦੱਸਿਆ ਕਿ ਇਹਨਾਂ ਦਾ ਪਰਿਵਾਰ ਇਹਨਾਂ ਦੀਆਂ ਬੱਚੀਆਂ ਹੈਗੀਆਂ ਤੇ ਭਾਜੀ ਨਿਰਮਲਜੀਤ ਸਿੰਘ ਹੋਰ ਵੀ ਬਹੁਤ ਵਧੀਆ ਕਿ ਆਪਾਂ ਬੱਚੀਆਂ ਨੂੰ ਲੈ ਕੇ ਗਏ ਪਿੰਡ ਤੇ ਬੱਚੀਆਂ ਪੰਜਾਬੀ ਬਹੁਤ ਸੋਹਣਾ ਬੋਲਦੀਆਂ ਹੈਗੀਆਂ ਇਹ ਮਾਂ ਪਿਓ ਦੀ ਪੇਰੈਂਟਸ ਦੀ ਦੇਣ ਹੈਗੀ ਘਰ ਦੇ ਵਿੱਚ ਇਹਨੂੰ ਸਿਖਾਇਆ ਜਾਂਦਾ ਹੈਗਾ ਤੇ ਹੁਣ ਮੈਂ ਮੇਰੇ ਵੀਰ ਜੀ ਜਿਹੜੇ ਹੈਗੇ ਆ ਮਲਕੀਤ ਸਿੰਘ ਹੋਰੀ ਬੈਠੇ ਪੈਨਲ ਤੇ ਧਾਰੀਵਾਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਸਿੱਖ ਚੈਨਲ ਦਾ ਬਹੁਤ ਧੰਨਵਾਦੀ ਹਾਂ ਨਾਲ ਨਿਰਮਲ ਸਿੰਘ ਹੁਣਾਂ ਦਾ ਜਿਨ੍ਹਾਂ ਨੇ ਸਾਰੇ ਪਿੰਡ ਦੇ ਇਕੱਠੇ ਕੀਤੇ ਹਨ ਹਨ ਜੀ ਅਤੇ ਮੈਂ ਬਹੁਤ ਦੇਰ ਹੋਈ ਮੈਨੂੰ ਬਾਹਰ ਆਏ ਨੂੰ ਮਤ ਉਸ ਟਾਈਮ 'ਤੇ ਜਦੋਂ ਮੈਂ ਆਪਣੀ ਗੱਲ ਕਰਦਾ ਹਾਂਜੀ ਅਤੇ ਉਸ ਟਾਈਮ 'ਤੇ ਤਾਂ ਸਿਰਫ ਚੌਥੀ 'ਤੇ ਸਕੂਲ ਹੁੰਦਾ ਸੀਗਾ ਹੁਣ ਦੇਖੋ ਕਿੰਨੀਆਂ ਤਰੱਕੀਆਂ ਕੀਤੀਆਂ ਪਿੰਡ ਨੇ ਹਾਂਜੀ ਤੁਹਾਡੇ ਸਾਹਮਣੇ ਆ ਗਈਆਂ ਸਾਰੀਆਂ ਹਾਂਜੀ ਜੀ ਅਤੇ ਬਹੁਤ ਤਰੱਕੀ ਕੀਤੀ ਆ ਬਹੁਤ ਸਕੂਲ ਬਣ ਗਏ ਹਨ ਬਹੁਤ ਗੁਰਦੁਆਰੇ ਕਿੰਨੇ ਸੋਹਣੇ ਬਣੇ ਹਾਂਜੀ ਜੀ ਅਤੇ ਪਰ ਹੋਰ ਵੀ ਤਰੱਕੀ ਕਰ ਰਿਹਾ ਪਿੰਡ ਹਾਂਜੀ ਰਹਿਣ ਸਹਿਣ ਦਾ ਕਿੱਦਾਂ ਹਾਂਜੀ ਸਾਰਾ
ਸਾਰਾ ਕੁਝ ਮਤਲਬ ਤਾਲੀ ਐਜੂਕੇਸ਼ਨ ਹੋ ਗਈ ਐਜੂਕੇਸ਼ਨ ਰਹਿੰਦੇ ਸੀ ਤੁਸੀਂ ਉੱਥੇ ਉਸ ਟਾਈਮ ਦੀ ਕੋਈ ਪੁਰਾਣੀ ਕੋਈ ਤੁਹਾਨੂੰ ਕੋਈ ਖਾਸ ਤੁਹਾਡੀ ਕੋਈ ਘਟਨਾ ਕੋਈ ਘਟਨਾ ਤਾਂ ਕੋਈ ਨਹੀਂ ਮਤਲਬ ਮੈਂ ਤਾਂ ਛੋਟਾ ਹੁੰਦਾ ਬਾਹਰ ਚਲ ਗਿਆ ਸੀਗਾ ਜੀ ਅੱਛਾ ਇਸ ਕਰਕੇ ਮੈਂ ਕੁਛ ਨਹੀਂ ਕਹਿ ਸਕਦਾ ਮਤਲਬ ਪਰ ਪਿੰਡ ਨੇ ਬਹੁਤ ਤਰੱਕੀ ਕੀਤੀ ਆ ਜੀ ਜੀ ਹਾਂਜੀ ਪਿੰਡ ਹੁਣ ਜਾਂਦੇ ਹੁੰਦੇ ਤੁਸੀਂ ਪਿੰਡ ਜਾਂਦੇ ਹਾਂ ਮੈਂ ਜਾ ਕੇ ਆ 2-3 ਮਹੀਨੇ ਹੋ ਗਏ ਜੀ ਅੱਛਾ ਹੁਣੇ ਤੁਸੀਂ ਪਿੰਡ ਜਾ ਕੇ ਹਾਂਜੀ ਤੇ ਪਿੰਡ ਦੇ ਵਿੱਚ ਉੱਥੇ ਰਹਿਣ ਵਾਲੇ ਜਿਹੜੇ ਹੈਗਾ ਜਿਹੜੇ ਪਿੰਡ ਵਾਲੇ ਹੈਗੇ ਕਿੰਨਾ ਕੁ ਤੁਹਾਨੂੰ ਪਿਆਰ ਕਰਦੇ ਪਿਆਰ ਕਰਦੇ ਬਹੁਤ ਪਿਆਰ ਕਰਦੇ ਠੀਕ ਹੈ ਤੇ ਬਹੁਤ ਖੁਸ਼ੀ ਹੁੰਦੀ ਆ ਮਤਲਬ ਬਹੁਤ ਬਹੁਤ ਸੋਹਣਾ ਹੋਇਆ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ ਹੈ ਜੀ ਤੁਸੀਂ ਵੀ ਜਿਹੜੇ ਪਿੰਡ ਦੇ ਬਾਰੇ ਜਾਣਕਾਰੀ ਦਿੱਤੀ ਤੇ ਮੈਂ ਬੇਨਤੀ ਕਰਾਂਗਾ ਭੈਣ ਜੀ ਸੁਰਜੀਤ ਕੌਰ ਹੋਰਾਂ ਨੂੰ ਇੱਕ ਵਾਰੀ ਕਿ ਭੈਣ ਜੀ ਸੁਰਜੀਤ ਕੌਰ ਹੋਰੀ ਤੁਸੀਂ ਕੀ ਕਹਿਣਾ ਚਾਹੋਗੇ ਖੜੇ ਹੋ ਕੇ ਗੱਲਬਾਤ ਕਰਨੀ ਹੈਗੀ ਹੈ ਤੁਹਾਨੂੰ ਤੁਹਾਡਾ ਪਿੰਡ ਕਿੱਦਾਂ ਲੱਗ ਰਿਹਾ ਤੇ ਪਿੰਡ ਬਾਰੇ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੜੇ ਹੋ ਕੇ ਬੋਲਣਾ ਭੈਣ ਜੀ ਹਾਂਜੀ ਸਾਡਾ ਪਿੰਡ ਬਹੁਤ ਚੰਗਾ ਲੱਗਾ ਸਾਨੂੰ ਦੇਖ ਕੇ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਸੀ ਅੱਗੇ ਦੇਖੀਆਂ ਉਹ ਵੀ ਅੱਜ ਦੇਖੀਆਂ ਕਿਉਂਕਿ 40 ਸਾਲ ਹੋ ਗਏ ਮੈਨੂੰ ਇੱਥੇ ਆਈ ਨੂੰ ਇੰਨਾ ਨਹੀਂ ਕਈਆਂ ਗੱਲਾਂ ਦਾ ਪਤਾ ਸੀ ਜਿਹੜਾ ਹੁਣ ਪਤਾ ਲੱਗਾ ਅੱਜ ਹਾਂਜੀ ਉਹ ਭਾਅ ਜੀ ਨਿਰਮਲ ਸਿੰਘ ਦਾ ਬਹਿ ਤਹਿ ਤੋਂ ਧੰਨਵਾਦ ਕਰਦੀ ਹਾਂ ਕਿ ਬਹੁਤ ਇਹਨਾਂ ਨੇ ਉਪਰਾਲਾ ਕੀਤਾ ਇਸ ਚੀਜ਼ ਦਾ ਹਾਂਜੀ ਹੋਰ ਵੀ ਕਈ ਕੁਛ ਕਰਦੇ ਰਹਿੰਦੇ ਉੱਥੇ ਇੰਡੀਆ ਜਾ ਕੇ ਠੀਕ ਹੈ ਜੀ ਭੈਣ ਜੀ ਹੋਰ ਕੋਈ ਖਾਸ ਗੱਲ ਪਿੰਡ ਦੀ ਖਾਸ ਇਹੀ ਕਿ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਲਤ ਬਹੁਤ ਆ ਕਿਸੇ ਪਾਸੇ ਜਾਣਾ ਨਹੀਂ ਪੈਂਦਾ ਇੱਥੇ ਜਿਹੜਾ ਰਹਿਣ ਸਹਿਣ ਹੈਗਾ ਆਪਣਾ ਇੱਥੇ ਆਪਣਾ ਪਰਿਵਾਰਾਂ 'ਚ ਰਹਿੰਦੇ ਹੈਗੇ ਇੱਥੋਂ ਦੇ ਅਤੇ ਉੱਥੋਂ ਦੇ ਰਹਿਣ ਸਹਿਣ 'ਚ ਕੋਈ ਫਰਕ ਲੱਗਿਆ ਤੁਹਾਨੂੰ ਹਾਂਜੀ ਬਹੁਤ ਫਰਕ ਕਿੰਨਾ ਕੁ ਫਰਕ ਕਿਸ ਤਰ੍ਹਾਂ ਦਾ ਕਾਫੀ ਫਰਕ ਆ ਕਿ ਉੱਥੇ ਆਪਣੀ ਲਾਈਫ ਕੁਛ ਫਰੀ ਜਿਹੀ ਰਹਿੰਦੀ ਆ ਇੱਥੇ ਤਾਂ ਹਰ ਵੇਲੇ ਉਹੀ ਹੁੰਦਾ ਕਿ ਆਹ ਹੋ ਗਿਆ ਉਹ ਹੋ ਗਿਆ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਬਹੁਤ ਫਰਕ ਹੈ ਜੀ ਬਹੁਤ ਫਰਕ ਹਾਂਜੀ ਜਦੋਂ ਅਸੀਂ ਉੱਥੇ ਸੀ ਉਦੋਂ 10ਵੀਂ ਤੱਕ ਸਕੂਲ ਸੀਗਾ ਹੁਣ ਕਾਲਜ ਵੀ ਹੈ ਸਕੂਲ ਵੀ ਹੈ ਹਰ ਚੀਜ਼ ਹੈ ਅਤੇ ਬਹੁਤ ਅੱਛਾ ਹੈ ਅਤੇ ਆਪਸ ਦੇ ਵਿੱਚ ਉੱਥੇ ਜਦੋਂ 29 ਸਾਲ ਪਹਿਲਾਂ ਰਹਿੰਦੇ ਸੀ ਕੋਈ ਬਚਪਨ ਦੀ ਤੁਸੀਂ ਗੱਲ ਕੋਈ ਸਾਂਝੀ ਕਰਨਾ ਚਾਹੋ ਉੱਥੇ ਆਪਸ ਪਿੰਡ ਦੇ ਵਿੱਚ ਤੁਸੀਂ ਕਿੰਨੇ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਕੋਈ ਅਸੀਂ ਸਾਡਾ ਇੱਕੋ ਘਰ ਦੋ ਘਰ ਸੀ ਸਾਡੇ ਮੁਸਲਮਾਨਾਂ ਦੇ ਅਤੇ ਸਾਡਾ ਘਰ ਕਾਫੀ ਦੂਰ ਸੀ ਦੂਸਰਾ ਘਰ ਸਾਡੇ ਚਾਚੇ ਤਾਏ ਬੱਤ ਕੇ ਸਰਦਾਰ ਫੈਮਿਲੀਆਂ ਸੀਗੀਆਂ ਅਸੀਂ ਉਹਨਾਂ ਨੂੰ ਆਪਣੀ ਫੈਮਿਲੀ ਸਮਝਦੇ ਸੀ ਹੁਣ ਵੀ ਅਸੀਂ ਇਸ ਤਰ੍ਹਾਂ ਸਾਡੇ ਮਾਤੇ ਕੇ ਚਾਚੇ ਤਾਏ ਉਹ ਹੀ ਨੇ ਠੀਕ ਹਾਂਜੀ ਵੈਸੇ ਵੀ ਜਿਵੇਂ ਸ਼ੁਰੂ ਤੋਂ ਵੀ ਰਹਿੰਦੇ ਸੀਗੇ ਸਾਰੇ ਰੀਤੀ ਰਿਵਾਜ ਜਿਹੜੇ ਸਾਰੇ ਅਸੀਂ ਉਹ ਕਰਦੇ ਸੀ ਹਰ ਚੀਜ਼ ਮਾਤੇ ਕੇ ਉਸੇ ਤਰ੍ਹਾਂ ਵੈਸੇ ਵੀ ਉਹੀ ਵਿਆਹਾਂ ਦੇ ਵਿੱਚ ਵੀ ਸਾਰਾ ਕੁਝ ਹੁਣ ਪਿਛਲੇ ਟਾਈਮ ਦੇ ਵਿੱਚ ਮੈਨੂੰ ਪਾਕਿਸਤਾਨ 2 ਵਾਰੀ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਅਹਿਮਦਾਬਾਦ ਜਿਹੜਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਵਿਸਾਖੀ ਦਾ ਮੇਲਾ ਲੱਗਿਆ ਸੀ ਉਹਨਾਂ ਨੂੰ ਪੁੱਛਿਆ ਵੀ ਵਿਸਾਖੀ ਦਾ ਮੇਲਾ ਕਦੋਂ ਤੋਂ ਹੈ ਉਹਨਾਂ ਦੱਸਿਆ ਕਿ ਇਹ ਸ਼ੁਰੂ ਤੋਂ ਹੀ ਬੜੇ ਲੰਬੇ ਸਮੇਂ ਤੋਂ 1947 ਤੋਂ ਪਹਿਲਾਂ ਦਾ ਇਕੱਠੇ ਅਸੀਂ ਜਿਹੜਾ ਇਹ ਵਿਸਾਖੀ ਦਾ ਮੇਲਾ ਮਨਾਉਂਦੇ ਸੀ 1947 'ਚ ਜਿਹੜੀ ਸੀਗੀ ਸਮੇਂ ਦੇ ਅਨੁਸਾਰ ਜਿਹੜੀ ਵੰਡ ਪਈ ਤਾਂ ਪਰਿਵਾਰ ਜਿਹੜੇ ਸੀਗੇ ਉਹ ਉੱਧਰ ਚਲੇ ਗਏ ਜਿਹੜਾ ਬਟਵਾਰਾ ਹੋਇਆ ਲੇਕਿਨ ਉੱਥੇ ਮੇਲਾ ਉਸੇ ਤਰ੍ਹਾਂ ਹੀ ਉਹ ਮਨਾਉਂਦੇ ਰਹੇ ਹਾਂਜੀ ਸਾਡੇ ਚਾਚਾ ਜੀ ਵੀ ਪਾਕਿਸਤਾਨ ਰਹਿੰਦੇ ਨੇ ਜਿਹੜੇ ਸਕੇ ਚਾਚਾ ਜੀ ਸਾਡੇ ਪਾਕਿਸਤਾਨ 'ਚ ਅੱਧੀ ਫੈਮਿਲੀ ਸਾਡਾ ਡੈਡੀ ਇੰਡੀਆ 'ਚ ਰਹਿ ਗਿਆ ਸੀ ਉਹਨਾਂ ਸ਼ਾਦੀ ਵੀ ਬਾਅਦ 'ਚ ਹੋਈ ਸੀ ਰੋਲੇ ਜੀ ਹਾਂਜੀ ਔਰ ਵੈਸੇ ਵੀ ਜਿਹੜਾ ਤੁਹਾਡਾ ਪਿੰਡ ਪ੍ਰੋਗਰਾਮ ਹੈਗਾ ਮੈਨੂੰ ਬਹੁਤ ਸਾਰੇ ਮੈਂ ਜਦੋਂ ਸਟੋਰ 'ਤੇ ਜਾਣਾ ਤਾਂ ਪਾਕਿਸਤਾਨ ਦੇ ਵਿੱਚ ਜਿਹੜੇ ਵੀਰ ਭੈਣ ਭਰਾ ਰਹਿਣ ਵਾਲੇ ਆ ਉਹਨੂੰ ਮਿਲਦੇ ਹੈਗੇ ਆ ਪਛਾਣ ਲੈਂਦੇ ਆ ਕਹਿੰਦੇ ਅਸੀਂ ਤੁਹਾਡਾ ਪਿੰਡ ਪ੍ਰੋਗਰਾਮ ਦੇਖਦੇ ਹੁੰਦੇ ਹਾਂ ਕਿਉਂਕਿ ਜ਼ਿਆਦਾਤਰ ਜਿਹੜੇ ਹੈਗੇ ਆ ਇੱਧਰੋਂ ਮੁਸਲਮਾਨ ਪਰਿਵਾਰ ਪੰਜਾਬ ਤੋਂ ਗਏ ਆ ਉਹਨਾਂ ਦੇ ਇਹੀ ਪਿੰਡ ਸੀ ਆਪਣੇ ਪਿੰਡਾਂ ਨੂੰ ਦੇਖਣਾ ਚਾਹੁੰਦੇ ਹੈਗੇ ਆ ਪਿੰਡਾਂ ਨੂੰ ਦੇਖ ਕੇ ਉਹਨਾਂ ਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਅਤੇ ਨਾਲੇ ਵੈਸੇ ਵੀ ਅਸੀਂ ਪਿੰਡਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹਾਂ ਹਾਂਜੀ ਅਤੇ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਪਿੰਡ ਬਾਰੇ ਕੋਈ ਖਾਸ ਗੱਲ ਖਾਸ ਗੱਲ ਬਹੁਤ ਪਿਆਰ ਨਾਲ ਅਸੀਂ ਰਹਿੰਦੇ ਹਾਂ ਸਾਰੇ ਉੱਥੇ ਅਤੇ ਅਸੀਂ ਚਾਹੁੰਦੇ ਹਾਂ ਕਿ ਅੱਗੇ ਤੋਂ ਵੀ ਅਸੀਂ ਪਿਆਰ ਨਾਲ ਰਹੀਏ ਸਾਰੀ ਫੈਮਿਲੀ ਆ ਜੀ ਦੁਬਾਰਾ ਦੇਖਿਆ ਬਹੁਤ ਅੱਛਾ ਲੱਗਾ ਥੈਂਕ ਯੂ ਸਿੱਖ ਚੈਨਲ ਦਾ ਕਿ ਸਾਨੂੰ ਇਹ ਮੌਕਾ ਦਿੱਤਾ ਮਿਲਣ ਦਾ ਜਿਵੇਂ ਰੇਸ਼ਮਾ ਗਾਉਂਦੇ ਹੈਗੇ ਤੁਸੀਂ ਵੀ ਨਹੀਂ ਜੀ ਮੈਂ ਨਹੀਂ ਗਾਉਂਦੀ ਬੇਟੀ ਦੀ ਸ਼ਾਦੀ ਤੇ ਵੀ ਆਈ ਸੀ ਬਹੁਤ ਵਧੀਆ ਜਿਹੜੇ ਪਰਿਵਾਰ ਹੈਗੇ ਆ ਆਪਸ ਦੇ ਵਿੱਚ ਜਿਹੜੇ
ਪਹਿਲਾਂ ਇਕੱਠੇ ਰਹਿੰਦੇ ਸੀ, ਅੱਜ ਫਿਰ ਮਿਲੇ ਆ ਸਿੱਖ ਚੈਨਲ ਤੇ, ਤੁਹਾਡਾ ਪਿੰਡ ਪ੍ਰੋਗਰਾਮ ਦੇ ਵਿੱਚ ਸਾਨੂੰ ਵੀ ਬੜੀ ਖੁਸ਼ੀ ਹੋਈ ਹੈਗੀ ਹੈ, ਹੋਰ ਕੀ ਕਹਿਣਾ ਚਾਹੋਗੇ? ਥੈਂਕ ਯੂ ਸਿੱਖ ਚੈਨਲ ਦਾ, ਇਹ ਪਹਿਲਾਂ ਬੋਲਦੇ ਨਹੀਂ ਸੀ, ਹੁਣ ਇੰਨਾ ਵਧੀਆ ਬੋਲਦੇ ਤੁਸੀਂ, ਬਹੁਤ ਸਾਰੀਆਂ ਗੱਲਾਂ ਸਾਨੂੰ ਦੱਸੀਆਂ ਬਚਪਨ ਦੀ, ਹੋਰ ਕੋਈ ਖਾਸ ਗੱਲ ਕੋਈ ਦੱਸਣਾ ਚਾਹੋ? ਸਾਡੇ ਇੱਕ ਡੈਡੀ ਦਾ ਸਾਡੇ ਪਿੰਡ ਲਾਗੇ ਪਿੰਡ ਸੀ ਬਾਬ ਦਰੀਆ, ਉੱਥੇ ਦੇ ਇੱਕ ਬੰਦਾ ਸੀ, ਉਹ ਸਾਡੇ ਚਾਚਾ ਬਣਿਆ ਸੀ ਡੈਡੀ ਨੇ, ਅਤੇ ਉਹਨਾਂ ਨੇ ਸਾਡੇ ਅੱਬੂ ਜੀ ਨੇ ਪਰਨੇ ਨਾਲ ਪਰਨਾ ਬਿਠਾਇਆ ਸੀ, ਅਤੇ ਉਹਨੂੰ ਅਸੀਂ ਆਪਣਾ ਸਕਾ ਚਾਚਾ ਸਮਝਦੇ, ਮਤਲਬ ਕੋਈ ਫੰਕਸ਼ਨ ਵਗੈਰਾ ਹੁੰਦਾ ਸੀ ਸਾਰਾ ਉਹ ਕਰਦੇ ਸੀ, ਅੱਗੇ ਸਾਨੂੰ ਆਪਣਾ ਜਿਹੜਾ ਸਾਡਾ ਸਕਾ ਚਾਚਾ ਉਹਦਾ ਸਾਨੂੰ ਨਹੀਂ ਇਤਨਾ ਜਿਤਨਾ ਸਾਨੂੰ ਆਪਣੇ ਸਾਰੇ ਰਹਿੰਦੇ ਪਿੰਡ ਦੇ ਵਿੱਚ ਉਹਨਾਂ ਦੇ ਨਾਲ ਪਿਆਰ ਆ। ਬਿਲਕੁਲ ਵਧੀਆ, ਜਿਵੇਂ ਪੁਰਾਣੇ ਸਮੇਂ ਚ ਕਹਿੰਦੇ ਪੱਗ ਵਟਾਉਂਦੇ ਆ, ਤਾਂ ਪਰਨਾ ਉਹਨਾਂ ਨੇ ਪਰਨਾ ਪਾਇਆ ਸੀ, ਤੇ ਸਾਡਾ ਡੈਡੀ ਜੀ ਫੌਤ ਹੋ ਗਏ ਸੀ ਅੱਜ ਤੋਂ 29 ਸਾਲ ਪਹਿਲੇ, ਮਗਰ ਸਾਨੂੰ ਕਿਸੇ ਨੇ ਕੋਈ ਫਰਕ ਨਹੀਂ ਸਮਝਿਆ, ਬਹੁਤ ਇੱਜ਼ਤ ਦਿੱਤੀ, ਬੜੇ ਪਿਆਰ ਨਾਲ ਸੀ। ਬਿਲਕੁਲ, ਜਿਹੜਾ ਉਹ ਪਰਨਾ ਵਟਾਇਆ ਸੀ ਉਹ ਪਰਨੇ ਵਟਾਉਣ ਦਾ ਜੋ ਫਰਜ਼ ਹੈ ਉਹਨਾਂ ਨੇ ਪੂਰੇ ਵਧੀਆ ਤਰੀਕੇ ਨਾਲ, ਸਾਰਿਆਂ ਨੇ ਪੂਰੇ ਕੀਤੇ, ਸਾਰੇ ਪਿੰਡ ਨੇ ਬੜੇ, ਸਾਡਾ ਕੋਈ ਘਰ ਇੱਕੋ ਹੀ ਸੀ, ਸਾਨੂੰ ਬੜੀ ਰਿਸਪੈਕਟ ਦਿੱਤੀ, ਬੜੇ ਪਿਆਰ ਨਾਲ ਸਾਨੂੰ ਰੱਖਿਆ। ਠੀਕ ਹੈ ਜੀ, ਬੜੇ ਵਧੀਆ, ਜਿਵੇਂ ਤੁਸੀਂ ਇਸ ਪਿੰਡ ਦੇ ਵਿੱਚ ਪ੍ਰੇਮ ਪਿਆਰ ਦੇ ਨਾਲ ਸਾਰੇ ਰਹਿੰਦੇ ਸੀ, ਅੱਜ ਵੀ ਬੜੇ ਪ੍ਰੇਮ ਪਿਆਰ ਦੇ ਨਾਲ ਸਾਰੇ ਇਕੱਠੇ ਹੋਏ, ਤੇ ਬਹੁਤ ਵਧੀਆ ਤੁਸੀਂ ਇਹਨੀ ਜਾਣਕਾਰੀ ਦਿੱਤੀ ਜੀ। ਥੈਂਕ ਯੂ ਨਿਰਮਲ ਭਾਜੀ ਦਾ, ਜਿਹਨਾਂ ਨੇ ਸਾਨੂੰ ਇੱਥੇ ਬੁਲਾਇਆ, ਸਾਰਿਆਂ ਨੂੰ ਬੁਲਾਇਆ। ਠੀਕ ਹੈ ਜੀ, ਬਹੁਤ ਵਧੀਆ ਜੀ। ਜਿਵੇਂ ਰੇਸ਼ਮਾ ਭੈਣ ਜੀ ਨੇ ਦੱਸਿਆ ਕਿ ਬਚਪਨ ਦੀਆਂ ਸਹੇਲੀਆਂ ਜਿਹੜੀਆਂ ਪਹਿਲਾਂ ਕਿਤੇ ਉੱਥੇ ਪਿੰਡ ਦੇ ਵਿੱਚ ਇਕੱਠੀਆਂ ਰਹਿੰਦੀਆਂ ਸੀਗੀਆਂ, ਖੇਡਦੀਆਂ ਸੀ, ਪੜ੍ਹਦੀਆਂ ਸੀ, ਅੱਜ ਫਿਰ ਇੱਥੇ ਇਕੱਠੀਆਂ ਹੋ ਗਈਆਂ, ਅਤੇ ਬੜੀ ਖੁਸ਼ੀ ਸਾਨੂੰ ਵੀ ਹੋਈ ਹੈ। ਅਤੇ ਮੈਂ ਭਾਜੀ ਹੋਰਾਂ ਨੂੰ ਪੁੱਛਣਾ ਚਾਹਾਂਗਾ, ਜਿਹੜੇ ਨਾਲ ਹੀ ਬੈਠੇ ਦੋ ਨੰਬਰ 'ਤੇ ਨੀਲੀ ਦਸਤਾਰ ਵਾਲੇ ਭਾਈ ਸਾਹਿਬ ਜੀ, ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਬਾਰੇ, ਖੜ੍ਹੇ ਹੋ ਕੇ ਗੱਲਬਾਤ ਕਰਨੀ ਹੈ। ਹਾਂਜੀ ਭਾਅ ਜੀ, ਤੁਹਾਨੂੰ ਹੀ ਕਿਹਾ ਜੀ ਮੈਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਹਾਂ ਸਿੱਖ ਚੈਨਲ ਦਾ ਅਤੇ ਨਿਰਮਲ ਸਿੰਘ ਕਰਨਾਲ ਜੀ ਦਾ ਜੀ, ਜਿਹਨੇ ਕਿ ਸਾਨੂੰ ਅੱਗੇ ਇੱਕ ਵਿਆਹੀ ਪਹਿਲਾਂ ਪੰਜਾਬ ਰੇਡੀਓ 'ਤੇ ਵੀ ਦੱਸਿਆ ਸੀ, ਤਾਂ ਮਨ ਬਹੁਤ ਖੁਸ਼ ਹੋਇਆ ਜੀ। ਹੋਰ ਤੁਸੀਂ ਪਿੰਡ ਬਾਰੇ ਕੋਈ ਖਾਸ ਗੱਲ ਦੱਸਣੀ ਹੋ ਤਾਂ? ਪਿੰਡ ਬਾਰੇ, ਮੈਂ ਕੰਧਾਲਾ ਜੱਟਾਂ ਪਿੰਡ ਵਿੱਚ 4 ਮਹੀਨੇ ਰਿਹਾ। ਹਾਂਜੀ, ਮੈਂ ਉੱਥੇ ਦੇ ਹੈੱਡਮਾਸਟਰ ਲਾਲ ਸਿੰਘ ਬੇਦੀ ਪਾਸੋਂ ਟੀਚਰ ਰੱਖੀ ਹੋਈ ਸੀ। ਅੱਛਾ ਜੀ। ਅਤੇ ਮੈਂ ਉੱਥੇ ਰਾਤ ਨੂੰ ਪੜ੍ਹਨ ਜਾਂਦਾ ਹੁੰਦਾ ਸੀ ਪਾਸੇ। ਹਾਂਜੀ। ਸ਼ਾਮ ਨੂੰ ਉੱਥੋਂ ਆ ਕੇ ਸਕੂਲ ਵਿੱਚ ਹੀ ਰਹਿੰਦਾ ਸੀ ਜੀ, ਅਤੇ ਉੱਥੇ ਹੁਣ ਕੀ ਆ, ਸਾਰੇ ਮੁੰਡੇ ਮੈਨੂੰ ਜਾਣਦੇ ਸੀ ਜੀ, ਸਰਾਂ ਦੀਆਂ ਇਕੱਲੀ ਇਕੱਲੀ ਅੱਠ ਦਖਣ ਮਹਾਲੀ ਵੀ ਜਾਤਾ। ਅੱਜ ਉਹ ਸਾਰਾ ਕੁਛ ਦੇਖ ਕੇ ਟੈਲੀ ਦੇ ਉੱਤੇ ਸਾਰੀ ਦੁਨੀਆ ਨੇ ਸਿੱਖ ਚੈਨਲ ਦੇ ਰਾਹੀਂ ਤੁਹਾਡਾ ਪਿੰਡ ਦੇਖਿਆ, ਤੁਸੀਂ ਉਹ ਸਰਾਂ ਦੇਖੀ, ਕਿੱਦਾਂ ਲੱਗਿਆ ਤੁਹਾਨੂੰ, ਕੀ ਮਹਿਸੂਸ ਕੀਤਾ ਤੁਸੀਂ? ਬਹੁਤ ਕੁਝ, ਪਿੰਡ ਦੀਆਂ ਸਾਰੀਆਂ ਗਲੀਆਂ, ਹਾਂਜੀ, ਹੋਰ ਥਾਂ ਤਾਂ ਗੁਰਦੁਆਰੇ ਜੀ, ਚੱਪੜ ਗੱਲ ਸੀ, ਸਾਨੂੰ ਉੱਥੇ ਜਾਂਦੇ ਹੁੰਦੇ ਸੀ। ਹਾਂਜੀ, ਪਿਛਲੇ ਲਹਿੰਦੇ ਪਾਸੇ ਛੱਪੜ ਆਉਂਦਾ ਹੁੰਦਾ ਸੀ, ਉੱਥੇ ਨੂੰ ਉਹਨੇ ਲੰਘਣ ਨੂੰ ਥਾਂ ਬਣਾਇਆ ਸੀ, ਉੱਥੇ ਪੈਰ ਮੁੰਡੇ ਲੰਘ ਕੇ ਜਾਂਦੇ ਹੁੰਦੇ ਸੀ ਜੀ। ਤਾਂ ਦੂਜੇ ਪਾਸੇ ਚੜ੍ਹਦੀ ਵਾਲੇ ਗੁਰਦੁਆਰਾ ਸੀ, ਉਹ ਵੀ ਜਾਂਦੇ ਹੁੰਦੇ ਸੀ, ਕਦੇ ਉੱਧਰ ਜਾਣਾ, ਸਿਆਖਲੇ ਜਾਣਾ, ਉੱਧਰ ਜਾਣਾ, ਤੁਰ ਕੇ ਜਾਣਾ, ਇੱਧਰ ਦੀ ਆਉਣਾ ਹੁੰਦੇ ਸੀ ਜੀ। ਤਾਂ ਬਹੁਤ ਸੋਹਣਾ ਲੱਗਾ, ਸੋ ਇਹ ਸਾਰਾ ਕੁਛ ਦੇਣ ਨਿਰਮਲ ਸਿੰਘ ਹੋਣਾ ਸੀ। ਠੀਕ ਹੈ ਜੀ, ਬਹੁਤ ਧੰਨਵਾਦ ਭਾਜੀ, ਧੰਨਵਾਦ ਕਰਦਾ ਬਲਦੇਵ ਸਿੰਘ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਇਹਨੀ ਜਾਣਕਾਰੀ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਨਾਲ ਨੌਜਵਾਨ ਰਜਿੰਦਰ ਸਿੰਘ ਜੀ ਬੈਠੇ, ਰਜਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਪਿੰਡ ਕੰਧਾਲਾ ਜੱਟਾਂ ਬਾਰੇ, ਤੁਸੀਂ ਕਦੋਂ ਪਿੰਡ 'ਚ ਗਏ ਸੀ ਤਾਂ ਤੁਹਾਨੂੰ ਕਿੱਦਾਂ ਦਾ ਪਿੰਡ ਲੱਗਦਾ, ਖੜ੍ਹੇ ਹੋ ਕੇ ਗੱਲਬਾਤ ਕਰਨੀ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਾਡਾ ਪਿੰਡ ਹੈਗਾ ਕਲੋਏ, ਹਾਂਜੀ, ਐਂਡ ਸਾਡਾ ਨਾਲ ਦਾ ਪਿੰਡ ਹੈਗਾ ਸਰਾਂ ਜੱਟਾਂ ਕਢਾਉਣਾ ਦਾ। ਹਾਂਜੀ, ਅਸੀਂ ਮੰਮਾ ਨਾਲੇ ਡੈਡੀ ਇੰਡੀਆ ਨੂੰ ਲੈ ਕੇ ਜਾਂਦੇ ਹੁੰਦੇ ਸੀ ਸਾਨੂੰ, ਨਾਲੇ ਉਹ ਫਿਰ ਦੱਸਦੇ ਸੀ ਨਾਲ ਦੇ ਪਿੰਡ ਕਿਹੜੇ ਹਨ। ਐਂਡ ਇਹ ਇੱਕ ਹੈਗਾ ਸੀ ਸਰਾਂ, ਅਸੀਂ ਇਹ ਆਪਣਾ ਜੇ ਮੇਨ ਸ਼ਹਿਰ ਉਹ ਹੈਗਾ ਟੰਡਾ, ਨਾਲੇ ਡੈਡੀ ਹੁਣ ਕਹਿੰਦੇ ਹੁੰਦੇ ਸੀ ਅਤੇ ਸਰਾਂ ਲੱਗ ਗਏ ਆ, ਸੜਾਂ ਨੂੰ ਜਾਣਾ ਚਾਹੀਦਾ, ਨਾਲੇ ਉੱਥੇ ਦੀ ਲੋਕ ਆਪਣੇ ਲੋਕ ਵਾਂਗੂ ਆ, ਨਾਲੇ ਬਹੁਤ ਵਧੀਆ ਲੱਗਾ ਡਾਕੂਮੈਂਟਰੀ, ਅਤੇ ਬਹੁਤ ਪਿਆਰੇ ਲੋਕ, ਨਾਲੇ ਆਪਣੇ ਜੋ ਪੈਨਲ 'ਤੇ ਬੈਠੇ ਆ, ਹਾਂਜੀ, ਉਹ ਵੀ ਜੋ ਕਾਲਜ ਦਾ ਤਰੱਕੀ ਕੀਤੀ ਉਹ ਵੀ ਬਹੁਤ ਵਧੀਆ ਲੱਗਿਆ, ਨਾਲੇ ਹੋਸਪਿਟਲ ਦਾ ਵੀ ਥੋੜ੍ਹਾ ਸੇਵਾ ਹੋਈ ਆ, ਉਹ ਬਹੁਤ ਬਹੁਤ ਵਧੀਆ ਲੱਗੇ।
ਹੋਰ ਪਿੰਡ ਨੂੰ ਯਾਨੀ ਕਿ ਜ਼ਿਆਦਾ ਡਿਵੈਲਪਮੈਂਟ ਕਰਨ ਵਾਸਤੇ ਉੱਥੇ ਹੋਰ ਕੀ ਕੰਮ ਕਰਨ ਦੀ ਲੋੜ ਹੈਗੀ ਹੈ? ਤੁਸੀਂ ਇੱਥੋਂ ਦੇ ਰਹਿਣ ਸਹਿਣ ਵੀ ਦੇਖਿਆ ਹੈਗਾ, ਉੱਥੋਂ ਦਾ ਐਟਮੋਸਫੇਅਰ ਵੀ ਦੇਖਿਆ, ਹੋਰ ਕੀ ਕਰਨਾ ਚਾਹੀਦਾ ਸੀ, ਚਾਹੀਦਾ ਪਿੰਡ ਵਿੱਚ ਕਿ ਪਿੰਡ ਹੋਰ ਜ਼ਿਆਦਾ ਜਿਹੜਾ ਹੈਗਾ ਪ੍ਰੋਗਰੈਸ ਕਰੇ? ਇੱਕ ਗੱਲ ਤਾਂ ਮੈਂ ਨੋਟ ਕੀਤੀ ਹੈ ਅਤੇ ਜੋ ਕੁਛ ਹੋਇਆ ਉਹ ਚੰਗਾ ਹੋਇਆ ਜੀ, ਮੇਨ ਗੱਲ ਇਹ ਸੀ। ਅਤੇ ਜਿਹੜਾ ਟਾਂਡੇ ਤੋਂ ਹਿਸ਼ਾਰਪੁਰ ਜੀ ਰੋਡ ਆ ਹਾਂਜੀ, ਉਹ ਹੁਣ ਜਿਹੜਾ ਇੰਗਲੈਂਡ ਦੇ ਸਟੈਂਡਰਡ ਦੇ ਹਿਸਾਬ ਨਾਲ ਬਣੀ ਗਈ ਹੈ, ਨਾਲੇ ਜਿੱਦਾਂ ਰਿਫਲੈਕਟਰ ਵੀ ਲੱਗਿਆ ਹੈ, ਜਿੱਦਾਂ ਸੇਫਟੀ ਦਾ ਬਹੁਤ ਦੋ ਇਸਤੇਮਾਲ ਬਹੁਤ ਕੀਤਾ ਹੈਗਾ। ਅਤੇ ਇਹ ਵੀ ਚਾਹੁੰਦਾ ਅਤੇ ਆਪਣੇ ਜਿਹੜੇ ਸੜਕਾਂ ਪਿੰਡ ਵੱਲ ਨੂੰ ਵੀ ਜਾਂਦੇ ਆ ਉਹ ਵੀ ਇੱਟਾਂ ਤੋਂ ਥੋੜ੍ਹਾ ਜਿਹਾ ਟਾਰਮੈਕ ਬਣ ਜਾਵੇ, ਉਹ ਵੀ ਵਧੀਆ ਗੱਲ ਹੋਊਗੀ। ਫਿਰ ਕੋਈ ਜਿਹੜੇ ਗੱਡੀਆਂ ਅਤੇ ਟਰੱਕ ਤੋਂ ਜੋ ਲੰਘਦੇ ਫਿਰਦੇ ਉਹ ਫਿਰ ਖਰਾਬ ਨਾ ਹੋਵੇ, ਨਾਲੇ ਹੋਰ ਜੀ ਡਿਵੈਲਪਮੈਂਟ ਹੋਣੀ ਚਾਹੀਦੀ। ਜੇ ਕਹਿ ਸਕਦੇ ਹਾਂ ਸਰਪੰਚ ਦਾ ਮਤਲਬ ਦਾ ਜ਼ਿੰਮੇਵਾਰੀ ਪੈਂਦੀ ਆ ਡਿਵੈਲਪਮੈਂਟ ਕਰਨ ਲਈ, ਉਹਨੂੰ ਸਪੋਰਟ ਦਿਓ, ਸਪੋਰਟ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ, ਸਾਥ ਦਿਓ ਨਾ ਇਕੱਠੇ। ਵੈਸੇ ਵੀ ਸਰਪੰਚ ਜਿਹੜਾ ਹੈਗਾ ਆਪਾਂ ਦੇਖਿਆ ਡਾਕੂਮੈਂਟ ਵੀ ਯੰਗ ਹੈਗਾ, ਉਹ ਕੰਮ ਕਰਨ ਦੇ ਵੀ ਉਹਦੇ ਵਿੱਚ ਚੰਗੀ ਜਿਹੜੀ ਹੈਗੀ ਹੈ ਐਨਰਜੀ ਹੈਗੀ ਹੈ। ਹਾਂਜੀ ਜੀ ਜੀ ਠੀਕ ਹੈ, ਬਹੁਤ ਵਧੀਆ। ਤੁਸੀਂ ਪੰਜਾਬੀ ਵੀ ਸੋਹਣੀ ਬੋਲ ਲੈਂਦੇ ਹੈਗੇ ਆ, ਅਤੇ ਤੁਹਾਨੂੰ ਮਤਲਬ ਉੱਥੇ ਪੰਜਾਬ 'ਚ ਜਾ ਕੇ ਤੁਸੀਂ ਦਿਲ ਲੱਗਦਾ ਤੁਹਾਡਾ ਉੱਥੇ ਜਾ ਕੇ, ਤੁਹਾਨੂੰ ਚੰਗਾ ਲੱਗਦਾ? ਹਾਂਜੀ ਬਹੁਤ ਦਿਲ ਲੱਗਦਾ, ਦਿਲ ਇਸ ਕਰਕੇ ਲੱਗਦਾ ਫਿਰ ਜਿਹੜੇ ਉੱਥੇ ਰਹਿਣ ਵਾਲੇ ਲੋਕ ਆ ਬਹੁਤ ਪਿਆਰੇ ਹਨ, ਨਾਲੇ ਆਪਣੇ ਸਾਥ ਰਹਿੰਦੇ ਹਨ, ਨਾਲੇ ਇਕੱਠੇ ਰਹਿੰਦੇ ਹਨ। ਜਦੋਂ ਇਕੱਠੇ ਰਹਿੰਦੇ ਹੁੰਦੇ ਹੋਏ ਫਿਰ ਬਹੁਤ ਜ਼ਿਆਦਾ ਸਪੋਰਟ, ਨਾਲੇ ਫਿਰ ਦਿਲ ਲੱਗਦਾ ਵਾਪਸ ਆਉਣ ਲਈ। ਜਿਵੇਂ ਤੁਸੀਂ ਦੱਸਿਆ ਹੈਗਾ ਸਾਰੇ ਜਿਹੜੇ ਇਨਫੋਰਮੇਸ਼ਨ ਦਿੱਤੀ ਹੈਗੀ, ਤੁਹਾਨੂੰ ਬੜਾ ਪਿਆਰ ਕਰਦੇ ਹੈਗੇ ਆ, ਜਿਹੜੇ ਯੂਥ ਇੱਥੋਂ ਦਾ ਅੱਜ ਟੀਵੀ 'ਤੇ ਸਾਰੇ ਦੇਖ ਰਹੇ ਹੈਗੇ, ਉਹਨਾਂ ਨੂੰ ਤੁਸੀਂ ਇੱਕ ਮੈਸੇਜ ਜਿਹੜਾ ਪੰਜਾਬ ਬਾਰੇ ਆਪਣੇ ਪਿੰਡਾਂ ਬਾਰੇ ਇੰਗਲਿਸ਼ 'ਚ ਦੇਣਾ ਹੈਗਾ, ਉਹਨਾਂ ਨੂੰ ਮੈਸੇਜ ਦਿਓ ਕਿ ਪਿੰਡਾਂ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਹੈਗਾ, ਆਪਣੇ ਜਿਹੜੇ ਹੈਗੇ ਆ ਰੂਟਸ ਦੇ ਨਾਲ ਜੁੜਨਾ ਚਾਹੀਦਾ, ਤੁਸੀਂ ਇੱਕ ਮੈਸੇਜ ਯੂਥ ਵਾਸਤੇ ਇੰਗਲਿਸ਼ 'ਚ ਦੇਣਾ ਹੈ। ਇਨ ਇੰਗਲਿਸ਼ ਓਕੇ, the youth generation, they need to go back to India, go back to the roots, see where their family is from, learn, and only once they do go back then they'll understand why our parents come from India to England, only to make a better future for themselves, but to also go back and maybe retire in their home country where they originated from. So the youth should really go back and see what your parents might have left, and why they want to go back and settle down there. It's only once you are there you'll realize what is there, and also you'll be amongst your fellow other Sikh people. So if you're in your own community you can only prosper. ਬਹੁਤ ਵਧੀਆ ਜੀ, ਠੀਕ ਹੈ ਜੀ, ਥੈਂਕ ਯੂ। ਅਤੇ ਤੁਹਾਡੇ ਇੱਥੇ ਪੇਰੈਂਟਸ ਹੁਣ ਨਾਲ ਆਏ ਆ ਤੁਹਾਡੇ? ਹਾਂਜੀ। ਕੌਣ ਹੈਗੇ ਆ? ਅੱਛਾ ਜੀ, ਠੀਕ ਹੈ ਠੀਕ ਹੈ, ਕੁਲਦੀਪ ਕੌਰ ਜੀ ਔਰ ਭਾਅ ਜੀ ਬਲਦੇਵ ਸਿੰਘ ਜੀ, ਹੈ ਨਾ, ਬਹੁਤ ਬਹੁਤ ਇਹਨਾਂ ਨੂੰ ਵੀ ਜਿਹੜਾ ਹੈਗਾ ਸ਼੍ਰੇਅ ਜਾਂਦਾ ਹੈਗਾ, ਤੁਹਾਨੂੰ ਪਿੰਡ ਲੈ ਕੇ ਗਏ, ਬਹੁਤ ਵਧੀਆ, ਥੈਂਕ ਯੂ ਬੇਟਾ, ਥੈਂਕ ਯੂ। ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਕੁਲਦੀਪ ਕੌਰ ਵੀ ਬੜੇ ਖੁਸ਼ ਹੋ ਰਹੇ ਸੀ ਜੋ ਬੇਟਾ ਦੱਸ ਰਿਹਾ। ਭੈਣ ਜੀ ਕੁਲਦੀਪ ਕੌਰ ਜੀ ਤੁਸੀਂ ਕੀ ਕਹਿਣਾ ਚਾਹੋਗੇ? ਔਰ ਬਹੁਤ ਵਧੀਆ ਗੱਲ ਹੈਗੀ ਹੈ ਕਿ ਤੁਸੀਂ ਖੜੇ ਹੋ ਕੇ ਗੱਲ ਕਰਨੀ ਹੈ ਕਿ ਆਪਣਾ ਤੁਸੀਂ ਆਪਣੇ ਬੱਚਿਆਂ ਨੂੰ ਜਿਹੜਾ ਆਪਣੇ ਪਿੰਡ ਦੇ ਵਿੱਚ ਲੈ ਕੇ ਗਏ, ਇਹ ਪਿੰਡ ਦੇ ਕਲਚਰ ਬਾਰੇ ਇਹਨਾਂ ਨੂੰ ਸਾਰਾ ਪਤਾ ਆ ਔਰ ਇਹ ਵੀ ਪਿੰਡ ਨੂੰ ਪਿਆਰ ਕਰਦੇ ਆ, ਤੁਸੀਂ ਪਿੰਡ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ, ਨਾਲੇ ਆਪਣੇ ਵੀਰ ਨਿਰਮਲ ਸਿੰਘ ਕੰਧਾਲ ਵੀ, ਉਹਨਾਂ ਦਾ ਵੀ ਬਹੁਤ ਥੈਂਕਸ ਕਰਦੀ ਹਾਂ ਜਿਨ੍ਹਾਂ ਨੇ ਇੰਨਾ ਹਾਰਡ ਵਰਕ ਕੀਤਾ ਅਤੇ ਇਹ ਡਾਕੂਮੈਂਟਰੀ ਤਿਆਰ ਕਰਕੇ ਸਾਨੂੰ ਇੱਥੇ ਦਿਖਾ ਲਈ ਆ। ਅਤੇ ਉਹ ਵੀ ਹੈਗੇ ਆ ਲੋਕ ਜਿਹੜੇ ਆ ਨਹੀਂ ਸਕੇ ਅਤੇ ਉਹ ਘਰ ਬੈਠੇ ਸਾਰੇ ਦੇਖਣਗੇ ਡਾਕੂਮੈਂਟਰੀ ਨੂੰ, ਸਾਰੀ ਦੁਨੀਆ ਦੇਖ ਰਹੀ ਹੈਗੀ। ਹਾਂਜੀ, 8-4-0 ਦੇ ਉੱਤੇ ਪੂਰਾ ਯੂਰਪ ਵਿੱਚ ਇੰਟਰਨੈਟ ਦੇ ਰਾਹੀਂ ਪੂਰੀ ਦੁਨੀਆ 'ਚ ਇਹ ਪ੍ਰੋਗਰਾਮ ਦੇਖਿਆ ਜਾ ਰਿਹਾ ਜੀ। ਹਾਂਜੀ, ਅਤੇ ਜਿਹੜੇ ਹਜੇ ਨਹੀਂ ਵੀ ਛੇਤੀ ਛੇਤੀ ਜਾਂਦੇ ਆਪਣੇ ਪਿੰਡਾਂ ਨੂੰ, ਹੈ ਨਾ, ਉਹਨਾਂ ਦੇ ਦਿਲ ਵਿੱਚ ਵੀ ਇਨਕਰੇਜਮੈਂਟ ਹੋਊਗੀ ਵੀ ਜੈ ਸਾਨੂੰ ਆਪਣੇ ਪਿੰਡ ਨੂੰ ਜਾਣਾ ਚਾਹੀਦਾ, ਜਾ ਕੇ ਦੇਖਣਾ ਚਾਹੀਦਾ, ਜਿਹੜੇ ਸਾਡੇ ਪਿੱਛੇ ਤਾਏ ਚਾਚੇ ਰਹਿੰਦੇ ਆ ਉਹਨਾਂ ਨੂੰ ਮਿਲਣਾ ਵੀ ਚਾਹੀਦਾ ਆ। ਉਦਾਂ ਮੈਂ 71 ਦੇ ਵਿੱਚ, ਮੇਰਾ ਕਲੋਏ ਪਿੰਡ ਆ, ਉਹ ਮੇਰੇ ਸਹੁਰਿਆਂ ਦਾ ਪਿੰਡ ਹੈਗਾ, ਹੈ ਨਾ। ਹਾਂਜੀ, ਤਾਂ ਪਰ ਨਾਲ ਹੀ ਜੱਟਾਂ ਦਾ ਕਧਾਲਾ ਵੀ ਨਾਲ ਹੀ ਆ, ਅਤੇ ਮੇਰੀ ਟੀਚਿੰਗ ਪ੍ਰੈਕਟਿਸ ਹੁੰਦੀ ਸੀ ਜਲੰਧਰ ਬੀਐਡ ਤੋਂ ਬਾਅਦ, ਫਿਰ ਅਸੀਂ ਰੋਜ਼ ਜਾਂਦੇ ਹੁੰਦੇ ਸੀ ਮੈਂ ਅਤੇ ਮੇਰੇ ਹਸਬੈਂਡ ਪਿੰਡ ਦੇ ਵਿੱਚ ਦੀ ਲੰਘ ਕੇ ਨਾਲ ਦਾ ਪਿੰਡ ਕਧਾਲਾ ਦੇਖਣ ਨੂੰ ਵਿੱਚ ਦੀ ਲੰਘ ਕੇ ਜਾਂਦੇ ਹੁੰਦੇ ਸੀਗੇ ਅਸੀਂ ਹਮੇਸ਼ਾ ਹੀ। ਤਾਂ ਮੈਂ ਬਹੁਤ ਖੁਸ਼ ਹੋਈ ਹਾਂ ਦੇਖ ਕੇ, ਜਿਹੜਾ ਇੰਨਾ
ਉਹਨਾਂ ਕਾਲਜ ਬਣਾਇਆ ਆ ਤੇ ਖਾਸ ਕਰਕੇ ਤੁਹਾਡੀ ਜਿਹੜੀ ਹੈਗੀ ਆ ਲਾਈਨ ਵੀ ਇਹੀ ਹੈ ਤੁਸੀਂ ਲੈਕਚਰਰ ਹੈਗੇ ਤੇ ਹਾਂਜੀ ਤੁਸੀਂ ਦੇਖਿਆ ਕਿ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਭਾਜੀ ਨੇ ਦੱਸਿਆ ਸੀ ਜਦੋਂ ਕੰਪਿਊਟਰ ਭੇਜਿਆ ਉੱਥੇ ਹਨਾ ਤੇ ਮੈਂ ਬੜੀ ਖੁਸ਼ ਸੀ ਮੈਂ ਕਿਹਾ ਬਈ ਇਹ ਕੰਪਿਊਟਰ ਹੁਣ ਤਾਂ ਚਲੋ ਸਾਰੇ ਪਾਸੇ ਕੰਪਿਊਟਰ ਬਹੁਤ ਐਡਵਾਂਸ ਹੋ ਗਿਆ ਹਨਾ ਤੇ ਜਦੋਂ ਭੇਜੇ ਸੀ ਚਲੋ ਬੱਚੇ ਆਪਣੇ ਬੱਚੇ ਜਿਹੜੇ ਉੱਥੇ ਆ ਇੰਟੈਲੀਜੈਂਟ ਹੈਗੇ ਆ ਤੇ ਪਿੰਡਾਂ ਦੇ ਵਿੱਚ ਕਈ ਵਾਰੀ ਮਾਂ ਬਾਪ ਜਿਹੜੇ ਹੈਗੇ ਸ਼ਹਿਰਾਂ ਦੇ ਵਿੱਚ ਨਹੀਂ ਭੇਜਦੇ ਬੱਚਿਆਂ ਨੂੰ ਸਪੈਸ਼ਲ ਕੁੜੀਆਂ ਨੂੰ ਆਪਾਂ ਨਹੀਂ ਭੇਜਦੇ ਸੀ ਪਹਿਲਾਂ ਤੇ ਫਿਰ ਉਹ ਬੱਚੀਆਂ ਜਿਹੜੀਆਂ ਹੈਗੀਆਂ ਉੱਥੇ ਆਪਣੀ ਐਜੂਕੇਸ਼ਨ ਲੈ ਸਕਦੀਆਂ ਆ ਤੇ ਆਪਣੇ ਫਿਊਚਰ ਜਿਹੜਾ ਹੈ ਉਹਨੂੰ ਬ੍ਰਾਈਟ ਕਰ ਸਕਦੀਆਂ ਫਿਰ ਉਹਨਾਂ ਦੀਆਂ ਜੋਬਸ ਬਹੁਤ ਸੋਹਣੀਆਂ ਹੋ ਸਕਦੀਆਂ ਤੇ ਆਪਣੇ ਸਟੈਂਡਰਡ ਨੂੰ ਵੀ ਗੁੱਡ ਬਣਾਉਂਦੀਆਂ ਹੈਗੀਆਂ ਆਪਣੀਆਂ ਤੇ ਇਹ ਗੱਲ ਦੇਖ ਕੇ ਮੈਂ ਬਹੁਤ ਖੁਸ਼ ਹੋਈਆਂ ਜਿਹੜੀਆਂ ਪਿਛਲੀਆਂ ਚੀਜ਼ਾਂ ਦਿਖਾਲੀਆਂ ਆ ਬੇਲ ਨੇ ਦਿਖਾਲੇ ਇੱਥੇ ਦੇ ਯੰਗ ਨਿਆਣੇ ਜਿਹੜੇ ਹੈਗੇ ਉਹ ਦੇਖਣਗੇ ਵੀ ਗੁੜ ਸ਼ੌਪ ਤੋਂ ਲੈ ਕੇ ਆ ਜਾਂਦੇ ਆ ਉਹ ਦੇਖਣ ਵੀ ਗੁੜ ਕਿੱਦਾਂ ਤਿਆਰ ਕੀਤਾ ਜਾਂਦਾ ਆ ਕਿੱਦਾਂ ਗੰਨੇ ਤਿਆਰ ਕਰਕੇ ਉਹਦੀ ਰਸ ਬਣਾਈ ਜਾਂਦੀ ਆ ਤੇ ਫਿਰ ਗੁੜ ਨੂੰ ਪ੍ਰਿਪੇਅਰ ਕਰਨ ਨੂੰ ਕਿੰਨਾ ਟਾਈਮ ਲੱਗਦਾ ਆ ਤੇ ਓਰੀਜਨਲ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੇਖਣ ਦੇ ਵਿੱਚ ਆਉਣਗੀਆਂ ਹਾਂ ਤੇ ਉਹ ਵੀ ਦੇਖ ਕੇ ਮੈਂ ਖੁਸ਼ ਹਾਂ ਜਦੋਂ ਅੱਗੇ ਪੁਰਾਣੇ ਸਮੇਂ ਦੇ ਵਿੱਚ ਸਿਆਣੇ ਲੋਕ ਜਿਹੜੇ ਹੁੰਦੇ ਸੀ ਉਹ ਬੈਠ ਕੇ ਖੇਲਦੇ ਹੁੰਦੇ ਸੀ ਦਾ ਤਾਸ਼ ਖੇਲਦੇ ਹੁੰਦੇ ਸੀ ਜਿੱਦਾਂ ਇੱਥੇ ਕਈ ਵਾਰੀ ਸਿਆਣੇ ਜਿਹੜੇ ਹੈਗੇ ਉਹ ਘਰ ਵਿੱਚ ਬੈਠੇ ਰਹਿੰਦੇ ਆ ਤੇ ਤਾਂ ਕਰਕੇ ਡਿਪਰੈਸ਼ਨ ਤੇ ਸਟ੍ਰੈਸ ਜਿਹੜਾ ਉਹਨਾਂ ਨੂੰ ਬਹੁਤ ਪੈ ਜਾਂਦਾ ਆ ਵੀ ਆਪਸ ਵਿੱਚ ਮਿਲਦੇ ਨਹੀਂ ਇਸ ਗੱਲ ਦੀ ਤਾਂ ਬਹੁਤ ਖੁਸ਼ੀ ਆ ਵੀ ਕਮਿਊਨਿਟੀ ਸੈਂਟਰ ਹੈਗੇ ਇੱਥੇ ਤੇ ਗੁਰਦੁਆਰੇ ਮੇਨ ਤੌਰ ਦੇ ਉੱਤੇ ਗੁਰਦੁਆਰੇ ਹੈਗੇ ਆਪਣੇ ਸਾਰੇ ਬਜ਼ੁਰਗ ਸਿਆਣੇ ਗੁਰਦੁਆਰੇ ਜਾਂਦੇ ਆ ਆਪਾਂ ਇੱਕ ਦੂਜੇ ਨੂੰ ਮਿਲ ਸਕਦੇ ਹੈਗੇ ਆ ਤੇ ਸਰਾਂ ਦਾ ਸਭ ਤੋਂ ਜ਼ਿਆਦਾ ਮੈਂ ਖੁਸ਼ ਇਹ ਹੋਈ ਹਾਂ ਵੀ ਮੈਨੂੰ ਸਰਾਂ ਦੀ ਬੈਕਗ੍ਰਾਊਂਡ ਹਿਸਟਰੀ ਦਾ ਪਤਾ ਲੱਗ ਗਿਆ ਆ ਮੈਨੂੰ ਇੰਨਾ ਡੀਪਲੀ ਨਹੀਂ ਪਤਾ ਸੀ ਜਿੱਦਾਂ ਹੁਣ ਭਾਜੀ ਨੇ ਦੱਸਿਆ ਉੱਥੇ ਵੀ ਇਹ ਸਰਾਂ ਜਿਹੜੀ ਹੈਗੀ ਕਿੱਦਾਂ ਡਿਵੈਲਪ ਹੋਈ ਆ ਹਨਾ ਤੇ ਆਪਾਂ ਵੀ ਇਨਸਟੈਡ ਆਫ ਉੱਥੇ ਟਾਂਡੇ ਸ਼ੋਪਿੰਗ ਕਰਨ ਦੀ ਬਜਾਏ ਅਸੀਂ ਵੀ ਸਰਾਂ ਤੋਂ ਚੀਜ਼ਾਂ ਲੈ ਕੇ ਆਉਂਦੇ ਹੁੰਦੇ ਸੀ ਸਰਾਂ ਜਾਂਦੀ ਹੁੰਦੀ ਮੈਂ ਸਾਰੀਆਂ ਦੁਕਾਨਾਂ ਆਪਣੇ ਬੱਚਿਆਂ ਨੂੰ ਦਿਖਾ ਲਈਆਂ ਵੀ ਆਪਣੇ ਆਲੇ ਦੁਆਲੇ ਦੇ ਪਿੰਡਾਂ ਨੂੰ ਦੇਖਣਾ ਚਾਹੀਦਾ ਬਜ਼ੁਰਗਾਂ ਨੂੰ ਮਿਲਣਾ ਚਾਹੀਦਾ ਸਤਿਕਾਰ ਕਰਨਾ ਚਾਹੀਦਾ ਉਹਨਾਂ ਦੀਆਂ ਬਲੈਸਿੰਗ ਲੈਣੀਆਂ ਚਾਹੀਦੀਆਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਿਆਣੇ ਲੋਕ ਜਿਹੜੇ ਹੈਗੇ ਆ ਜਦੋਂ ਆਪਾਂ ਉਹਨਾਂ ਨੂੰ ਬੁਲਾਉਂਦੇ ਆ ਉਹ ਸਾਨੂੰ ਕਿੰਨੇ ਪਿਆਰ ਦੇ ਨਾਲ ਮਿਲਦੇ ਆ ਕਿੰਨੀਆਂ ਸਾਨੂੰ ਅਸੀਸਾਂ ਦਿੰਦੇ ਆ ਤੇ ਇਹਨਾਂ ਦਾ ਵੀ ਪਿੱਛੇ ਕੋਈ ਮਤਲਬ ਹੈਗਾ ਆ ਅਸੀਸਾਂ ਸਾਨੂੰ ਜਿਹੜੀਆਂ ਮਿਲਦੀਆਂ ਆ ਇਹ ਐਗਜ਼ਾਮਪਲ ਰਜਿੰਦਰ ਸਿੰਘ ਜੀ ਕੋਲ ਬੈਠੇ ਆ ਬਹੁਤ ਵਧੀਆ ਤੁਸੀਂ ਇਹਨਾਂ ਨੂੰ ਆਪਣੇ ਪਿੰਡਾਂ 'ਚ ਲੈ ਕੇ ਗਏ ਇਹਨਾਂ ਨੂੰ ਆਪਣੇ ਕਲਚਰ ਦੇ ਨਾਲ ਆਪਣੇ ਜਿਹੜੇ ਭਾਈਚਾਰੇ ਦੇ ਨਾਲ ਮਿਲਾਇਆ ਤੇ ਅੱਜ ਇਹਨਾਂ ਨੂੰ ਵੀ ਸਾਰਾ ਕੁਝ ਪਤਾ ਹੈਗਾ ਹਾਂਜੀ ਬਹੁਤ ਧੰਨਵਾਦ ਭੈਣ ਜੀ ਤੁਹਾਡਾ ਥੈਂਕ ਯੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੇ ਨਾਲੇ ਭੈਣ ਜੀ ਬਲਵਿੰਦਰ ਕੌਰ ਜੀ ਵੀ ਬੈਠੇ ਹੈਗੇ ਆ ਭੈਣ ਜੀ ਬਲਵਿੰਦਰ ਕੌਰ ਜੀ ਤੁਸੀਂ ਖੜੇ ਹੋ ਕੇ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਬਾਰੇ ਸਲਾਹ ਬਾਅਦ ਚ ਕਰ ਲਿਆ ਜੇ ਪਹਿਲਾਂ ਸਾਨੂੰ ਦੱਸ ਦੋ ਜੀ ਕੁਛ ਪਿੰਡ ਬਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਣੇ ਸਾਲ ਕ ਹੋਇਆ ਕੇ ਇਹਨੂੰ ਪਿੰਡ ਬਹੁਤ ਸੋਹਣਾ ਬਹੁਤ ਚੰਗਾ ਆ ਹਾਂਜੀ ਹਾਂਜੀ ਤੇ ਗੁਰਦੁਆਰਾ ਵੀ ਨਾਈਸ ਆ ਹਾਂਜੀ ਮੈਂ ਮੱਥਾ ਟੇਕਣ ਗਈ ਸੀ ਜਿਹੜਾ ਨਵਾਂ ਬੰਦਾ ਆ ਚਾਚੇ ਰਹਿੰਦੇ ਆ ਹਾਂਜੀ ਉਹਨਾਂ ਨੂੰ ਮਿਲਣ ਚਾਹੀਦਾ ਆ ਭਾਜੀ ਉਹਨਾਂ ਦੀ ਸਿਸਟਰ ਰਹਿੰਦੀ ਉੱਥੇ ਅਸੀਂ ਮਿਲਣ ਚਾਹੀਦਾ ਠੀਕ ਹੈ ਬਹੁਤ ਵਧੀਆ ਤੇ ਭਾਜੀ ਵੀਰਾਂ ਨੂੰ ਫੜਾਓ ਮਾਈਕ ਆਪਾਂ ਉਹਨਾਂ ਨੂੰ ਪੁੱਛ ਲੈਣੇ ਬਾਕੀ ਰਹਿੰਦੀ ਗੱਲਬਾਤ ਹਾਂਜੀ ਭਾਜੀ ਤੁਸੀਂ ਦੱਸੋ ਜੀ ਕੰਦਾਲਾ ਜੱਟਾਂ ਬਾਰੇ ਕੀ ਕਹਿਣਾ ਚਾਹੋਗੇ ਭਾਜੀ ਮੇਰਾ ਤਾਂ ਜਨਮ ਡੇਟ ਬਰਥ ਵੀ ਉੱਥੇ ਦਾ ਹੀ ਹੈ ਜੀ ਅੱਛਾ ਹਾਂਜੀ ਤੇ 25 ਮਾਰਚ 1957 ਹਾਂਜੀ ਤੇ ਉਸ ਤੋਂ ਬਾਅਦ ਫਿਰ ਆ ਮਾਰਚ ਹੀ ਮਹੀਨਾ ਫਿਰ ਚੱਲਦਾ ਪਿਆ ਜੀ ਹਾਂਜੀ ਆਉਣ ਵਾਲਾ ਹੀ ਆ ਤੇ ਮੇਰਾ ਖਿਆਲ ਹੈ ਅਬਾਊਟ ਮੇਰਾ 7 ਤਰੀਕ ਦੀਆਂ ਟਿਕਟਾਂ ਵਾਪਸ ਆ ਤੇ ਅਕਤੂਬਰ 'ਚ ਗਏ ਸੀਗੇ ਤੁਹਾਨੂੰ ਮੈਂ ਜਨਮ ਦਿਨ ਦੀਆਂ ਵਧਾਈਆਂ ਦੇ ਦਿੰਦੇ ਹਾਂ ਜੀ ਥੈਂਕ ਯੂ ਵੈਰੀ ਮਚ ਹਾਂਜੀ ਤੇ ਅਕਤੂਬਰ 'ਚ ਗਏ ਸੀਗੇ ਤੇ ਹੋਪਫੁਲੀ ਹੁਣ ਫਿਰ ਜਾਣ ਦਾ ਮੂਡ ਹੈਗਾ ਇੱਕ ਵਿਆਹ ਆ ਹਾਂਜੀ ਤੇ ਜਾ ਕੇ ਅਟੈਂਡ ਕਰਨਾ ਹੈ ਹਾਂਜੀ ਠੀਕ ਕਿਦਾਂ ਲੱਗਦਾ ਜਦੋਂ ਪਿੰਡ ਜਾਂਦੇ ਤੁਸੀਂ ਪਿੰਡ ਬਹੁਤ ਨਾਈਸ ਲੱਗਦਾ ਜੀ ਬਹੁਤ ਕੋਆਪਰੇਟਿਵ ਲੋਕ ਆ ਹਾਂਜੀ ਬਹੁਤ ਵਧੀਆ ਆ ਮਾਹੌਲ ਵੀ ਬਹੁਤ ਸੋਹਣਾ ਆ ਇੱਕ ਸਾਡਾ ਪਿੰਡ 'ਚ ਦੀ ਖਾਸ ਜਿਹੜੀ ਹੈ ਨਾ ਜੀ ਖਾਸੀਅਤ ਉਹ ਇਹ ਹੈ ਕਿ ਸਾਡੇ ਸਾਰੇ ਤਰ੍ਹਾਂ ਦੇ ਸਾਰੇ ਧਰਮਾਂ ਦੇ ਲੋਕ ਉਸ ਪਿੰਡ ਵਿੱਚ ਰਹਿੰਦੇ ਆ ਤੇ ਸਾਰਿਆਂ ਦਾ ਇੱਕ ਦੂਜੇ ਨਾਲ ਬਹੁਤ ਤੇ ਪਿਆਰ ਆ ਦਿਨਾਂ ਬਾਰਾਂ ਤੇ ਇੱਕ ਦੂਜੇ ਨੂੰ ਮਿਲਦੇ ਆ ਤੇ ਬਾਕੀ ਅਸੀਂ ਇਸ ਪਿੰਡ ਬਾਰੇ ਆਪਾਂ ਇਹ ਸੁਣਿਆ ਕਿ ਸੁਣਿਆ ਨਹੀਂ ਮੈਨੂੰ ਪਤਾ ਆ ਕਿ ਇੱਥੇ ਐਜੂਕੇਸ਼ਨ ਸਿਸਟਮ ਬਹੁਤ ਗੁੱਡ ਆ ਕਿਉਂਕਿ ਮੇਰੇ ਡੈਡ ਉਹਨਾਂ ਦਾ 38 ਦਾ ਬਰਥ ਹੈ ਜੀ ਤੇ ਉਹਨਾਂ ਨੇ ਆਪਣੇ MBA ਕੀਤੀ ਸੀ ਉਸ ਟਾਈਮ ਤੇ ਤੇ ਮੇਰੇ ਅੰਕਲ ਨੇ MA ਕੀਤੀ ਇੰਗਲਿਸ਼ ਦੀ ਉਸ ਤੋਂ ਬਾਅਦ ਇੱਕ ਸੈਕਿੰਡ ਉਹਨਾਂ ਦੀ ਡੈਥ ਹੋ ਗਈ ਸਾਰਿਆਂ ਤੋਂ ਛੋਟੇ ਅੰਕਲ ਉਹਨਾਂ ਨੇ MA ਪੰਜਾਬੀ ਖਾਲਸਾ ਕਾਲਜ ਤੋਂ ਕੀਤੀ ਸੀ ਜਲੰਧਰ ਤੋਂ ਵੱਡੀ ਗੱਲ ਹੈ ਜੀ ਉਸ ਟਾਈਮ ਦੇ ਵਿੱਚ ਮੈਂ ਕਹਿੰਦਾ ਜੀ ਜੇ ਅਸੀਂ ਐਜੂਕੇਸ਼ਨ ਦਾ ਦੇਖੀਏ ਅੱਜ ਦੇ ਟਾਈਮ ਦੇ ਵਿੱਚ ਪੰਜਾਬ 'ਚ ਜਾਈਏ ਨਾ ਕਈ ਵਾਰੀ
ਕਿਸੇ ਨੌਜਵਾਨ ਨੂੰ ਪੁੱਛ ਲਈ ਵੀ ਤੇਰੀ ਐਜੂਕੇਸ਼ਨ ਕੀ, ਕਹਿੰਦਾ ਮੈਂ ਪਲੱਸ ਟੂ ਕੀਤੀ ਹੈ ਤੇ ਹੁਣ ਕੀ ਕਰਦਾ, ਹੁਣ ਤਾਂ ਕਹਿੰਦਾ ਖੇਤੀ ਹੀ ਕਰਦਾ। ਤੇ ਯਾਨੀ ਕਿ ਅੱਜ ਵੀ ਜਿਹੜਾ ਨਾ ਸਾਡਾ ਉੱਥੇ ਐਜੂਕੇਸ਼ਨ ਦਾ ਪੰਜਾਬ ਦੇ ਵਿੱਚ ਉਹ ਮਿਆਰ ਨਹੀਂ ਹੈਗਾ ਜੋ ਪਹਿਲਾਂ ਸੀ। ਨਹੀਂ, ਸਾਡੀ ਸਾਰੀ ਫੈਮਿਲੀ ਪੜ੍ਹੀ ਲਿਖੀ ਆ ਜੀ, ਸਾਡੇ ਨਿਰਮਲ ਮੇਰੇ ਕਜ਼ਨ ਆ ਜੀ, ਹਾਂਜੀ ਇਹਨਾਂ ਦੇ ਮੇਰੇ ਤਾਇਆ ਜੀ ਦੇ ਲੜਕੇ ਆ ਇਹ, ਠੀਕ ਹੈ ਹਾਂਜੀ। ਤੇ ਅਸੀਂ ਸਾਡਾ ਫੈਮਿਲੀ ਉੱਥੇ ਜੁਆਇੰਟ ਫੈਮਿਲੀ ਮੰਗੀ ਆ, ਸਾਹਮਣੇ ਸਾਹਮਣੇ ਘਰ ਆ ਜੀ, ਤੇ ਇੱਕ ਦੂਜੇ ਨਾਲ ਮਿਲਦੇ ਵਰਤਦੇ ਆ ਸਾਰੇ। ਹਾਂਜੀ ਬਹੁਤ ਵਧੀਆ, ਥੈਂਕ ਯੂ ਭਾਜੀ, ਤੁਸੀਂ ਇੰਨੀ ਜਾਣਕਾਰੀ ਦਿੱਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੇ ਪਿੱਛੇ ਗਿੱਲ ਸਾਹਿਬ ਬੈਠੇ, ਅਕਸ਼ਰ ਸਿੰਘ ਗਿੱਲ, ਗਿੱਲ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਖੜੇ ਹੋਵੋ, ਮਾਈਕ ਲੈ ਕੇ ਗੱਲਬਾਤ ਆਪਾਂ ਕਰਦੇ ਹੈਗੇ ਆ ਤੁਹਾਡੇ। ਤੇ ਗਿੱਲ ਸਾਹਿਬ ਦੇ ਨਾਲ ਮਨਜੀਤ ਸਿੰਘ ਗਿੱਲ ਬੋਲ ਲੈਣਗੇ, ਬੋਲਣ ਦੀ ਪ੍ਰੋਬਲਮ। ਠੀਕ ਹੈ ਜੀ, ਮਨਜੀਤ ਸਿੰਘ ਗਿੱਲ, ਉਹ ਤਾਂ ਵੀ ਨਹੀਂ ਬੋਲੇ ਜਾਣ। ਮਨਜੀਤ ਸਿੰਘ ਗਿੱਲ ਦੇ ਨਾਲ ਬੈਠੇ ਭਾਜੀ ਮਹਿੰਦਰ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ ਜੀ ਪਿੰਡ ਦੇ ਬਾਰੇ, ਤੁਹਾਡੇ ਪਿੰਡ ਬਾਰੇ? ਖੜੇ ਹੋ ਕੇ ਜਾਣਕਾਰੀ ਦੇਣੀ ਹੈ ਜੀ ਭਾਜੀ ਮਹਿੰਦਰ ਸਿੰਘ ਜੀ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਿੱਦਾਂ ਤੁਹਾਨੂੰ ਦਰਬਾਰ ਸਿੰਘ ਜੀ ਦੱਸਿਆ ਵੀ ਮੇਰਾ ਪਿੰਡ ਤਾਂ ਇਹ ਹੈ ਨਹੀਂ, ਮੈਂ ਕੋਈ ਨਹੀਂ, ਤੁਸੀਂ ਜਾਣਕਾਰੀ ਦੇ ਦਿਓ ਤੁਸੀਂ ਪਿੰਡ ਬਾਰੇ, ਗਏ ਤੇ ਹੋਣੇ ਪਿੰਡ 'ਚ? ਨਹੀਂ ਗਿਆ ਨਹੀਂ, ਅਨਫੋਰਚੁਨੇਟਲੀ ਜਾਣਾ ਸੀ। ਅੱਛਾ ਜੀ। ਲੇਕਿਨ ਮੇਰੇ ਦੋਸਤ ਕਹਿੰਦੇ ਚਲੋ ਪਹਿਲਾਂ ਟੈਲੀ ਤੇ ਦੇਖ ਲਓ ਫਿਰ ਜਾਇਓ, ਫਿਰ ਤੁਹਾਨੂੰ ਸੌਖਾ ਰਹੂਗਾ। ਚਲੋ ਸੌਖਾ ਰਹੂਗਾ, ਇਹ ਵੀ ਗੱਲ ਠੀਕ ਹੈ। ਤਾਂ ਹੁਣ ਟੈਲੀ ਤੇ ਕਿੱਦਾਂ ਲੱਗਿਆ ਇਹ ਦੱਸੋ? ਹਾਂਜੀ, ਟੈਲੀ ਤੇ ਬਹੁਤ ਸੋਹਣਾ ਲੱਗਿਆ ਜੀ। ਹਾਂਜੀ, ਕਾਫੀ ਤਰੱਕੀ ਕੀਤੀ ਆ। ਹਾਂਜੀ, ਤੇ ਤਰੱਕੀ ਦੇ ਰਸਤੇ ਤੇ ਤੁਰਿਆ ਆ। ਹਾਂਜੀ, ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਪੇਸ਼ ਕਰਦਾ ਜੀ, ਕਿ ਇਸੇ ਤਰ੍ਹਾਂ ਆਪਣਾ ਸਹਿਯੋਗ ਦੇ ਕੇ ਰਲ ਮਿਲ ਕੇ ਹੋਰ ਤਰੱਕੀ ਕਰੇ। ਹਾਂਜੀ, ਤਾਂ ਬਾਕੀ ਸਿੱਖ ਚੈਨਲ ਦਾ ਵੀ ਬਹੁਤ ਬਹੁਤ ਸ਼ਲਾਘਾ ਜੋ ਕਦਮ ਹੈ, ਜਿਹੜਾ ਕਿ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾ ਦਿੰਦਾ ਇੱਥੇ। ਬਿਲਕੁਲ ਜੀ, ਤੇ ਨਾਲੇ ਤੁਹਾਡਾ ਪਿੰਡ ਵੀ ਆਪਾਂ ਕਰਾਂਗੇ, ਤੁਸੀਂ ਅਗਲਾ ਜਿਹੜਾ ਤੁਹਾਡੇ ਪਿੰਡ ਵਾਲੇ ਜਿਹੜੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਪਿੰਡ ਬੁੱਕ ਕਰਾਉਣਾ। ਅਵਤਾਰ ਸਿੰਘ ਤੇ ਲੋਹਰੀ ਪਿੰਡ ਬੁੱਕ ਕਰਦੇ ਹੈਗੇ ਆ। ਹਾਂਜੀ, ਮੈਂ ਉਹਨਾਂ ਦਾ ਵਾਕਫ ਹਾਂ ਚੰਗੀ ਤਰ੍ਹਾਂ ਜੀ। ਪਿੰਡ ਮੇਰਾ ਵੀ ਦਿਲ ਕਰਦਾ, ਲੇਕਿਨ ਸਾਡੇ ਪਿੰਡ ਨੂੰ ਇੱਕ ਜਿਹਨੂੰ ਕਹਿ ਲੈਣਾ ਫੁੱਟ ਦੀ ਬਿਮਾਰੀ ਪੈ ਚੁੱਕੀ ਕਰਕੇ ਨਾ। ਕੋਈ ਨੀ, ਆਪਾਂ ਇਲਾਜ ਕਰ ਲਾਂਗੇ ਉਹਦਾ, ਆਪਾਂ ਇਕੱਠੇ ਕਰਨੇ ਹੈਗੇ ਆ, ਕੋਈ ਗੱਲ ਨੀ, ਉਹਨੂੰ ਆਪਾਂ ਇਕੱਠਿਆਂ ਕਰ ਲੈਣਾ ਹੈਗਾ। ਹਾਂਜੀ, ਤੇ ਬਹੁਤ ਧੰਨਵਾਦ ਤੁਹਾਡਾ, ਕੋਸ਼ਿਸ਼ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਮਨਦੀਪ ਸਿੰਘ ਜੀ ਬੈਠੇ ਹੈਗੇ ਆ, ਮਨਦੀਪ ਤੁਸੀਂ ਕੀ ਕਹਿਣਾ ਚਾਹੋਗੇ? ਖੜੇ ਹੋ ਕੇ ਗੱਲਬਾਤ ਕਰਨੀ ਹੈਗੀ ਹੈ, ਤੁਸੀਂ ਤੁਹਾਡੇ ਪਿੰਡ ਬਾਰੇ ਜਾਣਕਾਰੀ ਦੇਣੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਕੰਦਾਲੇ ਜੱਟਾ ਹੈਗਾ ਮੇਰੇ ਨਾਨਕਿਆਂ ਦਾ ਪਿੰਡ। ਹਾਂਜੀ, ਇਹਨਾਂ ਨੇ ਮੈਨੂੰ ਪ੍ਰੋਗਰਾਮ ਬਹੁਤ ਚੰਗਾ ਲੱਗਿਆ, ਕਿ ਵਿੱਚ ਸਰਪੰਚ ਜਿਹੜਾ ਕਹਿੰਦੇ ਸੀਗੇ ਕਿ ਉੱਥੇ ਉਹਨਾਂ ਨੇ ਸਟੇਡੀਅਮ ਬਣਾਉਣਾ ਹੈਗਾ, ਉਹਦਾ ਬਹੁਤ ਚੰਗਾ ਲੱਗਿਆ। ਕਿ ਜਿੱਦਾਂ ਯੰਗਸਟਰ ਹੈਗੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨਾ ਚਾਹੀਦਾ, ਫਿਰ ਸਪੋਰਟਸ ਦੀ ਐਕਟੀਵਿਟੀਜ਼ ਬਣਾ ਕੇ ਆ ਸਟੇਡੀਅਮ ਬਣਾਉਣੀ ਬਹੁਤ ਚੰਗੀ ਚੀਜ਼ ਆ। ਉਸ ਨਿਰਮਲ ਸਿੰਘ ਦੀ ਬਹੁਤ ਰਿਸਪੈਕਟ ਹੈ ਸਾਨੂੰ, ਕਿ ਉਹਨੇ ਟਾਈਮ ਕੱਢ ਕੇ ਆ ਪ੍ਰੋਗਰਾਮ ਬਣਾਇਆ ਇੱਥੇ। ਜੀ ਠੀਕ ਹੈ ਜੀ, ਬਹੁਤ ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰੀ ਮੈਂ ਪੈਨਲ ਲਾਵਾਂਗਾ, ਮੇਰੇ ਵੀਰ ਜੀ ਮਹਿੰਦਰ ਸਿੰਘ ਜੀ ਸਾਡੇ ਨਾਲ ਬੈਠੇ ਹੈਗੇ ਆ, ਤੇ ਸਾਨੂੰ ਪਤਾ ਲੱਗਿਆ ਕਿ ਸਿੰਗਰ ਵੀ ਹੈਗੇ, ਗਾਇਕ ਵੀ ਹੈਗੇ ਆ। ਤੇ ਧਾਰੀਵਾਲ ਸਾਹਿਬ, ਤੁਸੀਂ ਤੁਹਾਡੇ ਪਿੰਡ ਬਾਰੇ ਕੀ ਕਹਿਣਾ ਚਾਹੁੰਦੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦੀ ਹਾਂ ਸਿੱਖ ਚੈਨਲ ਦਾ, ਜਿਨ੍ਹਾਂ ਨੇ ਆਪਣਾ ਪਿੰਡ ਪ੍ਰੋਗਰਾਮ ਥਰੂ ਸਾਡਾ ਪਿੰਡ ਦਿਖਾ ਕੇ ਸਾਡਾ ਮਾਣ ਵਧਾਇਆ। ਉਹਦਾ ਸਾਰਿਆਂ ਤੋਂ ਵੱਡਾ ਸਿਹਰਾ ਵੱਡੇ ਵੀਰ ਨਿਰਮਲ ਸਿੰਘ ਉਹਨਾਂ ਦੇ ਸਿਰ 'ਤੇ ਜਾਂਦਾ, ਜਿਨ੍ਹਾਂ ਨੇ ਡਾਕੂਮੈਂਟਰੀ ਬਣਵਾ ਕੇ ਲਿਆਂਦੀ ਜੋ ਸਾਰੇ ਜਗਤ ਨੂੰ ਦਿਖਾਈ। ਪਰ ਉਸ ਪਿੰਡ ਜੋ ਪਿੰਡ ਮੈਂ ਦੇਖਿਆ, ਜਿਹਦੇ ਨਾਲ ਮੈਨੂੰ ਚਾਂਸ ਮਿਲਿਆ ਦੇਖਣ ਦਾ, ਉਸ ਪਿੰਡ ਜਿੱਦਾਂ ਸਾਡੀ ਭੈਣ ਨਿਰਮਲ ਜੀ ਨੇ ਦੱਸਿਆ, ਬਹੁਤ ਊਣ ਤਾਈਆਂ ਇਹਦੇ ਵਿੱਚ ਰਹਿ ਗਈਆਂ, ਜਿਹਨਾਂ ਦਾ ਕਿ ਮੈਂ ਵਾਕਫਕਾਰ ਹਾਂ। ਉਹਨਾਂ ਦਾ ਸਾਰਾ ਕੁਛ ਮੈਂ ਦੱਸ ਸਕਦਾ ਜੋ ਮੇਰੇ ਹੱਥਾਂ ਦੇ ਵਿੱਚ, ਮੇਰੀ ਨਿਗਾਹ ਦੇ ਵਿੱਚ ਦੀ ਗੁਜ਼ਰਿਆ, ਜਿਹੜੀ ਰਹਿ ਗਈਆਂ ਕਮੀਆਂ ਤੁਸੀਂ ਜਾਣਕਾਰੀ ਦਿਓ। ਹਾਂਜੀ, ਤਿੰਨ ਚਾਰ ਮੁੱਦੇ ਨੇ ਜਿਹਨਾਂ ਮੁੱਦਿਆਂ ਦੇ ਉੱਤੇ ਮੈਂ ਗੱਲ ਕਰੂੰਗਾ। ਹਾਂਜੀ, ਪਹਿਲਾ ਮੁੱਦਾ ਮੈਂ ਪਿੰਡ ਤੇ ਗੱਲ ਕਰੂੰਗਾ ਜੀ, ਕਿ ਮੈਨੂੰ 35 ਸਾਲ ਹੋ ਗਏ ਨੇ ਉਸ ਪਿੰਡ ਤੋਂ ਆਏ ਨੂੰ। ਅੱਛਾ ਜੀ। ਪੜ੍ਹਦਾ BA ਸੈਕੰਡਰੀ ਸੀ ਜਦੋਂ ਮੈਂ ਇਸ ਕੰਟਰੀ 'ਚ ਆ ਗਿਆ। ਹਾਂਜੀ, ਮੇਰੇ ਤੋਂ ਬਾਅਦ ਵੀਰ ਨਿਰਮਲ ਸਿੰਘ ਹੁਣੀ ਆਏ ਨੇ। ਹਾਂਜੀ, ਉਸ ਪਿੰਡ ਦੇ ਵਿੱਚ ਇਤਿਹਾਸਿਕ ਚੀਜ਼ਾਂ ਵੀ ਹੈਗੀਆਂ ਨੇ, ਕਿਉਂਕਿ ਡਾਕੂਮੈਂਟਰੀ ਦੇ ਵਿੱਚ ਜ਼ਿਆਦਾ ਉਹ ਖਿਲਾਰ ਕੇ ਨਹੀਂ ਦਿਖਾਈਆਂ ਗਈਆਂ, ਕਿਉਂਕਿ ਟਾਈਮ ਵੀ ਥੋੜ੍ਹਾ ਹੁੰਦਾ ਹੈ, ਹਰ ਇੱਕ ਚੀਜ਼ ਨੂੰ ਖਿਲਾਰਿਆ ਨਹੀਂ ਜਾ ਸਕਦਾ। ਸਭ ਤੋਂ ਪਹਿਲਾਂ ਮੈਂ ਗੱਲ ਕਰੂੰਗਾ ਕਿ ਡਾਕਟਰ ਸਾਹਿਬ ਜੋ ਸਾਡੇ ਪਿੰਡ ਦੇ ਡਾਕਟਰ ਸਾਹਿਬ ਨੇ, ਜਿਨ੍ਹਾਂ ਨੇ ਪਿੰਡ ਬਾਰੇ ਇਤਿਹਾਸਿਕ ਚੀਜ਼ਾਂ ਦੱਸੀਆਂ, ਉਹ ਕੁਛ ਚੀਜ਼ਾਂ ਭੁੱਲ ਗਏ ਦੱਸਣ ਦੇ ਲਈ। ਸਭ ਤੋਂ ਵੱਡੀ ਚੀਜ਼ ਜੋ ਭੁੱਲੇ, ਉਹ ਮੈਨੂੰ ਇੱਕਦਮ ਟੁੰਬ ਕੇ ਮੇਰੇ ਸਾਹਮਣੇ ਆਈ। ਉਹਨਾਂ ਨੇ ਆਜ਼ਾਦ ਹਿੰਦ ਫੌਜ ਦਾ ਜ਼ਿਕਰ ਕੀਤਾ ਜੀ। ਉਸ ਜ਼ਿਕਰ ਦੇ ਵਿੱਚ
ਉਹਨਾਂ ਨੇ ਇੱਕ ਬੰਦੇ ਦਾ ਤਿੰਨ ਬੰਦੇ ਪਿੰਡ ਦੇ ਦੱਸੇ ਜਿਹਨਾਂ ਦੇ ਵਿੱਚ ਦਿਦਾਰ ਸਿੰਘ ਭਜਨੀਆਂ ਦਾ ਨਾਂ ਲਿਆ, ਦੂਜੇ ਪਾਸੇ ਜਮੀਲਾ ਫੈਮਿਲੀ ਦਾ ਨਾਂ ਲਿਆ ਕਿ ਜਮੀਲਾ ਫੈਮਿਲੀ ਮੇਰੀ ਹੈ, ਮੈਂ ਜਮੀਲਾ ਖਾਨਦਾਨ ਚੋਂ। ਜੋ ਦੋ ਸ਼ਖਸ ਦੋ ਰਹਿੰਦੇ ਨੇ ਆਜ਼ਾਦ ਹਿੰਦ ਫੌਜ ਵਾਲੇ, ਉਹ ਜਮੀਲਾ ਫੈਮਿਲੀ ਦੇ ਨੇ, ਉਹਨਾਂ ਦਾ ਨਾਂ ਭੁੱਲ ਗਏ। ਤੁਸੀਂ ਦੱਸੋ ਜੀ ਉਹਨਾਂ ਦਾ ਨਾਂ। ਮੈਂ ਦੱਸਾਂਗਾ, ਇਸੇ ਕਰਕੇ ਤਾਂ ਮੈਂ ਚਾਲੂ ਕੀਤਾ। ਹਾਂਜੀ ਹਾਂਜੀ। ਉਹਦੇ ਵਿੱਚ ਮੇਰੇ ਤਾਇਆ ਜੀ, ਹਾਂਜੀ, ਰੇਸ਼ਮ ਸਿੰਘ ਜੀ, ਹਾਂਜੀ, ਜੋ ਆਜ਼ਾਦ ਹਿੰਦ ਫੌਜ ਦੇ ਵਿੱਚ ਰਹੇ ਨੇ ਜੀ, ਜੋ ਦਿਦਾਰ ਸਿੰਘ ਭਜਨੀਆ, ਹਾਂਜੀ, ਤੇ ਰੇਸ਼ਮ ਸਿੰਘ ਜੀ ਇਕੱਠੇ ਕੰਮ ਕਰਦੇ ਨੇ। ਇਹਨਾਂ ਚੋਂ ਕੌਣ ਹੈਗੇ ਜੀ? ਇਹ ਨੇ ਜੀ, ਇਹ ਦਿਖਾ ਦਿੰਦੇ ਹਾਂ ਜੀ। ਇਹ ਕੌਣ, ਕੀ ਨਾਂ ਇਹਨਾਂ ਦਾ? ਰੇਸ਼ਮ ਸਿੰਘ। ਰੇਸ਼ਮ ਸਿੰਘ ਜੀ, ਕੈਮਰਾ ਇੱਧਰ, ਇਹ ਫੋਟੋ ਸੰਗਤਾਂ ਨੂੰ ਅਸੀਂ ਦਿਖਾ ਦਈਏ ਜੀ। ਰੇਸ਼ਮ ਸਿੰਘ ਜੀ ਆਜ਼ਾਦ ਹਿੰਦ ਫੌਜ ਦੇ ਵਿੱਚ, ਹਾਂਜੀ, ਮੇਰੇ ਤਾਇਆ ਜੀ ਨੇ ਜੀ, ਜਿਹਨਾਂ ਦੀ ਪਿਛਲੇ ਸਾਲ ਡੈਥ ਹੋ ਗਈ। ਤੇ ਆ ਦੂਸਰੀ ਜਿਹੜੀ ਤਸਵੀਰ ਹੈਗੀ ਹੈ, ਇਹ ਕਿਹਨਾਂ ਦੀ ਹੈ ਜੀ? ਇਹ ਭਜਨੀਆਂ ਜੀ। ਅੱਛਾ, ਭਜਨੀਆਂ ਜੀ, ਜਿਹਨਾਂ ਦੇ ਦਿਦਾਰ ਸਿੰਘ ਜੀ ਭਜਨੀਆਂ ਹੋਰੀ, ਇਹ ਜਿਹੜੇ ਆਜ਼ਾਦ ਹਿੰਦ ਫੌਜ ਦੇ ਵਿੱਚ, ਜਿਹੜਾ ਉਹਨੇ ਆਜ਼ਾਦੀ ਦੇ ਵਿੱਚ ਸੰਘਰਸ਼ ਦੇ ਵਿੱਚ ਇਹਨਾਂ ਨੇ ਬੜਾ ਵੱਡਾ ਜਿਹੜੇ ਯੋਗਦਾਨ ਪਾਇਆ। ਤੇ ਤੀਸਰੇ ਸੀ ਸਾਡੇ ਬਾਬਾ ਜੀ, ਜੀ, ਜੋ ਸਾਡੇ ਬਾਬਾ ਜੀ ਦੇ ਛੋਟੇ ਭਾਈ ਸਨ ਜੀ, ਰਣਧੀਰ ਸਿੰਘ ਜੀ, ਵਾਹ ਜੀ, ਜਿਹਨਾਂ ਦਾ ਉਹ ਨਾਂ ਲੈਣ ਤੋਂ ਹੀ ਭੁੱਲ ਗਏ ਜੀ, ਕਿ ਜਿੱਤੇ ਨੇ ਸ਼ਖਸੀਅਤਾਂ ਤਾਂ ਕਹਿ ਦਿੱਤੀਆਂ ਜੀ ਜੀ। ਚਲੋ ਆਪਾਂ ਉਹਦੇ, ਤੁਸੀਂ ਪੂਰੀਆਂ ਕਰ ਦਿੱਤੀਆਂ ਉਹ ਜਿਹੜੀਆਂ ਰਹਿ ਗਈਆਂ, ਕਈ ਵਾਰੀ ਨਹੀਂ ਵੀ ਕਿਸੇ ਨੂੰ ਇੰਨਾ ਪਤਾ ਹੁੰਦਾ, ਤੇ ਬਹੁਤ ਵਧੀਆ ਤੁਸੀਂ ਜਿਹੜੀ ਜਾਣਕਾਰੀ ਦਿੱਤੀ ਹੈ ਜੀ, ਠੀਕ। ਤੋਂ ਇਹ ਖਾਮੀਆਂ ਸੀ, ਬਾਕੀ ਹੈ ਕਿ ਥੋੜਾ ਜਿਹਾ ਗਿਲਾ ਮੈਨੂੰ ਪਿੰਡ ਦੇ ਸਰਪੰਚ ਤੇ ਹੈ ਜੀ, ਕਿਉਂਕਿ ਜਿਹੜਾ ਮੇਰੇ ਤੋਂ ਏਜ ਦੇ ਵਿੱਚ ਬਹੁਤ ਛੋਟਾ ਛੋਟਾ, ਮੇਰੇ ਤੋਂ ਆਉਣ ਤੋਂ ਬਾਅਦ ਹੀ ਉਹਦਾ ਜਨਮ ਹੋਇਆ। ਹਾਂਜੀ, ਪੱਤਰੇ ਟੀਵੀ ਲਾਉਂਦਾ ਹੈ, ਹਾਂਜੀ, ਉਹਦੇ ਮੈਂ ਅਗੇਂਸਟ ਤਾਂ ਨਹੀਂ ਹੈ, ਲੇਕਿਨ ਮੈਂ ਦੱਸੂਗਾ ਜ਼ਰੂਰ ਜੀ, ਕਿਉਂਕਿ ਉਸ ਬੰਦੇ ਨੇ ਇੱਕ ਲਫ਼ਜ਼ ਕਹੇ ਨੇ ਕਿ ਅਸੀਂ ਹਾਈ ਸਕੂਲ ਕਰਤਾ 10 ਤੱਕ, ਜਿਹੜਾ ਕਿ ਹਾਈ ਸਕੂਲ, ਜੋ ਤੁਸੀਂ ਡਾਕੂਮੈਂਟਰੀ ਦੇਖੀ ਹੈ ਇਹਦੇ ਵਿੱਚ ਮਾਸਟਰ ਬਲਵੀਰ ਸਿੰਘ ਦੇਖੇ ਨੇ ਜੀ, ਜੀ, ਜੋ ਮੈਨੂੰ 9ਵੀਂ ਕਲਾਸ ਦੇ ਵਿੱਚ ਹਿਸਟਰੀ ਪੜ੍ਹਾਉਂਦੇ ਸੀ ਜੀ। ਤਾਂ ਅੱਜ ਤੋਂ 35-40 ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਉਹਨਾਂ ਤੋਂ 9ਵੀਂ ਕਲਾਸ ਦੇ ਵਿੱਚ ਪੜ੍ਹਿਆ, ਤਾਂ ਅੱਜ 10-10ਵੀਂ ਕਲਾਸ ਕਿੱਦਾਂ ਹੋ ਗਈ? ਇਹ ਤਾਂ ਹਾਈ ਸਕੂਲ, ਬੜਾ ਪੁਰਾਣਾ ਹਾਈ ਸਕੂਲ ਸਾਡੇ ਪਿੰਡ ਦੇ ਵਿੱਚ, ਜਿੱਥੇ ਜਿਵੇਂ ਦੱਸਿਆ ਕਿ 25-26 ਪਿੰਡ ਵਾਲੇ ਪੜ੍ਹਦੇ ਸਨ, ਸੇਵਾ ਸਿੰਘ ਉਹਨਾਂ ਨੂੰ ਪਤਾ ਆ ਕਿ ਇੱਕੋ ਇੱਕ ਪਿੰਡ, ਬਹੁਤ ਵੱਡਾ ਪਿੰਡ ਹੈ ਕੰਧਾਲਾ ਜੱਟਾ, ਜਿਹਦੇ ਵਿੱਚ ਹਾਈ ਸਕੂਲ, ਪ੍ਰਾਇਮਰੀ ਸਕੂਲ ਤੇ ਗਰਲਸ ਸਕੂਲ ਹੁੰਦਾ ਸੀ। ਜਿਹੜਾ ਗਰਲਸ ਸਕੂਲ ਹੁੰਦਾ ਸੀਗਾ, ਭਾਜੀ ਮਲਕੀਤ ਸਿੰਘ ਹੋਣਾ ਦੇ ਘਰ ਦੇ ਨਾਲ ਹੁੰਦਾ ਸੀ, ਜਿੱਥੇ ਮੈਂ ਵੀ ਪੜ੍ਹਿਆ ਜਦੋਂ ਕੋ ਐਜੂਕੇਸ਼ਨ ਹੋਈ ਆ। ਤੇ ਪ੍ਰਾਇਮਰੀ ਸਕੂਲ ਬਾਹਰ ਸੀ, ਪ੍ਰਾਇਮਰੀ ਸਕੂਲ 8ਵੀਂ ਤਾਂ ਹੀ ਆ, 2 ਕਲਾਸਾਂ ਜਿਹੜੀਆਂ ਜਾ ਕੇ ਹਾਈ ਸਕੂਲ 'ਚ ਹੁੰਦੀਆਂ ਸੀ। ਤੇ ਉਸ ਚੀਜ਼ ਨੂੰ ਸਾਡੇ ਸਰਪੰਚ ਸਾਹਿਬ, ਚਲੋ ਇੱਕ ਐਜੂਕੇਸ਼ਨ ਬਾਰੇ ਵੀ ਦੱਸਿਆ ਕਿ ਬਹੁਤ ਪੁਰਾਣਾ, ਥੋੜੀ ਜਿਹੀ ਕਰੈਕਸ਼ਨ ਕਰਦੇ ਹਾਂ ਇੱਥੇ। ਬਿਲਕੁਲ ਕਰੋ ਜੀ। ਉਹ ਜਿਹੜਾ ਸਕੂਲ ਆ ਨਾ, ਜਿਹੜਾ ਸਰਪੰਚ ਨੇ ਕਿਹਾ, ਉਹ ਜਿਹੜਾ ਮਿਡਲ ਸਕੂਲ ਹੈ ਨਾ, ਇੱਕ ਸੈਂਟਰ ਗੌਰਮੈਂਟ ਦੀ ਸਪੈਸ਼ਲ ਸਕੀਮ ਆਈ ਆ, ਉਹਦੇ ਅੰਡਰ ਮੇਰਾ ਖਿਆਲ ਕਾਫੀ ਸਾਰੇ ਪੈਸੇ ਘਦਾਲੇ ਨੂੰ ਮਿਲੇ ਆ। ਉਹ ਜਿਹੜਾ ਮਿਡਲ ਸਕੂਲ ਹੈ ਨਾ, ਉਹ ਸਰਕਾਰੀ ਹਾਈ ਸਕੂਲ ਬਣਨਾ ਆ। ਬੀਐਸਡੀ ਸਕੂਲ ਦਾ ਕੋਈ ਰੌਲਾ ਨਹੀਂ, ਬੀਐਨਡੀ ਸਕੂਲ ਦਾ ਕੋਈ ਰੌਲਾ ਨਹੀਂ, ਉਹ ਮਿਡਲ ਸਕੂਲ ਤੋਂ ਉਹ ਹਾਈ ਸਕੂਲ ਹੋਣਾ ਆ। ਬਿਲਕੁਲ ਠੀਕ ਹੈ, ਉਹਨਾਂ ਨੇ ਉਹ ਮਿਹਰਬਾਨੀ ਪਾਇਆ, ਮਿਹਰਬਾਨੀ ਇਹ ਵੀ ਮਿਹਰਬਾਨੀ ਕਲੀਅਰ ਹੋ ਗਿਆ। ਹੋਰ ਤੁਸੀਂ ਹੁਣ ਦੱਸੋ ਕਿ ਵੀ ਬਾਕੀ ਚੀਜ਼ ਹੈ ਕਿ ਸਰਾਂ ਦੀ ਗੱਲ ਹੈ। ਹਾਂਜੀ, ਸਰਾਂ ਮੈਂ ਉਸ ਵਕਤ ਦੀ ਦੇਖੀ ਹੋਇਆ, ਹਾਂਜੀ, ਜਿਸ ਵਕਤ ਦੇ ਵਿੱਚ ਇੱਕ ਦੁਕਾਨ ਹੁੰਦੀ ਸੀ ਉੱਥੇ, ਸਿਰਫ ਇੱਕ, ਉਹ ਸੀ ਤੀਰਥ ਸੁਨਿਆਰੇ ਦੀ। ਹਾਂਜੀ, ਉਹ ਚਾਹ ਬਣਾਉਂਦਾ ਸੀ ਤੇ ਸਾਈਕਲਾਂ ਨੂੰ ਪੈਂਚਰ ਲਾਉਂਦਾ ਸੀ। ਇੱਕ ਇੱਕ ਸਰਾਂ ਹੁੰਦੀ ਸੀ, ਇੱਕ ਉਹ ਦੁਕਾਨ ਹੁੰਦੀ ਸੀ, ਜਿੱਥੇ ਕਿ ਅੱਜ ਏਡਾ ਵੱਡਾ ਸ਼ਹਿਰ, ਪੂਰਾ ਬਾਜ਼ਾਰ ਬਾਜ਼ਾਰ ਬਣਿਆ ਹੋਇਆ, ਕਿਉਂਕਿ ਇਹ ਮਿਹਨਤ ਪਿੰਡ ਦੀ ਸਮਝੋ, ਲੋਕਾਂ ਦੀ ਸਮਝੋ, ਕਿਸੇ ਦੀ ਵੀ ਸਮਝੋ, ਕਿਸੇ ਵੀ ਮਿਹਨਤ ਦੇ ਨਾਲ ਉਹ ਬਹੁਤ ਸਾਰਿਆਂ ਦੀ ਇੱਕ ਜਿਹੜੀ ਪੂਰੇ ਪਿੰਡ ਦੀ ਜਿਹੜੀ ਹੈਗੀ ਹੈ ਕਿ ਏਕਤਾ ਦੇ ਨਾਲ ਸਾਰਿਆਂ ਦੀ ਮਿਹਨਤ ਦੇ ਨਾਲ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਹੈਗੀਆਂ। ਤੇ ਖਾਸ ਕਰਕੇ ਜਿਵੇਂ ਭੈਣ ਜੀ ਹੋਰਾਂ ਨੇ ਕਿਹਾ ਸੀ ਵੀ ਤੁਸੀਂ ਗਾ ਵੀ ਲੈਂਦੇ ਹੈਗੇ, ਤੁਹਾਨੂੰ ਕੋਈ ਸ਼ੌਂਕ ਗਾਉਣ ਦਾ ਹੈਗਾ, ਕੋਈ ਲਿਖਣ ਦਾ ਜਾਂ ਕਿੱਦਾਂ ਇਸ ਬਾਰੇ? ਗਾਉਂਦਾ ਸੀ। ਅੱਛਾ ਜੀ। ਹੁਣ ਮੈਂ 1991 ਚ ਗਾਉਣਾ ਛੱਡ ਦਿੱਤਾ ਸੀ। ਅੱਛਾ ਜੀ। ਉਹ ਤੋਂ ਬਾਅਦ ਬਿਜ਼ਨਸ ਦੇ ਵਿੱਚ ਇੰਨਾ ਬਿਜ਼ੀ ਹੋ ਗਿਆ ਕਿ ਨਾ ਤਾਂ ਰਿਹਾਜ਼ ਹੀ ਹੋਇਆ ਤਾਂ ਨਾ ਮੁੜ ਕੇ ਗਾਇਆ ਹੀ ਆ। ਤੁਸੀਂ ਸ਼ੌਂਕ ਵਾਸਤੇ ਗਾਉਂਦੇ ਸੀ ਆਪਣੇ? ਸ਼ੌਂਕ ਪਹਿਲਾਂ ਸ਼ੌਂਕ ਸੀ। ਹਾਂਜੀ। ਫਿਰ ਸ਼ੌਂਕ ਤੋਂ ਗਾਹਾਂ ਲਾਲਚ ਹੋ ਗਿਆ। ਅੱਛਾ ਜੀ। ਫਿਰ ਕਿੱਤਾ ਬਣ ਗਿਆ। ਕਿੱਤਾ ਬਣ ਗਿਆ। ਤਾਂ ਕਿੱਤੇ ਦੇ ਨਾਲ ਨਾਲ ਹੀ
ਕੰਮ ਵੀ ਕਰਦਾ ਸੀ, ਕਿੱਤਾ ਵੀ ਕਰਦਾ ਸੀ। ਤੇ ਉਸ ਟਾਈਮ ਦੇ ਵਿੱਚ ਜਦੋਂ ਤੁਸੀਂ ਗਾਉਂਦੇ ਸੀ, ਤੁਸੀਂ ਆਪਣੇ ਪਿੰਡ ਤੇ ਵੀ, ਆਪਣੇ ਪੰਜਾਬ ਦੇ ਉੱਤੇ ਵੀ ਏਦਾਂ ਦੀ ਵੀ ਕੋਈ ਚੀਜ਼ ਲਿਖੀ? ਹਾਂ, ਮੈਂ ਲਿਖਦਾ ਰਹਿੰਦਾ ਸੀ ਪਿੰਡ ਦੀਆਂ ਚੀਜ਼ਾਂ। ਜਿਤਨੇ ਮੈਂ ਆਪਣੇ ਜਿਹੜੀ ਮੇਰੀ ਇੱਕ ਰਿਕਾਰਡਿੰਗ ਹੋਈ ਸੀਗੀ, ਕੁਛ ਸੁਣਾ ਸਕਦੇ ਕੁਛ ਪਿੰਡ ਬਾਰੇ ਕੁਛ ਦੋ ਲਾਈਨਾਂ? ਸੁਣਾਉਣੀ ਤਾਂ ਮੁਸ਼ਕਿਲ ਹੈ ਹੁਣ, ਉਹ ਤਾਂ ਗਲਾ ਰਿਹਾ ਨਹੀਂ। ਨਹੀਂ ਕੋਈ ਨਹੀਂ, ਗਲਾ ਤੇ ਟਾਈਮ ਨਹੀਂ ਰਿਹਾ। ਮੈਂ ਇੱਕ ਚੀਜ਼ ਜ਼ਰੂਰ ਸੁਣਾ ਦੂੰਗਾ ਕਿ ਗੁਰਦਾਸ ਮਾਨ ਜੀ ਦੀ ਲਿਖੀ ਹੋਈ। ਹਾਂਜੀ, ਦੋ ਹੀ ਟੱਪੇ ਸੁਣਾਵਾਂਗਾ। ਬਿਲਕੁਲ ਜੀ। ਮੁੜ ਮੁੜ ਜਾ ਦਿਸ ਜਾਵੇ ਪਿੰਡ ਦੀਆਂ ਗਲੀਆਂ ਦੀ, ਮੁੜ ਮੁੜ ਸਾ ਦਿਸ ਤਾਵੇ ਪਿੰਡ ਦੀਆਂ ਗਲੀਆਂ ਦੀ, ਹੋਕਾ ਦਿੰਦੀ ਫਿਰਦੀ ਤੂਤੀ ਥੜੀਆਂ ਦੀ। ਬਸ ਜੀ, ਵਾਹ ਜੀ ਵਾਹ ਜੀ, ਬਹੁਤ ਵਧੀਆ। ਪਿੰਡ ਦੀਆਂ ਯਾਦਾਂ ਜਿਹੜੀਆਂ ਹੈਗੀਆਂ, ਕਿਉਂਕਿ ਪਿੰਡ ਦੀ ਯਾਦ। ਇੱਕ ਚੀਜ਼ ਮੈਂ ਜ਼ਰੂਰ ਇੱਕ ਹੋਰ ਮੈਂਸ਼ਨ ਕਰੂੰਗਾ ਕਿ ਜਿਹੜੀ ਤੁਸੀਂ ਬੜੀ ਤਰੀਕੇ ਦੇ ਨਾਲ ਦੱਸੀ ਹੈ ਜੀ, ਜਿਹਦੇ ਬਾਰੇ ਕਿ ਮੇਰੇ ਬਾਬਾ ਜੀ ਨੇ ਮੈਨੂੰ ਦੱਸਿਆ। ਹਾਂਜੀ, ਕਿ ਤੁਸੀਂ ਪਾਕਿਸਤਾਨ ਗਏ, ਮੁਸਲਿਮ ਕਮਿਊਨਿਟੀ ਨੇ ਕਿੰਨਾ ਪਿਆਰ ਕੀਤਾ ਜੋ ਤੁਸੀਂ ਰੇਸ਼ਮਾ ਦੇ ਨਾਲ ਗੱਲ ਕਰ ਰਹੇ ਸੀ। ਸਾਡੇ ਪਿੰਡ ਦੇ ਵਿੱਚ ਦੋ ਹੀ ਪਰਿਵਾਰ ਨੇ ਜੋ ਮੁਸਲਿਮ ਪਰਿਵਾਰ ਨੇ। ਹਾਂਜੀ, ਤੇ ਮੈਂ ਬਹੁਤ ਖੁਸ਼ ਨਸੀਬ ਹਾਂ ਕਿ ਰੇਸ਼ਮਾ ਦੀ ਜਿਹੜੀ ਦਾਦੀ ਸੀ ਉਹ ਮੇਰੀ ਦਾਈ ਸੀ। ਬਹੁਤ ਖੁਸ਼ ਨਸੀਬ ਹਾਂ ਮੈਂ। ਜਦੋਂ ਬਟਵਾਰਾ ਹੋਇਆ, ਇਹ ਬਾਬਾ ਜੀ ਨੇ ਮੈਨੂੰ ਇਹ ਗੱਲ ਦੱਸੀ ਸੀ, ਜਦੋਂ ਬਟਵਾਰਾ ਹੋਇਆ ਤੇ ਪਿੰਡ ਦੇ ਵਿੱਚ ਦਾਈ ਕੋਈ ਨਹੀਂ ਸੀ, ਤੇ ਸਾਡੇ ਕਿਉਂਕਿ ਸਾਡੇ ਪਾਸੇ ਦੇ ਵਿੱਚ ਨੇ ਇਹ, ਸਾਡੇ ਪਾਸੇ ਦੇ ਨੇ ਇਕੱਠੇ ਹੋ ਕੇ, ਇਹਨਾਂ ਦੀ ਦਾਦੀ ਦਾ ਨਾਂ ਸੀ ਜੈਨਾ, ਇਕੱਠੇ ਹੋ ਕੇ ਦਾਦੀ ਨੂੰ ਕਿਹਾ ਕਿ ਸਾਡੇ ਪਿੰਡ ਕੋਈ ਦਾਦੀ ਨਹੀਂ ਹੈ ਤੇ ਤੁਸੀਂ ਨਹੀਂ ਜਾ ਸਕਦੇ। ਉਹਨਾਂ ਨੇ ਇੱਕ ਕੰਡੀਸ਼ਨ ਲਾਈ ਸੀ, ਬਾਕੀ ਇਹਨਾਂ ਦੀ ਫੈਮਿਲੀ ਸਾਰੀ ਪਾਕਿਸਤਾਨ ਚਲ ਗਈ ਸੀ। ਉਹਨਾਂ ਨੇ ਇੱਕ ਕੰਡੀਸ਼ਨ ਲਾਈ ਸੀ ਕਿ ਜੇ ਤੁਸੀਂ ਮੈਨੂੰ ਰੱਖਣਾ ਆ ਤਾਂ ਮੇਰਾ ਮਸਤਾਕ ਨਾਲ ਚਾਹੀਦਾ, ਜਿਹੜਾ ਕਿ ਇਹਨਾਂ ਦਾ ਅੱਬੂ ਹੈ। ਤੇ ਉਦੋਂ ਸਾਡੇ ਪਾਸੇ ਨੇ, ਸਿਰਫ ਸਾਡੇ ਪਾਸੇ ਨੇ ਸਾਡੇ ਪਿੰਡ ਚੋਂ ਇਹਨਾਂ ਨੂੰ ਉੱਥੇ ਰੱਖਿਆ ਸੀ। ਅੱਜ ਜਿਹੜੇ ਕਿ ਪਿਆਰ ਬਦੌਲਤ ਸਾਰੇ ਇਕੱਠੇ ਬੈਠ ਕੇ ਇੱਕ ਤਾਂ ਬਹਿੰਦੇ ਨੇ, ਬੜੀ ਵੱਡੀ ਮਿਸਾਲ ਹੈਗੀ ਪਿਆਰ ਦੀ। ਤੇ ਮੈਨੂੰ ਜਦ ਤੁਸੀਂ ਗੱਲ ਕੀਤੀ ਮੈਨੂੰ ਉਹ ਟਾਈਮ ਯਾਦ ਆ ਗਿਆ ਜੀ ਜੀ, ਕਿ ਬਾਬਾ ਜੀ ਨੇ ਇੱਕ ਵਾਰ ਇਹ ਵੀ ਗੱਲ ਕਹੀ ਸੀ। ਹਾਂਜੀ ਹਾਂਜੀ, ਤੇ ਬਾਕੀ ਪਿੰਡ ਦੀ ਡਾਕੂਮੈਂਟਰੀ ਸੋਹਣੀ ਬਣਾਈ ਹੈ, ਕਿਉਂਕਿ ਪਿੰਡ ਇੱਦਾਂ ਦੇ ਹੁੰਦੇ ਨੇ। ਨਹੀਂ, ਪਿੰਡ ਬਹੁਤ ਵਧੀਆ, ਬੜਾ ਵੱਡਾ ਪਿੰਡ ਹੈਗਾ ਔਰ ਬਹੁਤ ਸੋਹਣਾ ਪਿੰਡ ਆ, ਤੇ ਜਿਹੜੀਆਂ ਚੀਜ਼ਾਂ ਰਹਿ ਗਈਆਂ ਉਸ ਨੂੰ ਵੀ ਫਿਰ ਹਰ ਇੱਕ ਬੰਦੇ ਨੂੰ ਮਾਣ ਹੁੰਦਾ ਪਿੰਡ ਦੇ ਆਪਣੇ। ਬਿਲਕੁਲ ਬਿਲਕੁਲ, ਕਿਸੇ ਦਾ ਜਿਹੜਾ ਵੀ ਪਿੰਡ ਹੋਵੇ ਕਦੀ ਇਹ ਨਹੀਂ ਕਹੂਗਾ ਮੇਰਾ ਪਿੰਡ ਮਾੜਾ। ਨਹੀਂ, ਵੈਸੇ ਵੀ ਜਿਹੜਾ ਹੈਗਾ, ਅਸੀਂ ਕੰਧਾਲਾ ਜੱਟਾਂ ਦੀ ਗੱਲ ਕਰੀਏ ਤੇ ਇਲਾਕੇ ਦੇ 25-30 ਪਿੰਡਾਂ ਦੇ ਵਿੱਚ ਬੜੇ ਪੁਰਾਣਾ, ਐਜੂਕੇਸ਼ਨ ਵੱਲੋਂ ਵੀ ਦੇਖਿਆ ਜਾਏ ਬਾਜ਼ਾਰ ਵਾਲਾ ਦੇਖੇ ਤੇ ਬਹੁਤ ਵਧੀਆ ਹੈਗਾ। ਬਹੁਤ ਧੰਨਵਾਦ, ਤੁਸੀਂ ਬਹੁਤ ਵਧੀਆ ਜਿਹੜੀ ਇਹ ਜਾਣਕਾਰੀ ਦਿੱਤੀ ਹੈ, ਜਿਹੜੀਆਂ ਚੀਜ਼ਾਂ ਖਾਸ ਕਰਕੇ ਜਿਹੜੇ ਆਜ਼ਾਦੀ ਦੇ ਘੁਲਾਟੀਏ ਹੈਗੇ ਆ, ਜਿਨ੍ਹਾਂ ਨੇ ਫਰੀਡਮ ਫਾਈਟਰ ਜਿਹੜੇ ਹੈਗੇ, ਜਿਨ੍ਹਾਂ ਦੀ ਗੱਲ ਰਹਿ ਗਈ ਸੀ ਉਹ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ। ਗੱਲਾਂ ਕਹਿ ਲੈਣੀਆਂ ਬੜੀਆਂ ਸੌਖੀਆਂ ਹੈਗੀਆਂ, ਦੇਸ਼ ਕੌਮ ਵਾਸਤੇ ਕੁਰਬਾਨੀ ਕਰਨੀ ਬੜੀ ਵੱਡੀ ਗੱਲ ਹੈਗੀ ਹੈ, ਅਤੇ ਅਸੀਂ ਉਹਨਾਂ ਨੂੰ ਬਿਲਕੁਲ ਸਦਕੇ ਜਾਂਦੇ ਹਾਂ, ਉਹਨਾਂ ਨੂੰ ਪ੍ਰਣਾਮ ਕਰਦੇ ਹੈਗੇ ਹਾਂ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਵਾਸਤੇ ਇੰਨੀ ਕੁਰਬਾਨੀ ਕੀਤੀ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਅਤੇ ਮੈਂ ਸੰਗਤਾਂ ਨਾਲ ਫਿਰ ਕਰੀ ਆਵਾਂਗਾ। ਭੈਣ ਜੀ ਕੁਲਦੀਪ ਕੌਰ ਜੀ ਬੈਠੇ ਹੈਗੇ ਆ, ਭੈਣ ਜੀ ਕੁਲਦੀਪ ਕੌਰ ਜੀ ਨੂੰ ਵੀ ਕਹਾਂਗਾ ਕਿ ਉਹ ਵੀ ਖੜ੍ਹੇ ਹੋ ਕੇ ਜ਼ਰੂਰ ਹਾਜ਼ਰੀ ਲਵਾਉਣ। ਕੁਲਦੀਪ ਕੌਰ ਜੀ ਕੀ ਕਹਿਣਾ ਚਾਹੁੰਦੇ, ਮਾਈਕ ਦੇ ਦਿਓ ਜੀ ਕੁਲਦੀਪ ਕੌਰ ਹੁਣ ਜੀ, ਅਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨੀ ਹੈ, ਅਤੇ ਆਪਾਂ ਹੁਣ ਜਿਹੜੀ ਫੋਨ ਲਾਈਨ ਜਿਹੜੀਆਂ ਹੈਗੀਆਂ ਉਹ ਵੀ ਆਪਾਂ ਖੋਲ੍ਹਣੀਆਂ ਹੈਗੀਆਂ, ਜਿਹੜੀਆਂ ਸੰਗਤਾਂ ਘਰਾਂ 'ਚ ਬੈਠ ਕੇ ਟੀ ਵੀ ਮੁਹਰੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ, ਤੁਸੀਂ ਵੀ ਫੋਨ ਕਰਕੇ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ, ਆਪਣੇ ਸੁਝਾਅ ਦੇ ਸਕਦੇ ਹੋ। ਮੈਂ ਬੇਨਤੀ ਕਰਾਂਗਾ ਜੀ, ਕੁਲਦੀਪ ਕੌਰ ਹੋਰਾਂ ਜੀ, ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਿੰਡ ਦੀ ਜੋ ਕਹਾਣੀ ਸੁਣੀ ਹੈ, ਹਾਂਜੀ, ਜੋ ਫਿਲਮ ਵੀ ਦੇਖੀ ਹੈ, ਹਾਂਜੀ, ਡਾਕੂਮੈਂਟਰੀ ਬੜੀ ਅੱਛੀ ਬਣਾਈ ਹੈ ਜੀ, ਪਰ ਇੱਕ ਚੀਜ਼ ਤਾਂ ਵਿੱਚ ਮਿਸ ਕਰ ਹੀ ਗਏ ਆ ਨਾ। ਹਾਂਜੀ, ਅਸੀਂ 25 ਤਰੀਕ ਨੂੰ ਆਪਣੇ ਵੀਰ ਨਿਰਮਲ ਸਿੰਘ ਕੰਧਾਲਵੀ ਦੇ ਪਿੰਡ ਪਹੁੰਚੇ ਸੀ, ਹਾਂਜੀ, ਤੇ ਪਿੰਡ ਨੂੰ ਦੇਖਿਆ, ਹਾਂਜੀ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਜੀ, ਮਨ ਬੜਾ ਖੁਸ਼ ਹੋਇਆ। ਹਾਂਜੀ, ਉਸ ਦਿਨ ਇਹਨਾਂ ਨੇ ਰੋਕੋ ਕੈਂਸਰ ਕੈਂਪ ਲਾਇਆ ਸੀ ਜੀ ਜੀ, ਤੇ ਜਿਹਦਾ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ, ਹਾਂਜੀ, ਪਰ ਉਹ ਕਰਨਾ ਜ਼ਰੂਰੀ ਸੀ ਜੀ ਜੀ, ਪਰ ਇਹਨਾਂ ਦਾ ਉਪਰਾਲਾ ਸੀਗਾ। ਬਿਲਕੁਲ, ਮੈਂ ਇਹਦੇ ਵਾਸਤੇ ਇੱਕ ਬੇਨਤੀ ਕਰਾਂਗਾ, ਮੇਰੇ ਖਿਆਲ ਜਿਹੜਾ ਭਾਜੀ ਰੋਕੋ ਕੈਂਸਰ ਜਿਹੜਾ ਪ੍ਰੋਗਰਾਮ ਸੀ ਉਹਨੂੰ ਰਿਕਾਰਡ ਕੀਤਾ ਗਿਆ ਸੀ।
ਵੀਰ ਜੀ ਨੇ ਬਈ ਬੜਾ ਉਪਰਾਲਾ ਕੀਤਾ ਸੀਗਾ ਤੇ ਬਾਕੀ ਵੀ ਸਾਰੇ ਪਰਿਵਾਰ ਨੇ ਤੇ ਸਾਰਿਆਂ ਨੇ ਵੀ ਮੈਨੂੰ ਬੜਾ ਮਾਣ ਇੱਜ਼ਤ ਦਿੱਤਾ ਤੇ ਭਾਵੇਂ ਮੈਂ ਚਲੋ ਇਸ ਪਿੰਡ ਦੀ ਨਿਵਾਸਣ ਨਹੀਂ ਆ ਪਰ ਫਿਰ ਵੀ ਬੜਾ ਅੱਛਾ ਲੱਗਾ ਪਿੰਡ ਜਾ ਕੇ ਕਿਉਂਕਿ ਮੈਂ ਉੱਥੇ ਇੰਡੀਆ 'ਚ ਪਹੁੰਚੀ ਹੋਈ ਸੀ ਤੇ ਵੀਰ ਜੀ ਨੇ ਇੱਥੇ ਪਹਿਲਾਂ ਦੱਸਿਆ ਸੀ ਕਿ 25 ਤਰੀਕ ਨੂੰ ਰੋਕੋ ਕੈਂਸਰ ਕੈਂਪ ਲਾਉਣਾ ਵਾ ਤੇ ਭੈਣ ਜੀ ਤੁਸੀਂ ਪਹੁੰਚਣਾ ਬੜਾ ਸੋਹਣਾ ਪ੍ਰੋਗਰਾਮ ਸੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਕੀਤੀ ਗਈ ਫਿਰ ਇਹ ਕੈਂਪ ਵੀ ਲਾਇਆ ਗਿਆ ਫਿਰ ਐਤਵਾਰ ਨੂੰ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਕੀਰਤਨ ਦਰਬਾਰ ਹੋਇਆ ਬਿਲਕੁਲ ਜੀ ਉਹ ਭੈਣ ਜੀ ਜਿਹੜਾ ਪ੍ਰੋਗਰਾਮ ਹੈਗਾ ਉਹੀ ਦਿਖਾਣਾ ਆ ਉਸ ਪ੍ਰੋਗਰਾਮ ਤੁਹਾਨੂੰ ਪਹਿਲਾਂ ਦੱਸਾਂਗੇ ਕਿਸ ਦਿਨ ਆਉਣਾ ਯਾਰ ਹੋਣਾ ਤੇ ਬੜਾ ਅੱਛਾ ਲੱਗਾ ਜਾ ਕੇ ਠੀਕ ਹੈ ਜੀ ਤੇ ਮੈਂ ਕਹਿੰਦੀ ਆ ਕਿ ਮੇਰੇ ਵੀਰ ਨਿਰਮਲ ਸਿੰਘ ਕੰਧਾਲ ਜੀ ਵਰਗੇ ਸਾਰੇ ਇਹੋ ਜਿਹਾ ਉਪਰਾਲਾ ਕਰਨ ਤੇ ਪਿੰਡਾਂ ਵਿੱਚ ਜਾ ਕੇ ਇਹੋ ਜਿਹੇ ਕੈਂਪ ਲਾਉਣ ਜੀ ਜੀ ਕਿਉਂਕਿ ਇੰਡੀਆ 'ਚ ਬੜੇ ਗਰੀਬ ਪਰਿਵਾਰ ਨੇ ਬਿਲਕੁਲ ਜੀ ਉੱਥੇ ਲੋੜ ਹੈਗੀ ਹੈ ਲੋੜਵੰਦ ਪਰਿਵਾਰ ਹੈ ਉੱਥੇ ਲੋੜ ਹੈ ਕਹਿੰਦੇ ਦਾਨ ਉੱਥੇ ਦੇਵੋ ਜਿੱਥੇ ਲੋੜ ਹੈ ਹਾਂਜੀ ਭਰੇ ਭਾਂਡੇ ਨੂੰ ਕਿਉਂ ਭਰਨਾ ਫੋਨ ਕਾਲ ਲੈ ਲਈਏ ਜੀ ਉਸ ਤੋਂ ਬਾਅਦ ਗੱਲ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੌਣ ਬੋਲਦੇ ਜੀ ਮੈਂ ਜੀ ਬੋਲ ਰਿਹਾ ਹਾਂ ਤੋਂ ਬਲਬੀਰ ਸਿੰਘ ਸੰਧੂ ਬੋਲ ਰਿਹਾ ਜੀ ਹਾਂ ਜੀ ਭਾਜੀ ਬਲਬੀਰ ਸਿੰਘ ਜੀ ਜੀ ਆਇਆਂ ਨੂੰ ਜੀ ਕੀ ਕਹਿਣਾ ਚਾਹੋਗੇ ਜੀ ਸੰਧੂ ਸਾਹਿਬ ਅੱਜ ਦਾ ਜੀ ਪ੍ਰੋਗਰਾਮ ਤਾਂ ਪਿੰਡ ਤਾਂ ਮੇਰਾ ਨਹੀਂ ਹੈਗਾ ਪਰ ਇੱਕ ਗੱਲ ਦੀ ਮੈਂ ਸਭ ਤੁਹਾਡੀ ਟੀਮ ਨੂੰ ਵਧਾਈ ਦਿੰਦਾ ਖਾਸ ਤੌਰ ਤੇ ਦਵਿੰਦਰ ਸਿੰਘ ਬਾਲ ਜੀ ਹੋਣਾ ਨੂੰ ਹਾਂਜੀ ਉਸ ਤੋਂ ਬਾਅਦ ਨੌਜਵਾਨ ਅਵਤਾਰ ਸਿੰਘ ਢਿੱਲੋਂ ਹੋਣਾ ਨੂੰ ਜੀ ਤੇ ਤੁਹਾਨੂੰ ਦਿਲਵਾਗ ਸਿੰਘ ਜੀ ਥੈਂਕ ਯੂ ਜੀ ਇੱਕ ਤੁਸੀਂ ਇਹੋ ਜਿਹਾ ਪ੍ਰੋਗਰਾਮ ਸੋਹਣਾ ਕੱਢਿਆ ਮੈਂ ਤਾਂ ਇਹ ਵੀ ਕਹੂੰਗਾ ਜੇ ਇਹਦਾ ਤੁਹਾਡੇ ਪਿੰਡ ਦੀ ਬਜਾਏ ਇਹ ਨਾ ਸਕਦੇ ਪਿਛੜਿਆਂ ਨੂੰ ਬੁਲਾਉਣ ਵਾਲਾ ਵਾਹਿਗੁਰੂ ਹੁਣ ਤੁਸੀਂ ਹੈਰਾਨ ਹੋਣਾ ਕਿੱਦਾਂ ਹਾਂਜੀ ਇੱਧਰ ਸੱਜੇ ਪਾਸੇ ਤੁਹਾਡੇ ਸ਼ਰਤਕੋਟ ਖੱਬੇ ਪਾਸੇ ਜਿੱਧਰੋਂ ਮੈਂ ਦੇਖਦਾ ਮਹਿੰਦਰ ਸਿੰਘ ਧਾਰੀਵਾਲ ਬੈਠੇ ਆ ਜੀ ਇਹਨਾਂ ਨੂੰ ਮੇਰਾ ਬਲਵੀਰ ਸਿੰਘ ਸੰਧੂ ਦਾ ਤਾਂ ਪਤਾ ਹੀ ਲੱਗਣਾ ਇਹਨੂੰ ਪਤਾ ਲੱਗਣਾ ਬਲਵੀਰ ਸਿੰਘ ਬੱਲੀ ਇਕੱਠੇ ਗਾਉਂਦੇ ਰਹੇ ਅਸੀਂ ਹਾਂਜੀ 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 ਬੁਲਵੰਟਨ ਤੋਂ ਹਾਂਜੀ ਹਾਂਜੀ ਆ ਗਏ ਯਾਦ ਇਹਨਾਂ ਨੂੰ ਹਾਂਜੀ ਬਾਕੀ ਸਾਡੇ ਨਿਰਮਲ ਸਿੰਘ ਜੀ ਕੰਧਾਲ ਵੀ ਬੈਠੇ ਬਿਧਨਾਲ ਤੋਂ ਜੀ ਤੇ ਇਹਨਾਂ ਦੇ ਗੁਰਦੁਆਰੇ ਕੀਰਤਨ ਕਰਦੇ ਰਹੇ ਉੱਥੇ ਸੈਕਟਰੀ ਸਾਹਿਬ ਸੀਗੇ ਹਾਂਜੀ ਤੇ ਨਾਲ ਸਾਡੇ ਬੈਠੇ ਸੇਵਾ ਸਿੰਘ ਮੰਡਿਆਲ ਸਾਹਿਬ ਜੀ 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 ਬਿਲਕੁਲ ਜੀ ਇਹਨਾਂ ਦੇ ਘਰ ਵੀ ਕੀਰਤਨ ਕੀਤਾ ਮੈਂ ਗੱਲ ਕਰਦਾ ਕਿ ਮੈਂ ਇਹਨਾਂ ਸੱਜਣਾਂ ਨੂੰ ਤਕਰੀਬਨ ਜੀ 35 ਸਾਲ ਤੋਂ ਬਾਅਦ ਦਰਸ਼ਨ ਕਰ ਰਿਹਾ ਤੁਹਾਡੇ ਚੈਨਲਾਂ ਦੇ ਇਸ ਪ੍ਰੋਗਰਾਮ ਦੇ ਰਾਹੀਂ ਵਾਹ ਜੀ ਵਾਹ ਵਾਹ ਜੀ ਕਹਿੰਦੇ ਲਾਰੇ ਵੀ ਬਹੁਤ ਆ ਤੁਸੀਂ ਕਈਆਂ ਦੀ ਇੰਟਰਵਿਊ ਲੈਣੀ ਤੁਹਾਨੂੰ ਕਰ ਲਾ ਇਸ ਪਿੰਡ ਦੀਆਂ ਬਹੁਤ ਆਉਣੀਆਂ ਹਾਂਜੀ ਜੇ ਕਿਤੇ ਟਾਈਮ ਹੁੰਦਾ ਤਾਂ ਮੈਂ ਤੁਹਾਨੂੰ ਕਵਿਤਾ ਸੁਣਾਉਣੀ ਸੀਗੀ ਜਿਹੜੀ ਇਸੇ ਪ੍ਰਥਾ ਜੀ ਲਿਖੀ ਸੀਗੀ ਜੀ ਤੇ ਪਰ ਹੁਣ ਕਿਉਂਕਿ ਆਪਾਂ ਕੋਲ ਟਾਈਮ ਹੈ ਨੀ ਕਿਉਂਕਿ ਤੁਸੀਂ ਸ਼ਾਇਦ ਹੋਰ ਬਹੁਤ ਕਾਲਾਂ ਲੈਣੀਆਂ ਹੈਗੀਆਂ ਹਾਂਜੀ ਤੇ ਮੈਂ ਤਾਂ ਜੇ ਅਜਾਜ ਤੋਂ ਵੀ ਦੱਸਦਾ ਹੋਊਂਗਾ ਨਹੀਂ ਤਾਂ ਫਿਰ ਮੈਂ ਇੱਥੇ ਹੀ ਪਤੇ ਕਿੰਨੀ ਕਿੰਨੀ ਕੁ ਲੰਬੀ ਹੈਗੀ ਕਵਿਤਾ ਵੈਸੇ ਹੀ ਲੰਬੀ ਆ ਰਹਿਣ ਦਿੰਦਾ ਕਿਉਂਕਿ ਉਹ ਲੰਬੀ ਹੈ ਤੇ ਫਿਰ ਰਹਿਣ ਦੇ ਟਾਈਮ ਸਾਡੇ ਕੋਲ ਥੋੜਾ ਹੀ ਹੈ ਥੈਂਕ ਯੂ ਭਾਜੀ ਇਹ ਤੁਹਾਡੇ ਕੋਲ ਕਵਿਤਾ ਫਿਰ ਕਿਸੇ ਦਿਨ ਸੁਣ ਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਕੋਲ ਲੈ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹੈਲੋ ਹਾਂਜੀ ਹੈਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਮੈਂ ਸੁਰਿੰਦਰ ਕੁਮਾਰੀ ਬੋਲਦੀ ਹਾਂ ਕੰਧਾਲਾ ਜੱਟਾਂ ਦੇ ਤੋਂ ਵਾਹ ਜੀ ਵਾਹ ਹਾਂਜੀ ਤੇ ਮੈਂ ਅੱਜ ਆ ਨਹੀਂ ਸਕੀ ਬਰਮਿੰਗਮ ਰਹਿੰਦੇ ਅਸੀਂ ਵੀ ਹਾਂਜੀ ਤੇ ਭਾਈ ਭਾਜੀ ਨਿਰਮਲ ਸਿੰਘ ਜੀ ਉਹਨਾਂ ਦਾ ਮੈਸੇਜ ਤਾਂ ਮਿਲਿਆ ਸੀ ਪਰ ਆ ਨਹੀਂ ਸਕੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹਨਾਂ ਨੇ ਪਿੰਡ ਲਿਆਣ ਕੇ ਸਾਰਾ ਸਾਨੂੰ ਬੈਠਿਆਂ ਨੂੰ ਦਿਖਾ ਦਿੱਤਾ ਹਾਂਜੀ ਤੇ ਵੈਸੇ ਤਾਂ ਮੈਂ ਵੀ ਐਵਰੀ ਸਾਲ ਪਿੰਡ ਜਾਇਆ ਹੁੰਦੀ ਹਾਂ ਸਰਾਂ ਦੇ ਜੱਗ ਤੇ ਜਾ ਕੇ ਮੈਂ ਸੇਵਾ ਤੇ ਜਿੰਨਾ ਵੀ ਹੋਵੇ ਹਿੱਸਾ ਪਾਇਆ ਈਦਾ ਠੀਕ ਹੈ ਜੀ ਮਹਾਰਾਜ ਦੇ ਬਹੁਤ ਆਪਣੇ ਪਿੰਡ ਵਾਸਤੇ ਬਹੁਤ ਪ੍ਰਾਊਡ ਹੈਗੇ ਅਸੀਂ ਠੀਕ ਹੈ ਜੀ ਭੈਣ ਜੀ ਧੰਨਵਾਦ ਤੁਹਾਡਾ ਤੁਸੀਂ ਭਵੇਂ ਨਹੀਂ ਆ ਸਕੇ ਫੋਨ ਕਰਕੇ ਤੁਸੀਂ ਹਾਜ਼ਰੀ ਲਵਾਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਕੋਲ ਲੈ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਜੀ ਹਾਂਜੀ ਵਾਹਿਗੁਰੂ ਜੀ ਹਾਂਜੀ ਭਾਈ ਦਿਲਵਾਗ ਸਿੰਘ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਹਾਂਜੀ ਮੇਰਾ ਨਾਮ ਗੁਰਦੇਵ ਸਿੰਘ ਬੁਲਿਚ ਤੋਂ ਹੈ ਜੀ ਮੈਂ। ਹਾਂਜੀ ਭਾਜੀ ਗੁਰਦੇਵ ਸਿੰਘ ਜੀ ਜੀ ਆਇਆਂ ਨੂੰ ਜੀ ਕੀ ਕਹਿਣਾ ਚਾਹੋਗੇ ਜੀ? ਜੀ ਮੈਂ ਜੀ ਪਿੰਡ ਤਾਂ ਮੇਰਾ ਨਹੀਂ, ਵੈਸੇ ਸਾਰੇ ਪਿੰਡ ਹੀ ਬਹੁਤ ਸੋਹਣੇ ਲੱਗਦੇ ਆ ਜੀ। ਤੁਸੀਂ ਬਹੁਤ ਸ਼ਾਨਦਾਰ ਪ੍ਰੋਗਰਾਮ ਬਣਾ ਰਹੇ ਹੋ ਤੇ ਸਾਰਿਆਂ ਨੇ ਦੇਖਿਆ ਤੇ ਮੈਂ ਵੀ ਦੇਖਿਆ ਵੀ ਮੇਰੇ ਸਾਡੇ ਮਿੱਤਰ ਵੀ ਬੈਠੇ ਨੇ ਇੱਥੇ। ਹਾਂਜੀ ਲਾਜ਼ਮੀ ਸਾਹਿਬ ਸਾਡੇ ਮਿੱਤਰ ਨੇ ਖਾਸ ਬੜੇ ਰਾਈਟਰ ਔਰ ਬਹੁਤ ਇਹਨਾਂ ਨੂੰ ਸੁਣਦੇ ਰਹੀ ਦਾ ਸਿੱਖ ਚੈਨਲ ਤੇ ਵੀ ਜੀ ਤੇ ਆਪਣੇ ਪੰਜਾਬ ਰੇਡੀਓ ਤੇ ਵੀ। ਹਾਂਜੀ ਤੇ ਖਾਸ ਤੌਰ ਮਿੱਤਰ ਸਾਡੇ ਸਿੱਖ ਭੁਪਿੰਦਰ ਸਿੰਘ ਜੀ ਜੋ ਬੋਲੇ ਸੀ ਥੋੜੇ ਬੋਲੇ ਉਦਾ ਹਾਂਜੀ ਜ਼ਿਆਦਾ ਬੋਲਣਾ ਚਾਹੀਦਾ ਸੀ ਕਬੂਲੀ ਤੋਂ। ਹਾਂਜੀ ਸਾਡੇ ਨਾਲ ਇਕੱਠੇ ਉਹ ਕੀਰਤਨ ਵੀ ਕਰਦੇ ਨੇ ਜੀ ਜੀ ਬਹੁਤ ਖੁਸ਼ੀ ਹੁੰਦੀ ਆ ਆਪਣੇ ਪਾਸਾ ਜੀ ਦਰਬਾਰ ਸਿੰਘ ਵੀ ਜਦੋਂ ਇਹੋ ਜਿਹੇ ਪਿੰਡ ਨਗਰ ਜਿਹੜੇ ਤਰੱਕੀ ਕਰਦੇ ਨੇ ਬਿਲਕੁਲ ਜੀ ਤੇ ਉਹਨਾਂ ਨੂੰ ਦੇਖ ਕੇ ਸਾਡਾ ਪਿੰਡ ਵੀ ਸਮਰਾਜ ਨਾਲ ਲਾਗੇ ਉਹ ਵੀ ਦਿਖਾ ਲਏ ਸੀ ਤੁਸੀਂ। ਹਾਂਜੀ ਤੇ ਉਹਦੇ ਚ ਵੀ ਮੈਂ ਫੋਨ ਤੇ ਵੀ ਗੱਲਬਾਤ ਕੀਤੀ ਸਾਰੀ ਜੀ ਤੇ ਬਹੁਤ ਮਤਲਬ ਖੁਸ਼ੀ ਹੋਈ ਹੈ ਦੇਖ ਕੇ ਸਾਰੇ ਜੀ। ਪਹਿਲਾਂ ਭਾਵੇਂ ਨਾ ਜੀ ਪਾਸਾ ਜੀ ਮੈਂ ਸ਼ਾਇਦ ਇੱਥੇ ਅਸੀਂ ਇਕੱਠੇ ਦਿੰਦੇ ਕਾਫੀ ਦੇਰ ਤੇ ਬੋਲੇ ਚ ਆਪਣੇ ਭੁਪਿੰਦਰ ਸਿੰਘ ਹੋਰਾਂ ਨਾਲ। ਹਾਂਜੀ ਮੈਨੂੰ ਏਦਾਂ ਖਾਸ ਪਿੰਡ ਦਾ ਨੀ ਪਤਾ, ਅੱਜ ਪਤਾ ਲੱਗ ਗਿਆ ਵੀ ਇਹ ਇਸ ਪਿੰਡ ਦੇ ਹੈਗੇ ਨੇ, ਉੱਥੇ ਦਾ ਸਾਰਾ ਨਜ਼ਾਰਾ ਦੇਖਿਆ। ਠੀਕ ਹੈ ਭਾਜੀ ਬਹੁਤ ਧੰਨਵਾਦ ਜੀ ਤੁਸੀਂ ਫੋਨ ਕੀਤਾ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਗਲੀ ਕਾਲ ਲੈਣ ਤੋਂ ਪਹਿਲਾਂ ਕਾਲ ਤਾਂ ਬਹੁਤ ਜ਼ਿਆਦਾ ਹੈਗੀਆਂ। ਭੈਣ ਜੀ ਸਲਿੰਦਰ ਕੌਰ ਜੀ ਹੈਗੇ ਬੈਠੇ ਮੇਰੇ ਖਿਆਲ ਤੇ, ਭਾਅ ਜੀ ਸਲਿੰਦਰ ਕੌਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜਿਹੜੇ ਹੈਗੇ ਆ ਵੇਟਿੰਗ 'ਚ ਹੈਗੀਆਂ ਫੋਨ ਕਾਲਸ, ਲੇਕਿਨ ਜਿਹੜੇ ਗੈਸਟ ਟਾਈਮ ਕੱਢ ਕੇ ਆਏ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਹਾਂਜੀ ਭੈਣ ਜੀ ਤੁਸੀਂ ਦੱਸੋ ਕਿ ਤੁਹਾਡਾ ਪਿੰਡ ਤੁਹਾਨੂੰ ਕਿੱਦਾਂ ਲੱਗ ਰਿਹਾ ਇਸ ਪ੍ਰੋਗਰਾਮ ਦੇ ਵਿੱਚ, ਤੁਸੀਂ ਕੀ ਕਹਿਣਾ ਚਾਹੋਗੇ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕੂਮੈਂਟਰੀ ਦੇਖੀ ਪਿਛਲੀਆਂ ਯਾਦਾਂ ਤਾਜ਼ਾ ਹੋਈਆਂ, ਗੁੜ ਕੱਢਦੇ ਗੰਨੇ ਦੀ ਰਸ ਹਾਂਜੀ ਬਹੁਤ ਯਾਦ ਆਇਆ। ਅੱਛਾ ਜੀ ਹਾਂਜੀ ਤੇ ਹੋਰ ਪਿੰਡ ਬਹੁਤ ਸੋਹਣਾ ਬਹੁਤ ਵੱਡਾ ਪਿੰਡ ਦੇਖ ਕੇ ਤੇ ਮੇਰਾ ਵੀ ਗੰਨੇ ਚੁੱਪੋਂ ਜੀ ਕੀਤਾ ਸੀ ਨਾ, ਤੁਹਾਡਾ ਗਰਮ ਗਰਮ ਗੁੜ ਖਾਣ ਸੇ ਮੂੰਹ 'ਚ ਪਾਣੀ ਆ ਗਿਆ। ਹਾਂਜੀ ਪਿੰਡ ਬਹੁਤ ਵੱਡਾ ਬਹੁਤ ਸੋਹਣਾ ਹੈ ਬਹੁਤ ਪਿਆਰ ਵਾਲੇ ਆ। ਹਾਂਜੀ ਗੁਰਦੁਆਰਾ ਬਹੁਤ ਧਾਰਮਿਕ ਹੈ ਜੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਹੀ ਭੈਣ ਜੀ ਜਸਵਿੰਦਰ ਕੌਰ ਜੀ ਵੀ ਬੈਠੇ ਹੈਗੇ ਆ। ਭੈਣ ਜੀ ਜਸਵਿੰਦਰ ਕੌਰ ਜੀ ਤੁਸੀਂ ਕੀ ਕਹਿਣਾ ਚਾਹੋਗੇ, ਖੜੇ ਹੋ ਕੇ ਗੱਲਬਾਤ ਕਰਨੀ ਹੈ? ਹਾਂਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਿੱਖ ਚੈਨਲ ਦਾ ਥੈਂਕ ਯੂ, ਬਾਕੀ ਭਾਜੀ ਨਿਰਮਲ ਸਿੰਘ ਹੋਣਾ ਦਾ ਬਹੁਤ ਬਹੁਤ ਥੈਂਕ ਯੂ ਜਿਨ੍ਹਾਂ ਨੇ ਸਾਨੂੰ ਡਾਕੂਮੈਂਟਰੀ ਦਿਖਾਈ। ਹੋਰ ਪਿੰਡ ਬਾਰੇ ਕੀ ਕਹਿਣਾ ਚਾਹੋਗੇ? ਪਿੰਡ ਨੇ ਬਹੁਤ ਤਰੱਕੀ ਕੀਤੀ ਹੈ, ਨਾਈਸ ਸਾਰਾ ਕੁਝ ਠੀਕ ਠਾਕ। ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਮੈਂ ਬੇਨਤੀ ਕਰਦੇ ਹਾਂ ਜਿੰਨੇ ਵੀ ਸਾਡੇ ਸੱਜਣ ਆਏ ਆ ਗੈਸਟ ਆਏ ਆ ਭੈਣਾਂ ਮਾਤਾਵਾਂ ਬੱਚੀਆਂ ਬੱਚੇ, ਕਿ ਤੁਸੀਂ ਕੋਈ ਵੀ ਆਪਣਾ ਕੋਈ ਗੱਲ ਕਹਿਣਾ ਚਾਹੁੰਦੇ ਹੈਗੇ ਮੈਨੂੰ ਜ਼ਰੂਰ ਇਸ਼ਾਰਾ ਕਰਨਾ। ਆਪਾਂ ਹੁਣ ਬੈਠੇ ਹਾਂ, ਆਪਾਂ ਟਾਈਮ ਤੁਹਾਨੂੰ ਦੇ ਸਕਦੇ ਹਾਂ, ਤੁਹਾਡੀ ਗੱਲਬਾਤ ਆਪਾਂ ਜ਼ਰੂਰ ਸੁਣਨੀ ਹੈਗੀ ਹੈ। ਬਹੁਤ ਵਧੀਆ ਸਮੇਂ 'ਚੋਂ ਸਮਾਂ ਕੱਢ ਕੇ ਤੁਸੀਂ ਆਏ ਹੋ, ਆਪਾਂ ਇੱਕ ਫੋਨ ਕਾਲ ਲੈ ਲਈਏ ਅਤੇ ਆਪਣਾ ਤਿਆਰ ਰਹਿਣਾ ਜਿੰਨੇ ਗੱਲਬਾਤ ਕਰਨੀ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਵਾਹਿਗੁਰੂ ਜੀ ਕੌਣ ਬੋਲਦੇ ਜੀ? ਰਿਸ਼ਭ ਸਿੰਘ ਸੇਫੋ ਕਮਿਊਨਿਟੀ ਤੋਂ ਬੋਲਦਾ ਜੀ। ਹਾਂਜੀ ਭਾਜੀ ਜੀ ਆਇਆਂ ਜੀ ਕੀ ਕਹਿਣਾ ਚਾਹੋਗੇ ਜੀ? ਮੈਂ ਸਿੱਖ ਚੈਨਲ ਦਾ ਬਹੁਤ ਧੰਨਵਾਦ ਕਰਦਾ ਜੀ, ਇਹ ਮੈਂ 1962 ਤੋਂ ਬਾਅਦ ਅੱਜ ਨਾਨਕਿਆਂ ਦਾ ਪਿੰਡ ਪਹਿਲੀ ਵਾਰੀ ਦੇਖਿਆ। ਵਾਹ ਜੀ ਵਾਹ 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 ਕਮਾਲ ਹੋ ਗਿਆ, 1962 ਤੋਂ ਨਾਨਕਿਆਂ ਦਾ ਪਿੰਡ ਦੇਖ ਲਿਆ, ਕਿੱਦਾਂ ਲੱਗਿਆ ਨਾਨਕਿਆਂ ਦਾ ਪਿੰਡ? ਬਹੁਤ ਸੋਹਣਾ ਲੱਗਿਆ, ਹੁਣ ਤਾਂ ਮੇਰੇ ਮਾਮੇ ਉਹ ਤਾਂ ਇਸ ਪਿੰਡ ਨਹੀਂ ਰਹਿੰਦੇ, ਇੱਥੋਂ ਚਲੇ ਗਏ ਉਹ ਆ ਜੀ। ਇੱਕ ਸਰਪੰਚ ਹੁਣਾਂ ਨੇ ਗੱਲ ਕੀਤੀ ਸੀ ਪਿੰਡ ਦੇ ਵਿੱਚ ਛੱਪੜ ਆ ਵੀ ਉਹ ਪੂਰ ਕੇ ਤਾਂ ਬਾਹਰ ਬਣਾਉਣਾ। ਹਾਂਜੀ ਜੇ ਕਿਤੇ ਉਹ ਛੱਪੜ ਦਿਖਾਲਿਆ ਜਾਂਦਾ ਨਾ ਮੇਰੇ ਮਾਮਿਆਂ ਦੇ ਘਰ ਦੇ ਮੋਹਰੇ ਸੀ ਬਿਲਕੁਲ। ਅੱਛਾ ਜੀ ਬਹੁਤ ਸੋਹਣਾ ਹੁੰਦਾ ਸੀ, ਬੜਾ ਚੰਗਾ ਪਿੰਡ ਹੁੰਦਾ ਸੀ, ਉਦੋਂ ਬਾਜ਼ਾਰ ਹੁੰਦਾ ਸੀ ਚੜ੍ਹਦੀ ਉਹਨਾਂ ਨੂੰ ਪਿੰਡ ਦੇ ਵਿੱਚ ਜੀ, ਤੇ ਮੈਂ ਕੋਈ ਚੀਜ਼ ਪਛਾਣ ਨਹੀਂ ਸਕਿਆ ਪਿੰਡ ਦੀ, ਨਾ ਗੁਰਦੁਆਰਾ ਤੇ ਨਾ ਸਕੂਲ। ਜੇ ਮੈਂ ਗਲਤ ਨਾ ਹੋਵਾਂ ਤੇ ਜਿਹੜੇ ਮਹਿੰਦਰ ਸਿੰਘ ਨੇ ਗੱਲ ਕਹੀ ਨਾ ਕਿ ਸਕੂਲ ਉਦੋਂ ਵੀ ਹਾਈ ਸਕੂਲ ਹੁੰਦਾ ਸੀ। ਜੀ 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 ਬਿਲਕੁਲ ਉਹ ਸਕੂਲ ਹਾਈ ਸਕੂਲ ਹੁੰਦਾ ਸੀ ਜੀ, ਇਹ ਦੂਸਰੇ ਸਕੂਲ ਦੀ ਗੱਲ ਸੀ, ਇੱਕ ਹੋਰ ਸਕੂਲ ਹੈ। ਬਹੁਤ ਧੰਨਵਾਦ ਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਕੌਣ ਬੋਲਦੇ ਜੀ? ਜੀ ਮੈਂ ਮਨਮਿੰਦਰਜੀਤ ਸਿੰਘ ਬੋਲ ਰਿਹਾ। ਹਾਂਜੀ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜੀ? ਬਸ ਜੀ ਮੈਂ ਕਹਿਣਾ ਚਾਹਾਂ ਕਿ ਮੈਂ ਟੀਵੀ ਤੇ ਪ੍ਰੋਗਰਾਮ ਦੇਖ ਰਿਹਾ ਸੀਗਾ। ਹਾਂਜੀ ਮੇਰੇ ਪਿੰਡ ਦਾ ਕੰਨਾਲਾ ਜੱਟਾ। ਅੱਛਾ ਜੀ ਤੁਹਾਡਾ ਪਿੰਡ ਆ। ਦੇਖ ਕੇ ਬਹੁਤ ਹਾਂਜੀ ਦੇਖ ਕੇ ਬਹੁਤ ਖੁਸ਼ੀ ਹੋਈ ਜੀ। ਤੇ ਪਰ ਇੱਕ ਗੱਲ ਦਾ ਮੈਂ ਦੱਸਣਾ ਚਾਹੁੰਦਾ ਸੀਗਾ, ਇਹਨਾਂ ਨੇ ਕਾਫੀ ਦੂਜੀ ਸਾਈਡ ਪਿੰਡ ਦੀ ਦਿਖਾਈ ਹੈ, ਜਿੱਦਾਂ ਗੁਰਦੁਆਰੇ ਦੇ ਲਾਗੇ ਸਾਈਡ ਕੁਛ ਨਹੀਂ ਦਿਖਾਇਆ ਪਿੰਡ ਦਾ। ਅੱਛਾ ਜੀ ਮੇਨ ਗੁਰਦੁਆਰੇ ਦੇ ਲਾਗੇ। ਠੀਕ ਹੈ ਜੀ ਉਹ ਵੀ ਦਿਖਾਵਾਂਗੇ ਜੀ ਅਗਲੀ ਵਾਰੀ, ਕਿਉਂਕਿ ਪਿੰਡ ਜ਼ਿਆਦਾ ਵੱਡਾ ਸੀ, ਇਹ ਦੋ ਕਿਸ਼ਤਾਂ 'ਚ ਦਿਖਾ ਹੋਣਾ ਆ, ਇੱਕ ਕਿਸ਼ਤ ਦੇ ਵਿੱਚ ਪੂਰਾ ਨਹੀਂ ਆਇਆ। ਬਹੁਤ ਧੰਨਵਾਦ ਤੁਹਾਡਾ ਫੋਨ ਕਰਨ ਦਾ।
ਤੇ ਫੋਨ ਕਾਲਸ ਵੀ ਬਹੁਤ ਹੈਗੀਆਂ ਤੇ ਹੋਰ ਵੀ ਮੈਂ ਇਹਨਾਂ ਨਾਲ ਗੱਲਬਾਤ ਕਰਨੀ ਹੈ ਤੇ ਹਜੇ ਮੇਰੇ ਵੀਰ ਸੇਵਾ ਸਿੰਘ ਦਾ ਚੌਥਾ ਪੜਾਅ ਰਹਿੰਦਾ ਹਜੇ ਕਿ ਆਪਾਂ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਹੈ ਕਿਤੇ ਮੈਨੂੰ ਬਾਅਦ 'ਚ ਨਾ ਫੜਨਾ ਵੀ ਚੌਥਾ ਪੜਾਅ ਤੇ ਹਜੇ ਪਹੁੰਚੇ ਨਹੀਂ ਹੈਗੇ ਇੱਕ ਕਾਲ ਲੈ ਲਈਏ ਤੇ ਚੌਥੇ ਪੜਾਅ ਵੱਲ ਚੱਲਦੇ ਹਾਂ ਹਜੇ ਦੋ ਪੜਾਅ ਨਾ ਕਰੋ ਇੱਕ ਹੀ ਕਰ ਲਿਆ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਕੌਣ ਬੋਲਦੇ ਜੀ ਪਾਸੋ ਜੀ ਰਜਿੰਦਰ ਸਿੰਘ ਬੋਲ ਰਹੇ ਜੀ ਡਰਬੀ ਤੋਂ ਹਾਂਜੀ ਜੀ ਐਮ ਜੀ ਕੀ ਕਹਿਣਾ ਚਾਹੋਗੇ ਜੀ ਪਾਸੋ ਜੀ ਮੇਰਾ ਪਿੰਡ ਵੈਸੇ ਮਾਨਕ ਢੇਰੀ ਹੈ ਤੇ ਦਾਸ ਕੀਰਤਨ ਕਰਦੇ ਨੇ ਹਾਂਜੀ ਤੇ ਨਿਰਮਲ ਸਿੰਘ ਜੀ ਬੜੀ ਚੰਗੀ ਤਰ੍ਹਾਂ ਜਾਣਦੇ ਭਾਈ ਅਮਰਜੀਤ ਸਿੰਘ ਜੀ ਮਾਨਕ ਢੇਰੀ ਤੋਂ ਕੀਰਤਨ ਕਰਦੇ ਮੈਂ ਵੀ ਉੱਥੇ ਜਾਂਦਾ ਰਿਹਾ ਮੈਨੂੰ ਵੀ ਯਾਦ ਆ ਗਿਆ ਸਾਰੇ ਪਿੰਡ ਬਾਰੇ ਉਹਨਾਂ ਦਾ ਕਿਸ ਤਰ੍ਹਾਂ ਦਾ ਹੈਗਾ ਹਾਂਜੀ 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 ਤੇ ਮੈਂ ਸਿਰਫ ਦੱਸਣਾ ਚਾਹੁੰਦਾ ਸੀ ਵੀ ਉਹਨਾਂ ਨੇ ਇਹਨਾਂ ਦੇ ਭਾਜੀ ਸਾਹਿਬ ਦੇ ਪਿੰਡ ਦੇ ਕੰਧਾਲਾ ਜੱਟਾਂ ਤੋਂ ਇੱਕ ਪਿਤਾ ਜੀ ਨੇ ਹਰੀ ਸਿੰਘ ਜੀ ਕੀਰਤਨ ਕਰਦੇ ਨੇ ਬਹੁਤ ਚੰਗੇ ਬਹੁਤ ਨਾਇਸ ਨੇ ਹਾਂਜੀ ਤੇ ਉਹਨਾਂ ਦੇ ਪੁੱਤਰ ਨੇ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਹਾਂਜੀ ਉਹ ਬਹੁਤ ਮਹਾਰਾਜ ਦੀ ਕਿਰਪਾ ਉਹਨਾਂ ਦੇ ਤੇ ਮੈਂ ਤਾਂ ਇਸ ਕਰਕੇ ਜਾਣਦਾ ਕਿਉਂਕਿ ਅਸੀਂ ਉਹਨਾਂ ਤੋਂ ਸਿੱਖਦਾ ਹੁੰਦਾ ਸੀ ਮੈਂ ਤੇ ਇਹਨਾਂ ਦੇ ਪਿੰਡ ਬੜੇ ਕੀਰਤਨ ਕਰਨ ਜਾਂਦੇ ਰਹੇ ਨੇ ਮੈਂ ਡਾਕੂਮੈਂਟਰੀ ਤਾਂ ਨਹੀਂ ਦੇਖੀ ਪਰ ਮੈਂ ਗੱਲਾਂ ਸੁਣੀਆਂ ਜੀ ਮੈਨੂੰ ਸਾਰੇ ਪਿੰਡ ਦੀਆਂ ਗਲੀਆਂ ਜਦੋਂ ਮੈਂ ਜਾਂਦਾ ਹੁੰਦਾ ਸੀ ਸਰਾਂ ਨੂੰ ਜਾਂਦਾ ਹਾਂ ਪਿੰਡਾਂ 'ਚ ਜਾਂਦਾ ਮੈਨੂੰ ਯਾਦ ਆ ਗਿਆ ਸਾਰਾ ਬੜਾ ਅੱਛਾ ਲੱਗਿਆ ਬੜਾ ਚੰਗਾ ਲੱਗਿਆ ਸੁਣ ਕੇ ਹਾਂਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਭਾਈ ਨਿਰਮਲ ਸਿੰਘ ਜੀ ਹੋਣਾ ਤੇ ਆਪ ਜੀ ਤੇ ਸਾਰੇ ਪਿੰਡ ਜੋ ਦਿਖਾ ਰਹੇ ਆਪ ਜੀ ਪਿੰਡ ਨਾਲ ਜੋੜ ਰਿਹਾ ਮੈਨੂੰ ਵੀ ਮੇਰਾ ਵੀ ਜਦੋਂ ਮਨ ਕਰਦਾ ਜਦੋਂ ਪਿੰਡ ਵਰਦੇ ਤਾਂ ਮੈਂ ਜਾਵਾਂ ਠੀਕ ਹੈ ਜੀ ਕਿਰਪਾ ਕਰਨ ਬਹੁਤ ਧੰਨਵਾਦ ਆਪ ਜੀ ਦਾ ਜੀ ਬਹੁਤ ਧੰਨਵਾਦ ਤੁਹਾਡਾ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਲਾਸਟ ਰੋ ਦੇ ਵਿੱਚ ਮੇਰਾ ਜਵਾਲ ਕੀ ਨਾਂ ਦੱਸਿਆ ਸੀ ਬੇਟੇ ਦਾ ਬੇਟਾ ਕੁਛ ਕਹਿਣਾ ਚਾਹਣਗੇ ਫੋਨ ਇੱਥੇ ਮਾਈਕਰੋਫੋਨ ਦੇਣਾ ਜੀ ਬੱਚੇ ਨੂੰ ਹਾਂਜੀ ਖੜੇ ਹੋ ਕੇ ਨਾਂ ਕੀ ਹੈ ਜਵਾਲ ਹਾਂਜੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਚਾਹੁੰਦਾ ਕਿ ਧੰਨਵਾਦ ਸਿੱਖ ਚੈਨਲ ਦਾ ਕਿ ਮੈਂ ਦਿਖਾਉਣ ਡਾਕੂਮੈਂਟਰੀ ਪਿੰਡ ਦਾ ਔਰ ਮੇਰਾ ਮਾਮਾ ਉੱਥੇ ਰਹਿੰਦਾ ਖੰਡਾਲਾ ਦੇ ਵਿੱਚ ਔਰ ਮੈਂ ਦੇਖਿਆ ਸੀ ਕਿ ਨਏ ਨਏ ਚੀਜ਼ਾਂ ਆਈਆਂ ਔਰ ਡਿਫਰੈਂਟ ਹੋ ਗਿਆ ਚੀਜ਼ਾਂ ਚੇਂਜ ਹੋ ਗਈਆਂ ਠੀਕ ਹੈ ਲਾਈਕ ਕੀਤਾ ਤੁਸੀਂ ਠੀਕ ਹੈ ਤੁਹਾਡੇ ਨਾਲ ਤੁਹਾਡੇ ਸਿਸਟਰ ਹੈ ਕੌਣ ਹੈ ਹਾਂਜੀ ਜਸਮਿਨ ਖੜੇ ਹੋ ਕੇ ਤੁਸੀਂ ਵੀ ਜੀ ਹਾਂਜੀ ਤੁਹਾਨੂੰ ਤੁਹਾਡੇ ਪਿੰਡ ਦੀ ਡਾਕੂਮੈਂਟਰੀ ਦੇਖ ਕੇ ਕਿੱਦਾਂ ਲੱਗੀ ਕੀ ਬਹੁਤ ਚੰਗੀ ਲੱਗੀ ਥੈਂਕ ਯੂ ਹੋਰ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਦੇ ਬਾਰੇ ਤੁਹਾਡਾ ਪਿੰਡ ਆ ਹਾਂਜੀ ਤੁਸੀਂ ਕੰਦਾਲਾ ਜੱਟਾਂ ਦੇ ਹੋ ਮੇਰੀ ਮੰਮੀ ਦਾ ਪਿੰਡ ਆ ਹਾਂਜੀ ਅੱਛਾ ਜੀ ਤੁਸੀਂ ਗਏ ਕਦੇ ਪਿੰਡ ਹਾਂਜੀ ਕਿੰਨੀ ਦਫਾ ਗਏ ਅੱਛਾ ਕਿੰਨੀ ਦਫਾ ਕਿੱਦਾਂ ਲੱਗਦਾ ਜਦੋਂ ਉੱਥੇ ਤੁਸੀਂ ਜਾਂਦੇ ਬਹੁਤ ਚੰਗਾ ਲੱਗਦਾ ਇੱਥੋਂ ਨਾਲੋਂ ਉੱਥੇ 'ਚ ਕੀ ਫਰਕ ਕੀ ਡਿਫਰੈਂਸ ਕੀ ਹੈਗੇ ਆ ਉੱਥੇ ਥੋੜਾ ਜਿਹਾ ਰਿਲੈਕਸਡ ਆ ਅੱਛਾ ਜੀ ਜਦੋਂ ਰਿਲੈਕਸ ਹੋਣ ਨੂੰ ਜੀ ਹੁੰਦਾ ਕਰਦਾ ਪਿੰਡ ਚਲੇ ਜਾਂਦੇ ਤੁਸੀਂ ਹਾਂਜੀ ਠੀਕ ਹੈ ਜੀ ਹੋਰ ਕੁਛ ਮੈਸੇਜ ਦੇਣਾ ਹੋਇਆ ਯੂਥ ਨੂੰ ਤੁਸੀਂ ਕੁਛ ਕਹਿਣਾ ਚਾਹੋ ਜਿਹੜੇ ਨਹੀਂ ਗਏ ਉਹਨਾਂ ਨੂੰ ਜਾਣਾ ਚਾਹੀਦਾ ਉੱਥੇ ਤੇ ਆਪਣੇ ਰੂਟਸ ਦਾ ਥੋੜਾ ਜਿਹਾ ਪਤਾ ਲੱਗਣਾ ਚਾਹੀਦਾ ਬਸ ਤੇ ਪੰਜਾਬੀ ਬਹੁਤ ਵਧੀਆ ਬੋਲਦੇ ਕਿੰਨੇ ਸਿਖਾਈ ਹੈ ਤੁਹਾਨੂੰ ਮੰਮੀ ਡੈਡੀ ਨੇ ਮੰਮੀ ਡੈਡੀ ਨੇ ਸਿਖਾਈ ਹੈ ਠੀਕ ਹੈ ਜੀ ਬਹੁਤ ਵਧੀਆ ਸੋਹਣੀ ਪੰਜਾਬੀ ਬੋਲਦੇ ਤੁਸੀਂ ਥੈਂਕ ਯੂ ਬੇਟਾ ਥੈਂਕ ਯੂ ਹਾਂਜੀ ਹਾਂਜੀ ਆਪਾਂ ਹੁਣ ਕੋਲ ਇੱਕ ਲੈ ਕੇ ਤੇ ਚੌਥੇ ਪੜਾਅ ਵਿੱਚ ਚੱਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੌਣ ਬੋਲਦੇ ਜੀ ਹਰਦਿਆਲ ਸਿੰਘ ਧਮੜੈਤ ਦਰਵੀ ਤੋਂ ਬੋਲਦਾ ਵੀਰ ਜੀ ਹਾਂਜੀ ਧਮੜੈਤ ਸਾਹਿਬ ਜੀ ਐਮ ਜੀ ਕੱਲ ਆਪਾਂ ਨਾ ਇਹਦਾ ਪ੍ਰੋਗਰਾਮ ਦਾ ਨਾਮ ਸਾਨੂੰ ਚੇਂਜ ਕਰਨਾ ਪੈਣਾ ਹਾਂਜੀ ਤੁਹਾਡਾ ਪਿੰਡ ਨੀ ਸਾਡਾ ਪਿੰਡ ਰੱਖਣਾ ਪੈਣਾ ਇਹਦਾ ਨਾਮ ਅੱਛਾ ਜੀ ਕਿਉਂਕਿ ਵੀਰ ਨਿਰਮਲ ਸਿੰਘ ਹੋਣੀ ਵੀ ਸਾਡੇ ਪਿੰਡੋਂ ਹੀ ਆ ਆਪਾਂ ਇਹਨਾਂ ਦੇ ਨਾਲ ਬਹੁਤ ਲੰਬਾ ਸਮਾਂ ਬਿਤਾਇਆ ਹਾਂਜੀ ਤੇ ਪਰ ਹੁਣ 5-7 ਸਾਲ ਦਾ ਸਮਾਂ ਪੈਣ ਤੋਂ ਬਾਅਦ ਪਹਿਲੀ ਵਾਰੀ ਦੇਖਿਆ ਵੀਰ ਜੀ ਨੂੰ ਹਾਂਜੀ ਤੇ ਖੁਸ਼ੀ ਹੁੰਦੀ ਆ ਵੀ ਜਦੋਂ ਅਸੀਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਸਿੱਖੀਏ ਵੀ ਉਹ ਆਪਣੇ ਆਪਣੇ ਪਿੰਡਾਂ ਵਿੱਚ ਕੀ ਕਰ ਸਕਦੇ ਆ ਹਾਂਜੀ ਤੇ ਸਾਨੂੰ ਜਿਹੜੇ ਚੰਗੇ ਕੰਮ ਅਸੀਂ ਕਰਦੇ ਆ ਉਹਨਾਂ ਦੀ ਸੋਝੀ ਲੈਣੀ ਚਾਹੀਦੀ ਆ ਵੀਰ ਨਿਰਮਲ ਸਿੰਘ ਜੀ ਹੋਣੀ ਜਾਂ ਇਹਨਾਂ ਦੇ ਪਿੰਡ ਵਾਸੀਆਂ ਨੇ ਆਪਣੇ ਆਪਣੇ ਪਿੰਡ ਵਿੱਚ ਕੀ ਕੰਮ ਕੀਤੇ ਆ ਹਾਂਜੀ ਸੋ ਸਾਨੂੰ ਵੀ ਇਹੋ ਜਿਹਾ ਕੰਮ ਕਰਨੇ ਚਾਹੀਦੇ ਜਿਹਦੇ ਕਰਕੇ ਸਾਡਾ ਪਿੰਡ ਵਿੱਚ ਤੇ ਇਲਾਕੇ ਵਿੱਚ ਤੇ ਬਾਹਰਲੀ ਧਰਤੀ ਦੇ ਵੀ ਸਾਡਾ ਨਾਂ ਹੋਵੇ ਜੀ ਤੇ ਮੈਂ ਵੀਰ ਨਿਰਮਲ ਸਿੰਘ ਨੂੰ ਬੇਨਤੀ ਕਰਾਂਗਾ ਵੀ ਮੇਰੇ ਕੋਲ ਟੈਲੀਫੋਨ ਨੰਬਰ ਮੇਰਾ ਆਪਣਾ ਪੁਰਾਣਾ ਹੀ ਆ ਹਾਂਜੀ ਪਰ ਆਪਣਾ ਨਵਾਂ ਨੰਬਰ ਮੈਨੂੰ ਜ਼ਰੂਰ ਦੇ ਦੇਣ ਕਿਉਂਕਿ ਅਸੀਂ ਬਹੁਤ ਲੰਮੇ ਸਮੇਂ ਤੋਂ ਸਾਡਾ ਕੰਟੈਕਟ ਨਹੀਂ ਬਿਲਕੁਲ ਜੀ ਇਹਨਾਂ ਦਾ ਨੰਬਰ ਮੈਂ ਲੈ ਕੇ ਆਊਂਗਾ ਤੇ ਤੁਹਾਡਾ ਮੈਂ ਇਹਨਾਂ ਨੂੰ ਜ਼ਰੂਰ ਦਊਂਗਾ ਜੀ ਤੇ ਨਗਰ ਨਿਵਾਸੀਆਂ ਨੂੰ ਮੈਂ ਵਧਾਈ ਦਿੰਦਾ ਵੀ ਇਹਨਾਂ ਨੇ ਆਪਣੇ ਨਗਰ ਵਿੱਚ ਪੰਜਾਬ ਵਿੱਚ ਹਿੰਦੁਸਤਾਨ ਵਿੱਚ ਆਪਣਾ ਨਾਂ ਬਣਾਇਆ ਤੇ ਵਧੀਆ ਕੰਮ ਕੀਤੇ ਆ ਜੀ ਸਾਨੂੰ ਇਹਨਾਂ ਤੋਂ ਸੋਝੀ ਲੈ ਕੇ ਏਦਾਂ ਦੇ ਕੰਮ ਕਰਨੇ ਚਾਹੀਦੇ ਤਾਂ ਕਿ ਅਸੀਂ ਵੀ ਆਪਣੇ ਪਿੰਡਾਂ ਵਿੱਚ ਆਪਣੇ ਇਲਾਕੇ ਵਿੱਚ ਹਾਂਜੀ ਸਿੱਖ ਕੌਮ ਵਿੱਚ ਆਪਣਾ ਨਾਮ ਪੈਦਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਹਰਦਿਆਲ ਸਿੰਘ ਧਮੜੈਤ ਹੋਰਾਂ ਨੇ ਦੱਸਿਆ ਕਿ ਜਿਵੇਂ ਤੁਹਾਡਾ ਪਿੰਡ ਪ੍ਰੋਗਰਾਮ ਸ਼ੁਰੂ ਕਰਨ ਦਾ ਇਹ ਮਕਸਦ ਹੈਗਾ ਕਿ ਜਿਹੜੇ ਬੱਚੇ ਪਿੰਡਾਂ 'ਚ ਨਹੀਂ ਜਾਂਦੇ ਉਹਨਾਂ ਨੂੰ ਪਿੰਡਾਂ ਦੇ ਬਾਰੇ ਜਿਹੜਾ ਹੈਗਾ ਚਾਹ ਹੋਵੇ ਉਹਨਾਂ ਦੇ ਮਨ ਦੇ ਵਿੱਚ ਪਿੰਡਾਂ ਵਿੱਚ ਜਾਣ ਆਪਣੇ
ਔਰ ਉਸਦੇ ਨਾਲ ਨਾਲ ਪਿੰਡਾਂ ਦੇ ਵਿੱਚ ਅਸੀਂ ਜਿਹੜਾ ਆਪਣਾ ਵਧੀਆ ਜਿਹੜੇ ਪਿੰਡ ਦੇ ਵਾਸਤੇ ਐਜੂਕੇਸ਼ਨ ਹੋਸਪਿਟਲ ਅਤੇ ਹੋਰ ਵਧੀਆ ਕਾਰਜ ਕਰ ਸਕੀਏ। ਅਤੇ ਆਪਾਂ ਭਾਅ ਜੀ ਸੇਵਾ ਸਿੰਘ ਹੋਰਾਂ ਨਾਲ ਗੱਲਬਾਤ ਕਰ ਰਹੇ ਸੀਗੇ ਅਤੇ ਭਾਅ ਜੀ ਸੇਵਾ ਸਿੰਘ ਜੀ ਚੌਥੇ ਪੜਾਅ ਦੀ ਗੱਲ ਦੱਸਦੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਫਿਰ ਬਹੁਤ ਧੰਨਵਾਦ ਕਰਦਾ ਕਿ ਸਿੱਖ ਚੈਨਲ ਨੇ ਪ੍ਰੋਗਰਾਮ ਲਿਆਂਦਾ। ਹਾਂਜੀ, ਵੈਸੇ ਦੋ ਤਿੰਨ ਗੱਲਾਂ ਬੜੀ ਇੰਟਰਸਟਿਡ ਆ ਜਿਹੜੀ ਮੈਂ ਸੁਣਾਉਣੀਆਂ। ਹਾਂਜੀ ਸੁਣਾਓ ਜੀ। ਜਦੋਂ ਫਰੰਟ ਬਲਾਕ ਬਣ ਗਿਆ ਉਸ ਤੋਂ ਬਾਅਦ ਅਸੀਂ ਇੱਥੇ ਗਏ। ਹਾਂਜੀ, ਕਾਲਜ, ਨਰਸਿੰਗ ਸਕੂਲ, ਯਾਨੀ ਸਾਰਾ ਸਿਸਟਮ ਪੂਰਾ ਚੱਲਦਾ ਸੀ। ਮੈਨੇਜਮੈਂਟ ਕਮੇਟੀ ਇਲਾਕੇ ਦੀ ਬੈਠੀ, ਹਾਂਜੀ, ਇਹ ਕਹਿਣ ਲੱਗੇ ਵੀ ਤੁਸੀਂ ਨੀਂਹ ਤੋਂ ਬਨੇਰੇ ਤਾਈਂ ਕਿਹਾ ਸੀ, ਸਾਡੀ ਬਿਲਡਿੰਗ ਕੰਪਲੀਟ ਹੋ ਗਈ, ਡਿਗਰੀ ਕਾਲਜ ਚੱਲਦਾ, ਸੀਨੀਅਰ ਸੈਕੰਡਰੀ ਚੱਲਦਾ, ਬਾਬਾ ਬੁੱਢਾ ਚੱਲਦਾ, ਨਰਸਰੀ ਚੱਲਦੀ ਆ ਜੀ, ਕਿ ਅਸੀਂ ਹੁਣ ਗੁਰਦੁਆਰਾ ਬਣਾਉਣ ਲੱਗੇ। ਅੱਛਾ ਜੀ। ਕੁਦਰਤੀ ਅਸੀਂ ਨਾ, ਮੇਰੇ ਲੜਕੇ ਦਾ ਬਰਥਡੇ ਸੀ, ਅਸੀਂ ਇੱਥੇ ਬੜਾ ਹਾਲ ਕਰਨ ਲੱਗੇ ਇੱਦਾਂ, ਅਤੇ ਮੇਰੀ ਮਿਸਿਸ ਸੀ, ਮੈਂ ਕਿਹਾ ਵੈਸੇ ਆਪਾਂ ਉੱਥੇ ਫਜ਼ੂਲ ਪੈਸੇ ਖਰਚਣੇ ਆ, ਚਲੋ ਆਪਾਂ ਸਟੂਡੈਂਟ ਲਈ ਗੁਰਦੁਆਰਾ ਬਣਾ ਦਿੰਦੇ। ਵਾਹ ਜੀ ਵਾਹ। ਅਸੀਂ ਖੜ੍ਹੇ ਹੋ ਕੇ ਅਰਜ਼ ਕੀਤੀ ਪੰਚਾਇਤ ਮੋਹਰੇ, ਕਮੇਟੀ ਮੋਹਰੇ, ਮੈਨੇਜਿੰਗ ਕਮੇਟੀ, ਵੀ ਸਾਨੂੰ ਇਜਾਜ਼ਤ ਦਿਓ ਕਿ ਅਸੀਂ ਗੁਰਦੁਆਰਾ ਬਣਾ ਸਕੀਏ। ਖੈਰ, ਉੱਥੇ 3000 ਸਟੂਡੈਂਟ ਬਹਿ ਸਕਦਾ। ਅਸੀਂ ਉਹ ਗੁਰਦੁਆਰਾ ਬਣਾ ਕੇ ਅੰਮ੍ਰਿਤਸਰ ਤੋਂ ਮਹਾਰਾਜ ਦੀ ਬੀੜ ਲਿਆਂਦੀ ਜੀ, ਅਤੇ ਮੈਂ ਲਾਈਫ 'ਚ ਪਹਿਲੀ ਵਾਰੀ ਦੇਖਿਆ ਕਿ 500 ਨਿਆਣੇ ਫਲਾਵਰ ਸਿੱਟਣ, ਮਹਾਰਾਜ ਦੀ ਬੀੜ ਸਾਰਾ ਹੋ ਗਿਆ। ਹਾਂਜੀ ਹਾਂਜੀ। ਉਸ ਤੋਂ ਬਾਅਦ ਇਹਨਾਂ ਖੁਸ਼ੀ 'ਚ ਆਣ ਕੇ ਮੈਨੂੰ ਉੱਥੇ ਦੀ ਵੀਟੋ ਪਾਵਰ ਦੇ ਦਿੱਤੀ ਜੀ, ਕਿ ਕੋਈ ਵੀ ਸਾਡੇ ਇਸ ਕਾਲਜ ਦੇ ਵਿੱਚ ਮੈਨੇਜਮੈਂਟ ਦਾ ਕਦੀ ਝਗੜਾ ਹੋਵੇ ਕਿ ਤੁਸੀਂ ਐਨ ਸਟੇਟ ਵਿੱਚ ਡਿਸੋਲਵ ਕਰ ਸਕਦੇ ਜੀ। ਓਰਕੈਸਟਰਡ ਹੋ ਗਈ, ਕਦੀ ਵੀ ਪਰਮਾਤਮਾ ਚਾਹੇ ਹੋਣਾ ਨਹੀਂ, ਜਿਹੜੇ ਹੁਣ ਸੁਣਾਉਣ ਲੱਗਾ। ਹਾਂਜੀ। ਫਿਰ ਅਸੀਂ ਸੋਚਿਆ ਕਿ ਆਮਦਨ ਦਾ ਜ਼ਰੀਆ ਨਹੀਂ ਸਾਡਾ, ਫੀਸ ਆ ਬੱਚਿਆਂ ਤੋਂ ਲੈ ਲੈਣੀ, ਕਿੱਦਾਂ ਚਲਾਉਣੀ ਆ। ਅਸੀਂ ਨਰਸਿੰਗ ਸਕੂਲ ਅਪਲਾਈ ਕੀਤਾ ਜੀ, ਬੜੀ ਮਿਹਨਤ ਕੀਤੀ। ਮਿਸਿਸ ਗੁਜਰਾਲ ਸੀਗੀ ਦਿੱਲੀ, ਹਾਂਜੀ, ਉਹ ਨਾ 14 IAS ਅਫੀਸਰ ਆ, ਉਹਦੀ ਚੇਅਰਮੈਨ, ਉਹਨੇ ਰਿਜੈਕਟ ਕਰ ਦਿੱਤਾ। ਤੁਹਾਨੂੰ ਪਿੰਡਾਂ ਨੂੰ ਕੀ ਪਤਾ ਕਿ ਨਰਸਿੰਗ ਸਕੂਲ ਕੀ ਹੁੰਦਾ। ਬਿਲਕੁਲ ਸਹੀ। ਕੈਪਟਨ ਗੌਰਮਿੰਟ ਸੀ, ਅਸੀਂ ਦੁਬਾਰਾ ਫੇਲ ਹੈ ਗਏ, ਹਾਂਜੀ, ਲੇਕਿਨ ਅਸੀਂ ਉਹ ਨਰਸਿੰਗ ਸਕੂਲ ਬਣਾ ਲਿਆ। ਬਹੁਤ ਵਧੀਆ। ਇਸ ਵੇਲੇ ਸਾਡੇ ਉਹ ਨਰਸਿੰਗ ਸਕੂਲ 'ਚ 180 ਲੜਕੀਆਂ ਹੋਸਟਲ 'ਚ ਰਹਿੰਦੀਆਂ, ਔਰ 24 ਆਵਰ ਉੱਥੇ ਗੰਨ ਦਾ ਪਹਿਰਾ ਆ ਜੀ। ਉਸ ਤੋਂ ਬਾਅਦ ਅਸੀਂ ਫਿਰ BSc ਨਰਸਿੰਗ ਲਈ ਅਪਲਾਈ ਕੀਤਾ। ਹਾਂਜੀ। ਫਿਰ ਅਸੀਂ ਇੰਨੀ ਮਿਹਨਤ ਕੀਤੀ ਕਿ ਮੈਂ 11 ਦਿਨ ਦਿੱਲੀ ਰਿਹਾ, BSc ਨਰਸਿੰਗ ਸਕੂਲ ਦੀ ਬਜਾਏ ਅਸੀਂ BSc ਨਰਸਿੰਗ ਕਾਲਜ ਬਣਾ ਗਏ। ਵਾਹ ਜੀ। ਹੁਣ ਸਾਡੇ ਕੋਲ BSc ਨਰਸਿੰਗ ਸਕੂਲ 'ਚ 180 ਲੜਕੀ ਆ, ਸਾਡੇ ਕੋਲ 90 ਲੜਕੀਆਂ BSc ਕਾਲਜ ਦੀ ਜੀ, ਜਿਹੜੀ ਚੇਨਾਈ ਤੋਂ PhD ਅਸੀਂ ਲਿਆਂਦੀ ਆ, ਜਿਹੜੀ ਪ੍ਰਿੰਸੀਪਲ ਆ, ਸਾਰਾ ਸੈਂਟਰ ਦਿੱਲੀ ਦੇ ਥੱਲੇ ਆ। ਹੁਣ ਫਿਰ ਅਸੀਂ ਸੋਚਿਆ ਕਿ ਤੋਂ ਅੱਗੇ ਵਧੀਏ, ਹੁਣ ਅਸੀਂ ਪੋਸਟ ਬੇਸਿਕ BSc ਨਰਸਿੰਗ ਦੀ ਇੰਸਪੈਕਸ਼ਨ ਕਰਾਈ ਆ, ਨਿਰਮਲ ਸਿੰਘ ਹੁਣਾਂ ਨੂੰ ਪਤਾ ਨਜ਼ਦੀਕ, ਹੁਣ ਅਸੀਂ ਉਹਦੀ ਵੀ ਪਰਮਿਸ਼ਨ ਲੈ ਚੱਲੇ ਹਾਂ। ਇਹਦਾ ਮਤਲਬ 120 ਲੜਕੀਆਂ ਪੋਸਟ ਬੇਸਿਕ BSc ਨਰਸਿੰਗ ਦੀਆਂ, ਹਾਂਜੀ, 90 ਲੜਕੀਆਂ BSc ਨਰਸਿੰਗ ਕਾਲਜ ਦੀਆਂ, 180 ਲੜਕੀਆਂ ਹੋਸਟ ਨਰਸਿੰਗ ਦੀਆਂ। ਇਹ ਸਾਡਾ ਸਾਰਾ ਹੋਸਟਲ ਵਗੈਰਾ 24 ਆਵਰ ਗੰਨ ਆ। ਜਿਹੜੀ ਮੈਂ ਚੀਜ਼ ਦੱਸਣੀ ਚਾਹੁੰਦਾ, ਹਾਂਜੀ, ਇਹ ਤਿੰਨੇ ਚੀਜ਼ਾਂ ਤਬ ਮਿਲਦੀਆਂ ਤੁਹਾਡਾ ਆਪਣਾ ਹੋਸਪਿਟਲ ਹੋਵੇ ਜੀ। ਦਿੱਲੀ ਤੁਹਾਨੂੰ ਲਿਖ ਕੇ ਦੇਣਾ ਪੈਂਦਾ ਕਿ ਸਾਡਾ ਹੋਸਪਿਟਲ ਆ ਜੀ, ਤੁਹਾਨੂੰ ਸਾਨੂੰ ਟਾਈਮ ਦਿਓ, ਅਸੀਂ ਬਣਾਉਂਦੇ ਹਾਂ। ਅਸੀਂ ਬੜਾ ਜ਼ੋਰ ਲਾਇਆ ਆਲੇ ਦੁਆਲੇ, ਨੈਣੀਵਾਲ ਹੈਡਮਾਸਟਰ ਬਲਬੀਰ ਸਿੰਘ ਵੀ ਟਰਾਈ ਕੀਤੀ, ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜ਼ਮੀਨ ਦਿੰਦੇ ਹਾਂ, ਦੂਸਰਾ ਸਰਪੰਚ ਆ ਗਿਆ, ਹੁਣ ਰੋਕ ਦਿੱਤੀ। ਫਿਰ ਕਿਹੜਾ ਤੁਸੀਂ ਹੋਸਪਿਟਲ ਸ਼ੋ? ਮੈਂ ਤੁਹਾਨੂੰ ਦੱਸਦਾ, ਮੈਂ 2:30 ਵਜੇ ਆਪਣੇ ਪਿੰਡ ਦੇ ਸਰਪੰਚ ਨੂੰ ਫੋਨ ਕੀਤਾ ਰਾਤ ਨੂੰ, ਮੈਂ ਕਿਹਾ ਯਾਰ ਹੋਸਪਿਟਲ ਬਣਦਾ ਤੂੰ ਸਾਨੂੰ ਜਗ੍ਹਾ ਦੇ ਦੇ। ਉਹ ਸਾਨੂੰ ਸਵੇਰੇ ਲਿਖ ਕੇ ਜਾ ਕੇ ਕਮੇਟੀ ਨੂੰ ਦੇਤਾ, 4 ਏਕੜ ਜ਼ਮੀਨ GT ਰੋਡ ਤੇ ਕੁਲੋਇਆ ਨੇ ਦੇ ਦਿੱਤੀ। ਹੁਣ ਅਸੀਂ ਉਸ ਤੋਂ ਬਾਅਦ ਫਿਰ ਨੀਂਹ ਪੱਥਰ ਵੀ ਰੱਖਿਆ, ਹੁਣ ਅਸੀਂ ਉਹ ਹੋਸਪਿਟਲ ਚਲਾਇਆ। ਜੇ ਤੁਸੀਂ ਦੱਸੋ, ਕਹੋ ਤਾਂ 1 ਮਿੰਟ ਦੇ ਦਿਓ, ਮੈਂ ਦੱਸ ਸਕਦਾ ਕਿੱਦਾਂ ਬਣਾਇਆ। ਆਪਾਂ 1 ਮਿੰਟ ਬਾਅਦ ਚ ਦੇਵਾਂਗੇ ਤੁਹਾਨੂੰ, ਕਿਉਂਕਿ ਤੁਹਾਡਾ 1 ਮਿੰਟ ਹੋਸਪਿਟਲ ਅਸੀਂ ਉਹ ਬਣਾ ਗਏ। ਫਿਰ 1 ਮਿੰਟ ਤੁਹਾਡਾ 10 ਮਿੰਟ ਵਰਗਾ ਹੁੰਦਾ, ਆਪਾਂ ਬਾਅਦ ਚ ਦੇਵਾਂਗੇ ਤੁਹਾਨੂੰ, ਕੋਈ ਗੱਲ ਨਹੀਂ। ਬਹੁਤ ਵਧੀਆ। ਵੈਸੇ ਇੱਦਾਂ ਆ ਕਿ ਗੱਲਾਂ ਬਾਤਾਂ ਆਪਾਂ ਠੀਕ ਜ਼ਰੂਰ ਕਰ ਲੈਣੀਆਂ ਹੁੰਦੀਆਂ, ਜਿਵੇਂ ਖਾਸ ਕਰਕੇ ਭਾਈ ਸੇਵਾ ਸਿੰਘ ਹੋਰਾਂ ਨੇ ਦੱਸਿਆ ਕਿ ਇਹਨਾਂ ਨੇ ਇੰਨੀ ਮਿਹਨਤ ਕੀਤੀ, ਇੰਨੀ ਮਿਹਨਤ ਕਰਕੇ ਅਤੇ ਇੱਥੋਂ ਤੱਕ ਪਹੁੰਚੇ ਹੈਗੇ। ਹਾਂ, ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗਾ, ਇਹ ਸਭ ਕੁਛ ਕਰਕੇ ਜੋ ਰਿਜ਼ਲਟ ਸਾਹਮਣੇ, ਤੁਹਾਨੂੰ ਕਿੱਦਾਂ ਦਾ ਲੱਗਦਾ, ਕਿੱਦਾਂ ਮਹਿਸੂਸ ਹੁੰਦਾ? ਇਸ ਵੇਲੇ 1000 ਤੋਂ ਉੱਪਰ ਜਿਹੜੀਆਂ ਨਾ, ਦੇਖੋ 180 ਤਾਂ ਹੋਸਟਲ 'ਚ ਲੜਕੀਆਂ ਨਰਸਿੰਗ ਆ ਜੀ, BSc ਕਾਲਜ ਦੀਆਂ, ਪੋਸਟ ਬੇਸਿਕ ਦੀਆਂ, ਇਹਦੀਆਂ 2 ਕੰਟੀਨਾਂ ਆ, ਬੜਾ ਅੱਛਾ ਸਿਸਟਮ, ਇਹ ਸਭ ਕੁਛ। ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ? ਬਹੁਤ ਖੁਸ਼ੀ ਹੈ, ਇਸ ਤੋਂ ਵੱਡੀ ਕੀ ਹੋ ਸਕਦੀ, ਇਸ ਤੋਂ ਵੱਡੀ ਖੁਸ਼ੀ ਨਹੀਂ ਹੈ, ਇਸ ਤੋਂ ਵੱਡੀ ਕੋਈ ਖੁਸ਼ੀ। ਬਹੁਤ ਵਧੀਆ, ਬੜੀ ਮਹਾਰਾਜ ਦੀ ਕਿਰਪਾ। ਤੇ ਹੁਣ ਭਾਜੀ ਨਿਰਮਲਜੀਤ ਸਿੰਘ ਜੀ, ਮੈਂ ਤੁਹਾਡੇ ਲਾਵਾਂ ਕਮਾਲਵੀ ਸਾਹਿਬ, ਤੁਸੀਂ ਹੋਰ ਕੋਈ ਗੱਲਬਾਤ ਕਰਨੀ ਹੋਵੇ ਖਾਸ ਕੁਛ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਸਾਰੀਆਂ ਹੀ ਗੱਲਾਂ ਹੋਈਆਂ ਨੇ। ਮੈਂ ਇਹ ਸਮਝਦਾ ਵੀ ਸਾਡੇ ਵਿੱਚੋਂ ਬਹੁਤਿਆਂ ਨੂੰ ਕਈ ਗੱਲਾਂ ਦਾ ਪਹਿਲਾਂ ਨਹੀਂ ਸੀ ਪਤਾ, ਜਿਨ੍ਹਾਂ ਦਾ ਅੱਜ ਪਤਾ ਲੱਗਿਆ। ਐਤਕੀ ਖੁਸ਼ੀ ਦੀ ਗੱਲ ਇਹ ਹੋਈ ਵੀ ਹੋਲਾ ਮਹੱਲਾ ਜਿਹੜਾ ਉੱਥੇ ਲੰਗਰ ਲੱਗਦਾ ਉਹਦੇ ਉੱਤੇ ਹੁਣ ਕਮੇਟੀ ਵਾਲੇ ਕੀ ਕਰਦੇ ਆ, ਜਿਹੜੇ ਉਹ ਲਾਲਾ ਸੰਤ ਰਾਮ ਦੇ ਗਾਹਾਂ ਉਹਨਾਂ ਦੇ ਪੋਤੇ ਪੜਪੋਤਰੇ ਉਹਨਾਂ ਨੂੰ ਇਨਵਾਈਟ ਕਰਦੇ ਆ ਹਰ ਸਾਲ, ਅਤੇ ਐਤਕੀ ਉਹ ਆਇਓ ਸੀ ਤਾਂ ਮੈਨੂੰ ਕੁਦਰਤੀ ਭਿਣਕ ਲੱਗ ਗਈ ਵੀ ਉਹ ਆਏ ਹੋਏ ਆ ਭੋਗ 'ਤੇ। ਮੈਂ ਭਾਅ ਜੀ ਨੇ ਆਪਣੇ ਪ੍ਰਾਹੁਣੇ ਨੂੰ ਕਿਹਾ, ਮੈਂ ਕਿਹਾ ਵੀ ਗੱਡੀ ਚੱਕੋ ਦਵਾ ਚਲੀਓ ਚੱਲੇ ਨਾ ਜਾਣ। ਅਸੀਂ ਉਹਨਾਂ ਨੂੰ ਮਿਲੇ ਜੀ ਸਪੈਸ਼ਲੀ ਲਾਲਾ ਸੰਤ ਰਾਮ ਦਾ ਪੋਤਾ, ਉਹਦੀ ਪੋਤ ਨੂੰ ਅਤੇ ਗਾਹਾਂ ਉਹਨਾਂ ਦੀ ਲੜਕੀ, ਉਹਨਾਂ ਦੀ ਮੈਂ ਸਪੈਸ਼ਲੀ ਇੰਟਰਵਿਊ ਕਰਕੇ ਆਇਆ ਐਤਕੀ। ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਆ ਬਹੁਤ ਹੀ ਜਾਣਕਾਰੀ ਉਹ ਹੀ ਆ ਜਿਹੜੀ ਬੱਚੀ ਕਮਲਜੀਤ ਨੇ ਵੀ ਦੱਸੀ ਆ। ਲੇਕਿਨ ਉਹਨਾਂ ਨੇ ਮੈਨੂੰ ਕੱਲ੍ਹ ਈਮੇਲ ਦੇ ਵਿੱਚ ਪਹਿਲਾਂ ਬਾਈ ਪੋਸਟ ਭੇਜੀਆਂ ਚੀਜ਼ਾਂ ਮਿਲੀਆਂ ਨਹੀਂ, ਪਤਾ ਨਹੀਂ ਇੰਡੀਆ ਦੀ ਪੋਸਟ ਖਾ ਗਈ, ਪਤਾ ਨਹੀਂ ਇੰਗਲੈਂਡ ਦੀ ਪੋਸਟ ਖਾ ਗਈ। ਕੱਲ੍ਹ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਮੈਨੂੰ ਕੁਛ ਨਹੀਂ ਮਿਲਿਆ। ਕੱਲ੍ਹ ਉਹਨਾਂ ਨੇ ਬੜੇ ਤਰੱਦੇ ਦੇ ਨਾਲ ਮੈਨੂੰ ਈਮੇਲਾਂ ਕੀਤੀਆਂ। ਆ 1909 ਦਾ ਲੈਫਟੀਨੈਂਟ ਗਵਰਨਰ ਦਾ ਪੰਜਾਬ ਦਾ ਦਿੱਤਾ ਹੈ ਉਹ ਸਰਟੀਫਿਕੇਟ ਲਾਲਾ ਸੰਤ ਰਾਮ ਜੀ ਹੋਣਾ ਨੂੰ, ਕਿ ਜਿਹੜਾ ਉਹਨਾਂ ਨੇ ਸਰਾਂ ਬਣਾਈ, ਖੂਹ ਲਵਾਇਆ, ਲੋਕਾਂ ਦਾ ਜਿਹੜਾ ਭਲੇ ਦਾ ਕੰਮ ਕੀਤਾ ਉਹਦੇ ਵਾਸਤੇ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਨੇ ਸਰਟੀਫਿਕੇਟ ਜਿਹੜਾ 1907 ਵਿੱਚ ਸਰਾਂ ਬਣੀ ਆ, 1909 ਦੇ ਵਿੱਚ ਜਿਹੜਾ ਜਲੰਧਰ ਡਿਵੀਜ਼ਨ ਦਾ ਕਮਿਸ਼ਨਰ ਸੀ ਉਹਨੇ ਰਿਕਮੈਂਡ ਕੀਤਾ, ਅਤੇ ਇਹ ਸਰਟੀਫਿਕੇਟ ਉਹਨਾਂ ਦੇ ਖਾਨਦਾਨ ਨੂੰ ਇਸ਼ੂ ਹੋਇਆ, ਜਿਹੜਾ ਉਹਨੇ ਮੈਨੂੰ ਕਾਪੀ ਭੇਜੀ ਆ। ਅਤੇ ਇਹਦੇ ਵਿੱਚ ਰਕਮ ਵੀ ਲਿਖੀ ਹੋਈ ਆ ਵੀ ਕਿੰਨੀ ਖਰਚੀ ਗਈ ਉਸ ਵੇਲੇ, ਉਸ ਵੇਲੇ 1925 ਰੁਪਏ ਦੇ ਵਿੱਚ ਉਹ ਸਾਰੀ ਸਰਾਂ ਬਣ ਗਈ ਸੀ। ਅੱਜ ਮੇਰਾ ਖਿਆਲ ਵੀ ਅਸੀਂ ਦੋ ਝੋਲਿਆਂ 'ਚ 1925 ਰੁਪਏ ਦਾ ਸਮਾਨ ਜਿਹੜਾ ਨਾ ਸ਼ੋਪਿੰਗ ਸੈਂਟਰ ਤੋਂ ਭਰ ਕੇ ਲੈ ਆਉਂਦੇ ਹਾਂ, ਅਤੇ ਕਿਉਂਕਿ ਉਸ ਵੇਲੇ ਪੈਸੇ ਦੀ ਕੀਮਤ ਬੜੀ ਸੀ। 25 ਬੜੀ ਵੱਡੀ ਗੱਲ ਸੀ। ਮੈਂ ਇਹ ਚਾਹੁੰਦਾ ਹਾਂ ਵੀ ਇਹ ਜਿਹੜਾ ਨਾ ਕੈਮਰੇ ਜੇ ਫੋਕਸ ਕੀਤਾ ਜਾਵੇ ਤਾਂ ਇਹ ਜ਼ਰੂਰ ਸਾਰਿਆਂ ਨੂੰ ਦਿਖਾਇਆ ਜਾਵੇ, ਇਹ ਬੜਾ ਇੱਕ ਹਿਸਟੋਰੀਕਲ ਡਾਕੂਮੈਂਟ ਹੈ। ਬਿਲਕੁਲ ਜੀ। ਅਤੇ ਮੈਨੂੰ ਇਹ ਵੀ ਪਤਾ ਲੱਗਿਆ ਵੀ ਜਿੱਦਾਂ ਭੈਣ ਕਮਲਜੀਤ ਕੌਰ ਨੇ ਦੱਸਿਆ ਹੈਗਾ ਮੈਨੂੰ ਵੀ 1918 ਦੇ ਵਿੱਚ ਫਿਰ ਉਸ ਸਰਾਂ ਦੇ ਜਿਹੜੇ ਕਾਗਜ਼ ਪੱਤਰ ਬਣਾਏ ਗਏ ਆ, ਅਤੇ ਮੈਂ ਹੁਣ ਉੱਥੇ ਬੰਦੇ ਛੱਡ ਕੇ ਆਇਆ ਜਿਹੜੇ ਦਸੂਹੇ ਤਹਿਸੀਲ ਤੱਕ ਆਪਣੀ ਖੋਜ ਕਰਨਗੇ ਵੀ ਉਹਦੇ ਕਾਗਜ਼ ਪੱਤਰ ਹੈ ਕਿੱਥੇ ਇਸ ਵੇਲੇ। ਹਾਂਜੀ। ਅਤੇ ਇਹ ਇੱਕ ਜਾਣੀ ਬਹੁਤ ਵੱਡੀ ਚੀਜ਼ ਆ, ਕਿਉਂਕਿ ਸਰਾਂ ਮੈਂ ਸਮਝਦਾ ਵੀ ਸਾਡੇ ਪਿੰਡ ਵਾਸਤੇ ਉਹਦੀ ਹੋਂਦ ਜਿਹੜੀ ਆ ਨਾ, ਇਹ ਬਦਕਿਸਮਤੀ ਆ ਸਾਡੀ ਕਿ ਅਸੀਂ ਉਹਨੂੰ ਸਾਂਭ ਨਹੀਂ ਸਕੇ ਪੁਰਾਣੇ ਰੂਪ ਦੇ ਵਿੱਚ। ਠੀਕ ਆ, ਨਵੇਂ ਰੂਪ ਦੇ ਵਿੱਚ ਲੈਂਟਰ ਪੈ ਗਏ ਨੇ, ਸਾਰਾ ਕੁਛ ਹੋ ਗਿਆ, ਲੇਕਿਨ ਜਿਸ ਤਰ੍ਹਾਂ ਅਸੀਂ ਪੰਜਾਬ ਦੀ ਬਾਕੀ ਵਿਰਾਸਤ ਜਿਹੜੀ ਆ ਉਹ ਆਪਣੇ ਹੱਥੀਂ ਖਰਾਬ ਕਰ ਲਈ ਆ, ਇਸੇ ਤਰ੍ਹਾਂ ਹੀ ਉਸ ਸਰਾਂ ਨੂੰ ਵੀ ਕਿਸੇ ਨੇ ਸਾਂਭਿਆ ਨਹੀਂ ਜੀ। ਉਹਨਾਂ ਦਿਨਾਂ ਵਿੱਚੋਂ ਨਿੱਕੀਆਂ ਇੱਟਾਂ ਦੀ ਇੰਨੀ ਕਾਰੀਗਰੀ ਨਾਲ ਚੀਜ਼ ਬਣੀ ਹੋਈ ਸੀ, ਜੇ ਕਿਤੇ ਸਾਂਭੀ ਜਾਂਦੀ ਤੇ ਅੱਜ ਉਹਦੀ ਦੁਨੀਆ ਦੇਖਣ ਆਉਂਦੀ ਉਹਨੂੰ, ਲੇਕਿਨ ਉਹ ਨਿਸ਼ਾਨ ਨਹੀਂ ਰਿਹਾ ਕੋਈ ਵੀ। ਤੇ ਅਸੀਂ ਉਹਦੀ ਬਾਕੀ ਜਿਹੜੀ ਹੋਰ ਇਨਫੋਰਮੇਸ਼ਨ ਹੈਗੀ ਆ ਉਹ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਸਾਰੀ ਇਨਫੋਰਮੇਸ਼ਨ ਮਿਲੇ। ਤੇ ਇਹਦੇ ਨਾਲ ਹੀ ਮੈਂ ਇੱਕ ਦੋ ਕਲਾਇਨਾਂ ਦੀ ਕਵਿਤਾ ਸੁਣਾ ਦਿਆਂ ਜੇ ਇਜਾਜ਼ਤ ਹੋਵੇ। ਹਾਂਜੀ ਸੁਣਾ ਦਿਓ, ਬਸ ਹੁਣ ਤੁਹਾਡਾ ਟਾਈਮ ਹੈ, ਨਾਲੇ ਧੰਨਵਾਦ ਕਰਦੇ ਸਾਰਿਆਂ ਦਾ, ਸਮਾਂ ਤਕਰੀਬਨ ਹੋ ਗਿਆ। ਇਹ ਕਵਿਤਾ ਜਿਹੜੀ ਮੈਂ ਕੱਲ ਹੀ ਲਿਖੀ ਹੈ, ਬਿਲਕੁਲ ਤਾਜ਼ੀ ਹੈ ਅਜੇ। ਹਾਂਜੀ ਹਾਂ, ਕਿੱਲਾ ਜਾਂ ਕਾਗਜ਼ ਅਜੇ। ਇਹਦੇ ਵਿੱਚੋਂ ਹੋ ਸਕਦਾ ਕਈ ਲਫ਼ਜ਼ ਜਿਹੜੇ ਆ ਅੱਜ ਦੀ ਜਨਰੇਸ਼ਨ ਨੂੰ ਸਮਝ ਨਾ ਆਉਣ, ਲੇਕਿਨ ਮੈਂ ਕੋਸ਼ਿਸ਼ ਕੀਤੀ ਆ ਕਿ ਪੁਰਾਣੇ ਤੋਂ ਪੁਰਾਣੇ ਸਮੇਂ ਦੇ ਵਿੱਚ ਆਪ ਜੀ ਨੂੰ ਲੈ ਕੇ ਜਾਵਾਂ ਜੀ। ਭਈ ਲੱਖ ਭਾਵੇਂ ਸ਼ਾਵਰਾਂ 'ਚ ਜੇਲਾਂ ਲਾ ਕੇ ਖੂਬ ਨਾ ਲੈ, ਲੱਖ ਭਾਵੇਂ ਸ਼ਾਵਰਾਂ 'ਚ ਜੇਲਾਂ ਲਾ ਲਾ ਖੂਬ ਨਾ ਲੈ, ਸੱਚ ਦੱਸੀ ਕਦੇ ਆਇਆ ਹੈ ਸਵਾਦ ਔਲੂ ਵਿੱਚ ਨਹਾਉਣ ਦਾ। ਹੁਣ ਔਲੂ ਬਹੁਤਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਔਲੂ ਹੁੰਦਾ ਕੀ ਆ, ਮੈਂ ਬਾਅਦ 'ਚ ਦੱਸੂਗਾ, ਮੈਨੂੰ ਟੈਲੀਫੋਨ ਕਰਕੇ ਪੁੱਛ ਲਿਓ। ਟੇਕ ਅਵੇ ਆ ਖਾ ਲੈ ਰੱਜ ਰੱਜ, ਟੇਕ ਅਵੇ ਆ ਖਾ ਲੈ ਰੱਜ ਰੱਜ, ਖਾਣੇ ਖਾ ਲੈ ਬਾਹਰ ਜਾ ਕੇ, ਸੱਚ ਦੱਸੀ ਕਦੀ ਆਇਆ ਹੈ ਸਵਾਦ ਚੁੱਲ੍ਹੇ ਅੱਗੇ ਬਹਿ ਕੇ ਰੋਟੀ ਛੱਕਣ ਚਕਾਉਣ ਦਾ। ਅਗਲਾ ਬੰਦਾ, ਕਿਚਨਾਂ ਦੇ ਵਿੱਚ ਭਾਵੇਂ ਹਰ ਚੀਜ਼ ਫਿੱਟ ਕਰਵਾ ਲੈ, ਕਿਚਨਾਂ ਦੇ ਵਿੱਚ ਭਾਵੇਂ ਹਰ ਚੀਜ਼ ਫਿੱਟ ਕਰਵਾ ਲੈ, ਸੱਚ ਦੱਸੀ ਕਦੀ ਆਇਆ ਹੈ ਸਵਾਦ ਫੂਕਾਂ ਮਾਰ ਚੁੱਲ੍ਹੇ ਵਿੱਚ ਅੱਗ ਨੂੰ ਮਘਾਉਣ ਦਾ। ਸਜਾ ਲੈ ਲੱਖ ਬੈੱਡਰੂਮ ਠੰਡੀ ਤੱਤੀ ਹਵਾਲਾ, ਸਜਾ ਲੈ ਚਾਹੇ ਲੱਖ ਬੈੱਡਰੂਮ ਠੰਡੀ ਤੱਤੀ ਹਵਾਲਾ, ਸੱਚ ਦੱਸੀ ਕਦੇ ਆਇਆ ਹੈ ਸਵਾਦ ਡਾਕੇ ਮੰਜਾ ਰੜਾ ਤੂੰ ਤਾਂ ਥੱਲੇ ਸੌਣ ਦਾ। ਹੌਲੀਡੇਆਂ ਕਰ ਭਾਵੇਂ ਮਹਿੰਗੇ ਹੋਟਲਾਂ 'ਚ ਰਹਿ,
ਸੱਚ ਦੱਸੀ ਕਦੇ ਆਇਆ ਹੈ ਸਵਾਦ ਖੇਤ ਦੀਆਂ ਵੱਟਾਂ ਉੱਤੇ ਭੌਣ ਦਾ ਕੋਠੀਆਂ ਉਸਾਰ ਉੱਤੇ ਟੰਗ ਲੈ ਜਹਾਜ਼ ਭਾਵੇਂ ਸੱਚ ਦੱਸੀ ਕਦੇ ਆਇਆ ਹੈ ਸਵਾਦ ਛੱਪੜ ਕਿਨਾਰੇ ਘਰ ਰੇਤਾ ਦੇ ਬਣਾਉਣ ਦਾ ਸੈਸ਼ਨਾਂ 'ਚੋਂ ਜਿੱਤ ਹਾਈ ਕੋਰਟਾਂ 'ਚੋਂ ਜਿੱਤ ਭਾਵੇਂ ਸੱਚ ਦੱਸੀ ਕਦੇ ਆਇਆ ਹੈ ਸਵਾਦ ਰੁੱਸੇ ਹੋਏ ਜਮਾਤੀ ਨੂੰ ਮਨਾਉਣ ਦਾ ਸਿਨੇਮੇ 'ਚ ਬਹਿ ਕੇ ਭਾਵੇਂ ਪੌਪਕੌਰਨ ਲੱਖ ਚੱਬੀ ਸੱਚ ਦੱਸੀ ਕਦੇ ਆਇਆ ਹੈ ਸਵਾਦ ਪਚਾਕੇ ਮਾਰ ਭੱਠੀ ਉੱਤੇ ਖਿੱਲਾਂ ਨੂੰ ਚਬਾਉਣ ਦਾ ਅਖੀਰਲਾ ਬੰਦ ਹੈ ਜੀ ਵੀ ਮਰਸੇਡੀਆਂ 'ਚ ਬੈਠ ਚਾਹੇ ਔਡੀਆਂ 'ਚ ਝੂਟੇ ਲੈ ਮਰਸੇਡੀਆਂ 'ਚ ਬੈਠ ਚਾਹੇ ਔਡੀਆਂ 'ਚ ਝੂਟੇ ਲੈ ਸੱਚ ਦੱਸੀ ਕਦੇ ਆਇਆ ਹੈ ਸਵਾਦ ਜੁੰਗਲੇ 'ਤੇ ਬੈਠ ਸੱਦ ਮਿਰਜੇ ਦੀ ਲਾਉਣ ਦਾ ਸੱਚ ਦੱਸੀ ਕਦੇ ਜੁੰਗਲੇ 'ਤੇ ਬੈਠ ਸੱਦ ਮਿਰਜੇ ਦੀ ਲਾਉਣ ਦਾ ਧੰਨਵਾਦ ਬਹੁਤ ਵਧੀਆ ਬਹੁਤ ਵਧੀਆ ਕਮਾਲ ਕਰਤੀ ਭਾਅ ਜੀ ਖਾਸ ਕਰਕੇ ਨਿਰਮਲਜੀਤ ਸਿੰਘ ਹੋਰਾਂ ਨੇ ਕਿ ਸਾਰਿਆਂ ਨੇ ਜਿਹੜਾ ਨਾ ਬੜਾ ਆਨੰਦ ਲਿਆ ਅਤੇ ਖਾਸ ਕਰਕੇ ਮੈਂ ਰੇਸ਼ਮਾ ਭੈਣ ਜੀ ਵੱਲ ਵੇਖ ਰਿਹਾ ਸੀਗਾ ਕਿ ਰੇਸ਼ਮਾ ਭੈਣ ਬਾਹਲੀ ਜ਼ਿਆਦਾ ਖੁਸ਼ ਹੁੰਦੀ ਸੀ ਮੈਨੂੰ ਲੱਗਦਾ ਇਹਨਾਂ ਨੇ ਚੁੱਲ੍ਹੇ 'ਚ ਚੰਗੀ ਤਰ੍ਹਾਂ ਫੂਕਾਂ ਮਾਰ ਕੇ ਨਾ ਅੱਗ ਮਹਿੰਗਾਈ ਹੋਈ ਹੈ ਹਾਂਜੀ ਭੈਣ ਜੀ ਇੱਕ ਵਾਰੀ ਰੇਸ਼ਮਾ ਭੈਣ ਜੀ ਤੁਸੀਂ ਦੱਸਿਓ ਜੋ ਕੁਛ ਇਹਨਾਂ ਨੇ ਦੱਸਿਆ ਇਹ ਲਾਈਫ 'ਚ ਕੀਤਾ ਤੁਸੀਂ ਕਦੇ ਖੜੇ ਹੋ ਕੇ ਦੱਸਣਾ ਹੈਗਾ ਮਾਈਕ ਲੈ ਕੇ ਦੱਸਣਾ ਹੈਗਾ ਕਿ ਭਾਅ ਜੀ ਉਹਨਾਂ ਨੇ ਇੰਨਾ ਕੁਝ ਦੱਸ ਦਿੱਤਾ ਤੁਹਾਡੇ 'ਚੋਂ ਕਿਸੇ ਨੇ ਉਹ ਕੀਤਾ ਵੀ ਹੈਗਾ ਹਾਂਜੀ ਰੇਸ਼ਮਾ ਭੈਣ ਜੀ ਹਾਂਜੀ ਸਾਰਾ ਕੁਛ ਯਾਦ ਆ ਗਿਆ ਅੱਛਾ ਜੀ ਠੀਕ ਹੈ ਠੀਕ ਠੀਕ ਹੈ ਥੈਂਕ ਯੂ ਜੀ ਭੈਣ ਜੀ ਠੀਕ ਹੈ ਭੈਣ ਜੀ ਰੇਸ਼ਮਾ ਭੈਣ ਜੀ ਬਹੁਤ ਧੰਨਵਾਦ ਪਿੱਛੇ ਉਹ ਮੇਰੇ ਵੀਰ ਇੱਕ ਯਾਦ ਕਰਦੇ ਗਏ ਸਾਨੂੰ ਹਾਂਜੀ ਉਹਨਾਂ ਨੂੰ ਮਾਈਕ ਦਿਆ ਜੇ ਭਾਅ ਜੀ ਉਹਨਾਂ ਨੇ ਕੋਈ ਖਾਸ ਗੱਲ ਕਰਨੀ ਹੈਗੀ ਸਹੁਰਿਆਂ ਦੇ ਪਿੰਡ ਦੀ ਹਾਂਜੀ ਅਤੇ ਇਸ ਪ੍ਰੋਗਰਾਮ ਦੀ ਜਿਹੜੀ ਇੱਕ ਬੜੀ ਪ੍ਰਾਪਤੀ ਆ ਕਮਾਲ ਦੀ ਗੱਲ ਜਿਹੜੀ ਮੈਂ ਹੁਣ ਮਹਿਸੂਸ ਕੀਤੀ ਆ ਹਾਂਜੀ ਕਿ ਸਾਡਾ ਜੋ ਪੰਜਾਬ ਦੇ ਸਾਡੇ ਇਤਿਹਾਸਿਕ ਸਰੋਤ ਨੇ ਉਹ ਸਾਹਮਣੇ ਆਏ ਨੇ ਹਾਂਜੀ ਜਿਵੇਂ ਆਜ਼ਾਦ ਹਿੰਦ ਫੌਜ ਦੇ ਦੋ ਸਿਪਾਹੀਆਂ ਦੀ ਅੱਜ ਫੋਟੋ ਤੁਸੀਂ ਦਿਖਾਲੀ ਆ ਜੀ ਜੀ ਤੇ ਮੇਰੇ ਖਿਆਲ 'ਚ ਆਪਾਂ ਦੇਖੀਏ ਤਾਂ 70% ਆਜ਼ਾਦ ਹਿੰਦ ਫੌਜ ਦੇ ਸਿੱਖ ਸਿਪਾਹੀ ਸਨ ਉਸ ਵੇਲੇ ਤੇ ਦੋ ਫੋਟੋਆਂ ਸਾਹਮਣੇ ਆਈਆਂ ਨੇ ਇੱਧਰ ਕਿੱਸਾ ਕੁਛ ਅਣਛਪੇ ਕਿੱਸੇ ਸਾਹਮਣੇ ਆਏ ਨੇ ਤੇ ਵੀਰ ਜੀ ਨੇ ਇੱਕ ਹੋਰ ਡਾਕੂਮੈਂਟ ਸਾਨੂੰ ਦਿਖਾਲਿਆ ਸੋ ਮੈਂ ਬੇਨਤੀ ਕਰੂੰਗਾ ਕਿ ਸਾਡੇ ਇਸ ਪ੍ਰੋਗਰਾਮ ਦੀ ਬੜੀ ਪ੍ਰਾਪਤੀ ਹੈ ਕਿ ਸਾਡੇ ਇਤਿਹਾਸਿਕ ਸਰੋਤ ਸਾਡੇ ਨਿਕਲ ਕੇ ਛੁਪੇ ਹੋਏ ਇਤਿਹਾਸਿਕ ਸਰੋਤ ਨਿਕਲ ਕੇ ਸਾਹਮਣੇ ਆ ਰਹੇ ਨੇ ਸੋ ਇਸੇ ਤਰ੍ਹਾਂ ਹੋਰ ਪਿੰਡਾਂ ਵਿੱਚ ਵੀ ਹੋਣਗੇ ਸੋ ਮੈਂ ਬੇਨਤੀ ਕਰੂੰਗਾ ਸਾਰੇ ਪੰਜਾਬ ਦੇ ਪਿੰਡਾਂ ਦੇ ਸਰੋਤਿਆਂ ਨੂੰ ਕਿ ਜਿਸ ਪਾਸ ਵੀ ਇਸ ਤਰ੍ਹਾਂ ਦੇ ਇਤਿਹਾਸਿਕ ਸਰੋਤ ਨੇ ਇਹ ਜਾਂ ਤਾਂ ਫਿਰ ਕੇਂਦਰੀ ਸਿੱਖ ਜਿਹੜੇ ਆਪਣੇ ਕੇਂਦਰੀ ਸਿੱਖ ਅਜਾਇਬ ਘਰ ਉੱਥੇ ਭੇਜੇ ਜਾਣ ਜਾਂ ਪੰਜਾਬ ਸਰਕਾਰ ਦਾ ਪੁਰਾਤਨ ਵਿਭਾਗ ਹੈਗਾ ਉੱਥੇ ਭੇਜੋ ਤਾਂ ਕਿ ਸਾਂਭੇ ਜਾਣ ਇਹ ਰੋਲ ਨਾ ਜਾਣ ਇਸ ਸਾਡੇ ਮਾਣ ਨੇ ਸਾਡੇ ਸਰੋਤ ਜ਼ਰੂਰ ਸੰਭਾਲਿਆ ਜਾਊਗਾ ਅਤੇ ਇੱਧਰ ਗੁਰਵਿੰਦਰ ਸਿੰਘ ਧਾਰੀਵਾਲ ਜੀ ਵੀ ਬੈਠੇ ਉਹਨਾਂ ਤੱਕ ਮਾਈਕ ਪਹੁੰਚਾਏ ਉਹਨਾਂ ਨਾਲ ਵੀ ਗੱਲਬਾਤ ਆਪਾਂ ਸਾਂਝੀ ਕਰ ਲਈਏ ਕਿਉਂਕਿ ਸਮਾਂ ਹੋ ਗਿਆ ਹਾਂਜੀ ਧਾਰੀਵਾਲ ਸਾਹਿਬ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਿੱਖ ਚੈਨਲ ਦਾ ਬਹੁਤ ਬਹੁਤ ਧੰਨਵਾਦ ਹਾਂ ਜਿਹਨਾਂ ਨੇ ਸਾਡਾ ਪਿੰਡ ਦਿਖਾਇਆ ਉਸ ਤੋਂ ਬਾਅਦ ਭਾਅ ਜੀ ਨਿਰਮਲ ਜੀ ਦਾ ਹਾਂਜੀ ਮੈਂ ਤਾਂ ਇਹ ਚਾਹੁੰਦਾ ਜੀ ਐਜੂਕੇਸ਼ਨ 'ਚ ਸਾਡਾ ਪਿੰਡ ਬਹੁਤ ਅੱਗੇ ਆ ਬਿਲਕੁਲ ਸਪੋਰਟਸ 'ਚ ਵੀ ਕਿਸੇ ਪਾਸੇ ਆਉਣਾ ਚਾਹੀਦਾ ਅੱਗੇ ਠੀਕ ਹੈ ਜਿੱਦਾਂ ਸਰਪੰਚ ਸਾਹਿਬ ਨੇ ਗੱਲ ਕੀਤੀ ਆ ਵੀ ਛੱਪੜ ਪੂਰ ਕੇ ਉੱਥੇ ਸਟੇਡੀਅਮ ਬਣਨਾ ਚਾਹੀਦਾ ਆ ਉਹ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਆ ਜੀ ਠੀਕ ਹੈ ਹਾਂਜੀ ਮੈਂ ਤਾਂ ਬਸ ਸਪੋਰਟਸ ਕਿਉਂਕਿ ਮੈਂ ਆਪ ਸਪੋਰਟਸਮੈਨ ਰਿਹਾ ਇੱਕ ਤੁਸੀਂ ਕੀ ਕਰਦੇ ਰਹੇ ਮੈਂ ਕਬੱਡੀ ਖੇਡਦਾ ਰਿਹਾ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਧੰਨਵਾਦ ਤੁਹਾਡਾ ਤੇ ਗੁਰਮੇਲ ਸਿੰਘ ਜੀ ਤੁਸੀਂ ਕੀ ਕਰਦੇ ਸੀ ਤੁਸੀਂ ਵੀ ਖੜੇ ਹੋ ਕੇ ਗੱਲਬਾਤ ਦੱਸੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਲਓ ਜੀ ਗੁਰਮੇਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਜਿਹੜਾ ਤੁਹਾਡਾ ਪਿੰਡ ਪ੍ਰੋਗਰਾਮ ਅਸੀਂ ਅਕਸਰ ਦੇਖਦੇ ਹਾਂ ਟੈਲੀ ਦੇ ਉੱਤੇ ਇਹ ਤੁਹਾਡੀ ਬਹੁਤ ਦੇਣ ਆ ਕਿ ਤੁਸੀਂ ਇੱਕ ਨਵਾਂ ਪ੍ਰੋਗਰਾਮ ਜਿਹੜਾ ਸਟਾਰਟ ਕੀਤਾ ਬਿਲਕੁਲ ਤੁਹਾਡਾ ਸਿੱਖ ਚੈਨਲ ਹੈ ਤੁਹਾਡਾ ਤੇ ਦੂਸਰਾ ਨਿਰਮਲ ਸਿੰਘ ਜੀ ਹੁਣਾਂ ਦਾ ਤਾਇਆ ਜੀ ਚਾਚਾ ਜੀ ਮੈਨੂੰ ਕੁਛ ਵੀ ਹੋ ਇਹਨਾਂ ਦਾ ਬਹੁਤ ਧੰਨਵਾਦ ਜਿਹੜਾ ਇਹਨਾਂ ਨੇ ਇੰਨਾ ਇੱਕ ਉਪਰਾਲਾ ਕੀਤਾ ਹੈਗਾ ਤੇ ਇੱਕ ਦੂਸਰਾ ਮੈਂ ਬਹੁਤ ਦੁਖੀ ਹਿਰਦੇ ਨਾਲ ਕਹਿੰਦਾ ਜਿਹੜਾ ਭਾਈ ਰਾਜੋਣਾ ਸਾਹਿਬ ਨੂੰ ਫਾਂਸੀ ਦਾ ਹੁਕਮ ਹੋਇਆ ਵੀ ਬਹੁਤ ਮੰਦਭਾਗੀ ਗੱਲ ਆ ਇੱਕ ਸਿੱਖ ਕੌਮ ਦੇ ਲਈ ਸਾਨੂੰ ਉਹਦੇ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਕੁਛ ਉਪਰਾਲਾ ਕਰਨਾ ਚਾਹੀਦਾ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਸਿੰਘ ਜੀ ਹੈਗੀ ਹੈ ਭਾਈ ਬਲਵੰਤ ਸਿੰਘ ਰਾਜਵਾਨਾ ਬੜੇ ਬਰੇਵ ਬੜੇ ਬਹਾਦਰ ਬੜੇ ਦਲੇਰ ਔਰ ਉਹਨਾਂ ਨੇ ਸਾਰਾ ਕੁਝ ਕਬੂਲ ਕੇ ਤੇ ਕੋਈ ਉਹਨਾਂ ਵੱਲੋਂ ਕੋਈ ਨਹੀਂ ਹੈਗਾ ਇਹ ਵੀ ਮੈਨੂੰ ਕੋਈ ਰਹਿਮ ਦੀ ਅਪੀਲ ਕੀਤੀ ਜਾਵੇ ਸਾਡੇ ਉਹਨਾਂ ਦੇ ਵਿੱਚ ਇੰਨੀ ਚੜ੍ਹਦੀ ਕਲਾ ਇੰਨੀ ਚੜ੍ਹਦੀ ਕਲਾ ਨਾ ਮੈਂ ਤੁਹਾਨੂੰ ਇਹ ਸੱਚ ਦੱਸਾਂ ਕਿ ਆਪਾਂ ਸਿੱਖ ਚੈਨਲ ਤੇ ਜੋ ਪ੍ਰੋਗਰਾਮ ਦੇਖ ਰਹੇ ਸੀਗੇ ਤੇ ਇਹ ਗੱਲ ਆਉਂਦੀ ਹੈਗੀ ਹੈ ਜਿਵੇਂ ਇੱਕ
ਹਿੰਦੂ ਬੱਚਾ ਮੈਨੂੰ ਮਿਲਿਆ, ਉਹਨੇ ਟੀ ਵੀ 'ਤੇ ਇਹ ਸਾਰਾ ਪ੍ਰੋਗਰਾਮ ਦੇਖਿਆ, ਉਹ ਹਿੰਦੂ ਬੱਚਾ ਮੈਨੂੰ ਕਹਿੰਦਾ, ਕਹਿੰਦਾ ਮੈਨੂੰ ਕਹਿੰਦਾ ਦੂਸਰਾ ਭਗਤ ਸਿੰਘ ਨਜ਼ਰ ਆਉਂਦਾ ਇਹਦੇ ਵਿੱਚ। ਹਾਂਜੀ ਬਿਲਕੁਲ। ਕਹਿੰਦਾ ਬਲਵੰਤ ਸਿੰਘ ਜਿਹੜਾ ਰਾਜੂ ਨੇ, ਕਹਿੰਦਾ ਭਗਤ ਸਿੰਘ ਹੈਗਾ ਇੰਨਾ, ਯਾਨੀ ਕਿ ਇਹ ਸਾਰਿਆਂ ਦੇ ਮਨਾਂ ਦੇ ਵਿੱਚ ਉਹ ਅਸਲ ਦੇ ਵਿੱਚ ਸਾਡੇ ਸਾਰਿਆਂ ਦਾ ਹੀਰੋ ਬਣ ਗਿਆ। ਬਿਲਕੁਲ। ਔਰ ਬੜੀ ਉਹਨਾਂ ਦੀ ਕੁਰਬਾਨੀ ਹੈਗੀ ਹੈ ਤੇ ਬਹੁਤ ਵਧੀਆ ਤੁਸੀਂ ਗੱਲ ਕੀਤੀ ਹੈਗੀ ਹੈ, ਜਿਵੇਂ ਉਹਨਾਂ ਨੇ ਕੁਰਬਾਨੀ ਕੀਤੀ ਹੈ, ਸਾਡੀ ਕੌਮ ਨੂੰ ਵੀ ਚਾਹੀਦਾ ਇਕੱਠੇ ਹੋ ਕੇ ਕੋਈ ਨਾ ਕੋਈ ਪ੍ਰੋਗਰਾਮ ਲਿਖਣਾ। ਔਰ ਉਹਦੇ ਵਾਸਤੇ ਐਮਰਜੈਂਸੀ ਜਿਹੜੀ ਮੀਟਿੰਗ ਸੱਦੀ ਗਈ ਹੈਗੀ ਹੈ, ਯੂਕੇ ਐਮਰਜੈਂਸੀ ਕਾਨਫਰੰਸ ਜਿਹੜੀ ਹੈਗੀ ਹੈ, ਕੱਲ੍ਹ 5 ਵਜੇ ਜਿਹੜੀ ਹੈਗੀ ਹੈ ਮੌਨਸੂਨ ਪੈਲਸ ਡੋਮਿਨਨ ਰੋਡ ਜਿਹੜਾ ਹੈਗਾ ਸਾਊਥ ਹਾਲ ਵਿੱਚ, ਉਹ ਸਕਰੋਲ 'ਤੇ ਐਡਰੈਸ ਹੈ, ਉੱਥੇ ਵੀ ਸਾਰਿਆਂ ਨੇ ਜ਼ਰੂਰ ਪਹੁੰਚਣਾ ਹੈ। ਅਤੇ ਯੂਰੋਪੀਅਨ ਜਿਹੜੀ ਹੈਗੀ ਐਮਰਜੈਂਸੀ ਕਾਨਫਰੰਸ 19 ਤਰੀਕ ਨੂੰ, ਯਾਨੀ ਕਿ 6 ਵਜੇ ਗੁਰਦੁਆਰਾ ਸਿੰਘ ਸਭਾ, ਉਹ ਵੀ ਐਡਰੈਸ ਟੈਲੀ ਦੇ ਥੱਲੇ, ਉੱਥੇ ਵੀ ਜ਼ਰੂਰ ਪਹੁੰਚਣਾ। ਅਤੇ ਦੋਨੋਂ ਪ੍ਰੋਗਰਾਮ ਜਿਹੜੇ ਹੈ ਲਾਈਵ ਦਿਖਾਲੇ ਜਾਣਗੇ ਸਿੱਖ ਚੈਨਲ 'ਤੇ। ਤੁਹਾਡਾ ਬਹੁਤ ਧੰਨਵਾਦ। ਮੈਂ ਇੱਕ ਚੀਜ਼ ਹੋਰ ਕਹਿਣੀ ਚਾਹੁੰਦਾ ਜੀ ਆਪਣੇ ਸਰਦਾਰ ਨਿਰਮਲ ਸਿੰਘ ਹੋਣਾ ਨੂੰ, ਜਿੱਦਾਂ ਪਿੰਡ ਦੇ ਵਿੱਚ ਹੋਰ ਵੀ ਕੋਈ ਜਿਹੜਾ ਕੋਈ ਪ੍ਰੋਗਰਾਮ ਰੱਖਣਾ ਹੈਗਾ, ਇੱਕ ਬਹੁਤ ਵਧੀਆ ਪਲੇਟਫਾਰਮ ਇਹਨਾਂ ਨੇ ਬਣਾ ਲਿਆ ਹੈਗਾ ਆ ਹੁਣ ਇੱਕ, ਸਾਨੂੰ ਕੋਈ ਵੀ ਕੰਮ ਜਿਹੜਾ ਕਹਿੰਦੇ ਕਿਸੇ ਮੁਖੀ ਦੇ ਬਿਨਾਂ ਨਹੀਂ ਹੋ ਸਕਦਾ, ਤੇ ਇੱਕ ਬਹੁਤ ਵਧੀਆ ਆਪ ਹੀ ਚੰਗੀ ਸ਼ਖਸੀਅਤ ਨੇ। ਕੋਈ ਵੀ ਪਿੰਡ 'ਚ ਕੋਈ ਕੰਮ ਕਰਨਾ ਵੀ ਜਿਸ ਤਰ੍ਹਾਂ ਇਹ ਇਹਨਾਂ ਨੇ ਕਾਰਜ ਕੀਤਾ, ਇਹ ਕੁਛ ਵੀ ਕਰਨ, ਤੇ ਮੈਨੂੰ ਆਸਾ ਕਿ ਸਾਡੇ ਸਾਰੇ ਪਿੰਡ ਵਾਸੀ ਜਿਹੜੇ ਇਹਨਾਂ ਦਾ ਇੱਦਾਂ ਹੀ ਸਾਥ ਦੇਣਗੇ ਤੇ ਆਪਾਂ ਕੁਛ ਵੀ ਕਰ ਸਕਦੇ ਹੈਗੇ ਉੱਥੇ, ਜੋ ਸਾਨੂੰ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਸ਼ੁਰੂਆਤ ਤੋਂ ਪਹਿਲਾਂ ਗੱਲ ਕੀਤੀ ਸੀ ਵੀ ਆਪਾਂ ਅੱਜ ਇਕੱਠੇ ਤਾਂ ਹੋਏ ਹਾਂ ਸਾਰੇ, ਤੇ ਆਪਾਂ ਕਿਉਂ ਨਾ ਇੱਕ ਕੰਮ ਕਰੀਏ, ਹਰੇਕ ਸਾਲ ਇੱਕ ਵਾਰੀ ਸਾਲ 'ਚ ਸਾਰੇ ਪੇਂਡੂ ਅਸੀਂ ਇਕੱਠੇ ਹੋਇਆ ਕਰੀਏ, ਜਿੱਥੇ ਮਰਜ਼ੀ, ਕਿਉਂਕਿ ਸਟੂਡੀਓ ਸਾਡੇ ਕੋਲ ਇੱਥੇ ਵੀ ਹੈਗਾ, ਸਟੂਡੀਓ ਲੰਡਨ ਵੀ ਹੈਗਾ, ਤੇ ਦੋ ਹੀ ਏਰੀਏ ਆ, ਇੱਕ ਸਾਲ ਲੰਡਨ ਦੇ ਏਰੀਏ 'ਚ ਇਕੱਠੇ ਹੋ ਗਏ, ਇੱਕ ਸਾਲ ਇੱਥੇ ਇਕੱਠੇ ਹੋ ਗਏ, ਤੇ ਇਹਦੇ ਬਾਰੇ ਆਪਣੇ ਆਪਣੇ ਸਾਰੇ ਵਿਚਾਰ ਦਿਓ, ਕਿਉਂਕਿ ਬਿਲਕੁਲ ਆਪਾਂ ਬਹਿ ਕੇ ਥੱਲੇ ਇਹ ਮੀਟਿੰਗ ਕਰਨੀ ਹੈ, ਵਿਚਾਰ ਕਰਨ, ਇਸ ਤੋਂ ਬਾਅਦ ਆਪਣੀ ਮੀਟਿੰਗ ਸ਼ੁਰੂ ਹੋਣੀ ਹੈ। ਮੇਰੇ ਵੀਰ ਹਰਵਿੰਦਰ ਸਿੰਘ ਧਾਰੀਵਾਲ ਜੀ ਵੀ ਬੈਠੇ ਹੈਗੇ ਆ, ਉਹਨਾਂ ਨੇ ਵੀ ਆਪਣੇ ਦੋ ਸ਼ਬਦ ਜ਼ਰੂਰ ਬੋਲਣੇ ਹੈ ਪਿੰਡ ਵਾਸਤੇ। ਹਾਂਜੀ ਭਾਜੀ, ਕੀ ਕਹਿਣਾ ਚਾਹੋਗੇ ਜੀ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਹਿਲਾਂ ਸਿੱਖ ਚੈਨਲ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡਾ ਪਿੰਡ ਇੰਨਾ, ਮਾਈਕ ਮੜੇ ਨੇੜੇ ਕਰੋ। ਹਾਂਜੀ ਹਾਂਜੀ, ਮੈਂ ਪਹਿਲਾਂ ਸਿੱਖ ਚੈਨਲ ਦਾ ਧੰਨਵਾਦ ਕਰਦਾ ਕਿ ਸਾਡਾ ਪਿੰਡ ਬਹੁਤ ਵਧੀਆ ਤਰੀਕੇ ਨਾਲ ਦਿਖਾ ਲਿਆ ਹੈਗਾ, ਅਤੇ ਭਾਈ ਸਾਹਿਬ ਭਾਈ ਨਰਮਿੰਦਰ ਸਿੰਘ ਦਾ ਵੀ ਬਹੁਤ ਧੰਨਵਾਦ ਕਰਦਾ, ਅਤੇ ਸਾਨੂੰ ਤਾਂ ਕਾਫੀ ਹੋ ਗਿਆ ਇੱਥੇ ਬਾਹਰ ਆਏ ਨੂੰ, ਅਸੀਂ ਕਦੇ ਕਦੇ ਵਾਪਸ ਜਾਂਦੇ ਹੁੰਦੇ ਹਾਂ, ਅਤੇ ਜਦੋਂ ਵੀ ਜਾਂਦੇ ਹਾਂ ਸਾਨੂੰ ਬਹੁਤ ਤਰੱਕੀ ਦਿਸਦੀ ਹੈਗੀ ਆ, ਅਤੇ ਸਾਰੇ ਪਾਸਿਓਂ ਕਾਫੀ ਕੁਛ ਵਧੀਆ ਹੁੰਦਾ ਆ, ਅਤੇ ਪਛਾਣ ਨਹੀਂ ਹੁੰਦਾ, ਅਤੇ ਟਰਾਂਸਪੋਰਟੇਸ਼ਨ ਕਾਫੀ ਵਧੀਆ ਹੁੰਦੀ ਆ, ਅਤੇ ਸਪੈਸ਼ਲੀ ਅੱਡਾ ਸਰਾਂ 'ਤੇ ਜਿਹੜੀਆਂ ਦੁਕਾਨਾਂ ਹੈਗੀਆਂ ਉਹਦਾ ਕੋਈ ਅੰਤ ਨਹੀਂ ਹੈਗਾ, ਅਤੇ ਉੱਥੇ ਬਹੁਤ ਬਹੁਤ ਸਹੂਲਤਾਂ ਵੱਧ ਗਈਆਂ, ਅਤੇ ਸ਼ਹਿਰ ਦੇ ਕਿਸਮ ਹੋ ਗਿਆ, ਅਤੇ ਸਾਡੇ ਪਿੰਡ ਦੇ ਵਿਚ ਪਹਿਲਾਂ ਬਾਬਾ ਸੋਭਾ ਸਿੰਘ ਹੋਏ ਆ, ਤੇ ਬਾਬਾ ਬਿਸ਼ਨ ਸਿੰਘ ਬਾਅਦ ਚ ਹੋਇਆ, ਉਦੋਂ ਸਾਡੇ ਪਿੰਡ ਦੇ ਵਿਚ ਪਹਿਲਵਾਨ ਵੀ ਹੋਏ, ਸਾਡੇ ਪਿੰਡ ਦੇ ਵਿਚ ਬੈਨ ਬਾਜੇ ਵਾਲੇ ਵੀ ਹੋਏ, ਤਾਂ ਬੜੀ ਖੁਸ਼ੀ ਹੁੰਦੀ ਸੀ, ਸਭ ਕੁਛ ਸਾਡੇ ਪਿੰਡ ਦੇ ਵਿਚ ਸਾਰੀ ਸਹੂਲਤ ਸੀਗੀ। ਨਿਹੰਗ ਸਿੰਘ ਆਉਂਦੇ ਸੀ ਹਰੀਆਂ ਬੇਲਾਂ ਤੋਂ, ਬਾਬੇ ਬਕਾਲੇ ਵਾਲੇ 15-15-20-20 ਦੇ ਘੋੜੇ ਖੁੱਲੇ ਫਸਲਾਂ ਛੱਡੇ ਹੁੰਦੇ ਸੀ, ਕੋਈ ਨਹੀਂ ਸੀ ਰੋਕਦਾ, ਤਾਂ ਸਾਡੇ ਪਿੰਡ ਦੇ ਵਿਚ ਪਹਿਲਾਂ ਤੇ ਬਹੁਤ ਜ਼ਿਆਦਾ ਰੌਣਕ ਰਹੀ ਆ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਧੰਨਵਾਦ ਭੈਣ ਜੀ ਹਰਾਂ ਦਾ, ਬਹੁਤ ਵਧੀਆ ਇਹਨੇ ਪੁਰਾਤਨ ਜਿਹੜੇ ਹੈਗੀ ਸਾਨੂੰ ਜਾਣਕਾਰੀ ਦਿੱਤੀ ਹੈਗੀ ਹੈ ਕਿ ਕਿਵੇਂ ਪਿੰਡ ਦੇ ਵਿਚ ਰੌਣਕਾਂ ਲੱਗਦੀਆਂ ਸੀ। ਨਿਹੰਗ ਸਿੰਘ ਆਉਂਦੇ ਸੀ, ਮੇਰੇ ਵੀ ਜਤਿੰਦਰ ਸਿੰਘ ਵੀ ਹੈਗੇ ਇੱਕ ਪਿੱਛੇ ਵਾਲੀ ਰੋਹ ਦੇ ਵਿੱਚ, ਮੈਂ ਜਤਿੰਦਰ ਸਿੰਘ ਹੋਰਾਂ ਨੂੰ ਵੀ ਬੇਨਤੀ ਕਰਾਂਗਾ, ਅਤੇ ਮੈਂ ਇਹ ਵੀ ਬੇਨਤੀ ਕਰਾਂਗਾ ਕੋਈ ਜਿਹੜਾ ਹਜੇ ਨਹੀਂ ਬੋਲਿਆ ਹੈਗਾ, ਜਿਹਨੇ ਹਾਜ਼ਰੀ ਨਹੀਂ ਲਵਾਈ, ਉਹ ਜ਼ਰੂਰ ਹਾਜ਼ਰੀ ਲਵਾ ਲੈਣ, ਅਤੇ ਮੈਂ ਤੁਹਾਡੇ ਵੱਲ ਵੀ ਆਵਾਂਗਾ। ਜਤਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਜੀ? ਖੜ੍ਹੇ ਹੋ ਕੇ ਗੱਲਬਾਤ ਕਰਨੀ ਹੈ। ਹਾਂਜੀ ਜਤਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈਲੋ, ਮੇਰਾ ਨਾਮ ਜਤਿੰਦਰ ਸਿੰਘ ਹੈ ਜੀ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਨਹੀਂ ਠੀਕ ਹੈ। ਹਾਂਜੀ ਭਾਜੀ, ਸੁਜਾਨ ਮੈਨੂੰ 18 ਸਾਲ ਹੋ ਗਿਆ ਇੱਥੇ ਆਏ ਨੂੰ ਜੀ, ਮੈਂ ਪਹਿਲੀ ਵਾਰੀ ਪਿੰਡ ਜਿੱਦਾਂ 18 ਸਾਲਾਂ ਬਾਅਦ ਦੇਖਿਆ ਆਪਣਾ ਪਿੰਡ, ਪਹਿਲੀ ਵਾਰੀ 18 ਸਾਲਾਂ ਬਾਅਦ ਦੇਖਿਆ। ਵਾਹ, ਕਿਦਾਂ ਲੱਗਿਆ ਤੁਹਾਨੂੰ 18 ਸਾਲਾਂ ਬਾਅਦ ਦੇਖ ਕੇ ਪਿੰਡ? ਹਾਂਜੀ, ਬਹੁਤ ਸੋਹਣਾ ਲੱਗਾ ਜੀ, ਅੱਗੇ ਨਾਲੋਂ ਬਦਲ ਗਿਆ ਸਾਰਾ ਜੀ। ਅੱਛਾ ਅੱਛਾ। ਹਾਂਜੀ,
ਦੇਖ ਲਓ ਫਿਰ ਤੁਸੀਂ 18 ਸਾਲਾਂ ਦੇ ਗਏ ਨਹੀਂ ਪਿੰਡ ਤੇ ਅੱਜ ਸਿੱਖ ਚੈਨਲ ਨੇ ਤੁਹਾਨੂੰ ਪਿੰਡ ਪਹੁੰਚਾਤਾ ਜੀ ਬਹੁਤ ਧੰਨਵਾਦ ਜਤਿੰਦਰ ਸਿੰਘ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਬੇਟੀ ਕਮਲਜੀਤ ਕੁਛ ਕਹਿਣਾ ਚਾਹੁੰਦੇ ਸੀ ਮਾਈਕ ਲੈ ਕੇ ਬੋਲਣਾ ਹੈ ਤਾਂ ਨਹੀਂ ਮਾਈਕ ਮਾਈਕ ਅੱਗੇ ਦੇ ਦਿਓ ਇਹਨਾਂ ਨੂੰ ਬੇਟੇ ਨੂੰ ਬੇਟੇ ਦਾ ਨਾਂ ਹੈਗਾ ਮੇਰੇ ਖਿਆਲ ਅਮਨਜੋਤ ਸਿੰਘ ਅਮਿਤੋਜ ਸਿੰਘ ਅਮਿਤੋਜ ਸਿੰਘ ਕੀ ਕਹਿਣਾ ਚਾਹੋਗੇ ਹਾਂਜੀ ਬੋਲੋ ਹੁਣ ਚੱਲ ਪਹਿਲਾਂ ਇਹ ਬੋਲਣ ਦੀ ਅੱਗੇ ਸਮਲੀਨ ਕੀ ਨਾਮ ਸਿੰਘ ਹਾਂਜੀ ਤੁਸੀਂ ਅੱਛਾ ਹਾਂਜੀ ਤੁਸੀਂ ਕੀ ਬੋਲਣਾ ਬਈ ਸਤਿ ਸ਼੍ਰੀ ਅਕਾਲ ਮੈਂ ਇੰਡੀਆ ਤੋਂ ਮੁਸ਼ਿਕਾ ਬੋਲ ਮੈਂ ਮਿਸ ਕਰਦਾ ਆਪਣਾ ਬਾਬਾ ਜੀ ਮੈਂ ਕਹਿੰਦਾ ਇੰਡੀਆ ਤੋਂ ਬੋਲ ਸੀ ਤਾਂ ਮੈਂ ਆਪਣੇ ਬਾਬਾ ਜੀ ਨੂੰ ਬੀਬੀ ਜੀ ਨੂੰ ਬਹੁਤ ਮਿਸ ਕਰਦਾ ਕੋਈ ਨੀ ਛੇਤੀ ਲੈ ਕੇ ਜਾਓ ਜੀ ਇਹਨਾਂ ਨੂੰ ਪਿੰਡ ਦੇ ਵਿੱਚ ਦਿਓ ਜੀ ਕਰਮਜੀਤ ਨੂੰ ਦਿਓ ਕਰਮਜੀਤ ਕੌਰ ਕੀ ਕਹਿਣਾ ਚਾਹੋਗੇ ਜੀ ਮੈਂ ਕਹਿਣਾ ਚਾਹੁੰਦੀ ਹਾਂ ਮੈਂ ਰੀਅਲੀ ਪ੍ਰਾਊਡਲੀ ਦੱਸਣਾ ਚਾਹੁੰਦੀ ਮੈਂ ਰੇਸ਼ਮ ਸਿੰਘ ਜਮੀਲਿਆਂ ਦੀ ਜੋ ਭਾਜੀ ਨੇ ਮਹਿੰਦਰ ਭਾਜੀ ਨੇ ਜ਼ਿਕਰ ਕੀਤਾ ਆ ਮੈਂ ਉਹਨਾਂ ਦੀ ਡੋਟਰ ਹਾਂ ਅਤੇ ਅੱਜ ਮੈਂ ਰੀਅਲੀ ਆਪਣੀ ਮੰਮੀ ਨੂੰ ਇਸ ਧਰਤੀ 'ਤੇ ਅੱਜ ਮੈਂ ਛੱਡ ਕੇ ਆਈ ਘਰ ਉਹਨਾਂ ਨੂੰ ਮੈਂ ਉਹਨਾਂ ਨੂੰ ਵੈਲਕਮ ਕਹਿੰਦੀ ਹਾਂ ਇੰਡੀਆ ਤੋਂ ਅੱਜ ਆਏ ਪਹਿਲੀ ਵਾਰੀ ਇੰਗਲੈਂਡ ਦੇ ਵਿੱਚ ਆਏ ਆ ਉਹਨਾਂ ਨੂੰ ਘਰ ਬਿਠਾ ਕੇ ਛੱਡ ਕੇ ਥੈਂਕ ਯੂ ਵੈਰੀ ਮੱਚ ਵੈਸੇ ਤੁਸੀਂ ਲੈ ਕੇ ਆਉਣਾ ਚਾਹੀਦਾ ਸੀ ਉਹਨਾਂ ਨੂੰ ਹਾਂਜੀ ਮੈਂ ਦੂਜੀ ਗੱਲ ਮੈਂ ਆਪਣੇ ਹਸਬੈਂਡ ਨੂੰ ਗੁੱਸੇ ਉਹਨਾਂ ਨੂੰ ਮੇਰਾ ਪਿੰਡ ਮੰਗੂ ਵਾਲਿਆ ਚਲੋ ਠੀਕ ਹੈ ਜੀ ਕੋਈ ਨਹੀਂ ਵੈਸੇ ਧੰਨਵਾਦ ਹੈ ਤੁਹਾਡਾ ਕਿ ਤੁਸੀਂ ਫਿਰ ਹਾਜ਼ਰੀ ਲਵਾਈ ਹੈ ਹੋਰ ਵੀ ਵੀਰ ਕੋਈ ਰਹਿੰਦਾ ਹੋਵੇ ਤਾਂ ਹਾਜ਼ਰੀ ਲਵਾ ਸਕਦੇ ਹੈਗੇ ਆ ਅਤੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਮੈਂ ਬੇਨਤੀ ਕਰਾਂਗਾ ਕਿ ਇਸ ਪ੍ਰੋਗਰਾਮ ਨੂੰ ਸਮਅਪ ਕਰਨ ਵਾਸਤੇ ਭਾਜੀ ਨਿਰਮਲਜੀਤ ਸਿੰਘ ਹੋਰਾਂ ਦਾ ਸਾਰੇ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੇ ਸ਼ਮੂਲੀਅਤ ਕੀਤੀ ਹੈ 1000 ਪਾਉਂਡ ਦੇ ਕੇ ਸਪੋਂਸਰ ਕੀਤਾ ਹੈਗਾ ਭਾਜੀ ਨਿਰਮਲਜੀਤ ਸਿੰਘ ਜੀ ਤੁਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਕੋਈ ਆਪਣੇ ਪਿੰਡ ਵਾਲਿਆਂ ਨੂੰ ਨਗਰ ਨਿਵਾਸੀਆਂ ਨੂੰ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਅਖੀਰ ਵਿੱਚ ਫਿਰ ਮੈਂ ਇੱਕ ਵਾਰੀ ਸਿੱਖ ਚੈਨਲ ਦਾ ਧੰਨਵਾਦੀ ਹਾਂ ਅਤੇ ਸਾਰੇ ਆਏ ਹੋਏ ਆਪਣੇ ਵੀਰਾਂ ਭੈਣਾਂ ਦਾ ਧੰਨਵਾਦੀ ਹਾਂ ਜੀ ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦ ਉਹਨਾਂ ਆਪਣੀਆਂ ਭੈਣਾਂ ਦਾ ਕਰਨਾ ਚਾਹੁੰਦਾ ਜਿਹਨਾਂ ਦਾ ਭਾਵੇਂ ਮੈਂ ਮੈਨੂੰ ਮੈਨੂੰ ਦੂਏ ਤਰ੍ਹਾਂ ਲੈ ਲਿਆ ਕਿਤੇ ਮੈਂ ਦੂਏ ਤਰ੍ਹਾਂ ਕਹਿੰਦਾ ਭਾਵੇਂ ਉਹਨਾਂ ਦੇ ਵਿਆਹ ਹੋ ਚੁੱਕੇ ਆ ਸਹੁਰਾ ਪਿੰਡ ਹੁਣ ਕੋਈ ਆ ਲੇਕਿਨ ਫੇਰ ਵੀ ਕਧਾਲੇ ਨੂੰ ਇੰਨਾ ਮਾਣ ਦਿੰਦਿਆਂ ਹੋਇਆ ਉਹਨਾਂ ਨੇ ਅੱਜ ਇੱਥੇ ਪ੍ਰੋਗਰਾਮ ਦੇ ਵਿੱਚ ਆ ਕੇ ਮੇਰਾ ਵੀ ਮਾਣ ਵਧਾਇਆ ਆਪਣਾ ਵੀ ਮਾਣ ਵਧਾਇਆ ਪਿੰਡ ਦੇ ਬਜ਼ੁਰਗਾਂ ਦਾ ਵੀ ਮਾਣ ਵਧਾਇਆ ਸਾਰਿਆਂ ਦਾ ਮਾਣ ਵਧਾਇਆ ਦੂਸਰੀ ਗੱਲ ਜਿਹੜੀ ਮੈਂ ਜ਼ਰੂਰ ਕਰਨੀ ਚਾਹੁੰਦਾ ਕਿ ਅਸੀਂ ਬਾਹਰ ਰਹਿੰਦੇ ਜਿੰਨੇ NRIs ਹੈਗੇ ਹਾਂ ਅਸੀਂ ਅਗਰ ਜੇ ਇਕੱਠੇ ਹੋਈਏ ਤੇ ਅਸੀਂ ਆਪਣੇ ਪਿੰਡਾਂ ਦੀ ਨੁਹਾਰ ਹੋਰ ਵੀ ਬਹੁਤ ਬਦਲ ਸਕਦੇ ਹਾਂ ਬਿਲਕੁਲ ਕਿਉਂਕਿ ਪੰਜਾਬ ਦੇ ਵਿੱਚ ਕੁਛ ਐਸੇ ਪਿੰਡ ਨੇ ਜਿੱਥੇ ਮੈਨੂੰ ਜਾਣ ਦਾ ਮੌਕਾ ਮਿਲਿਆ ਹਾਂਜੀ ਉਹਨਾਂ ਪਿੰਡਾਂ ਦੇ ਵਿੱਚ ਇੰਨੀਆਂ ਮਾਡਰਨ ਸਹੂਲਤਾਂ ਨੇ ਕਿ ਬੰਦਾ ਹੈਰਾਨ ਰਹਿ ਜਾਂਦਾ ਦੇਖ ਕੇ ਹਾਂਜੀ ਉਹਨਾਂ ਵਿੱਚੋਂ ਬਹੁਤਾ ਜਿਹੜਾ ਕੰਟਰੀਬਿਊਸ਼ਨ ਹੈ ਉਹ NRI ਮੇਰਾ ਭੈਣਾਂ ਦਾ ਹੈਗਾ ਆ ਤੇ ਮੈਨੂੰ ਨਹੀਂ ਸੀ ਪਤਾ ਵੀ ਕਧਾਲੇ ਜੱਟਾਂ ਦੀ ਇੰਨੀ ਸੰਗਤ ਜਿਹੜੀ ਆ ਉਹ ਇੰਗਲੈਂਡ 'ਚ ਰਹਿੰਦੀ ਆ ਇਹ ਤਾਂ ਜਿੱਦਣ ਮੈਂ ਇਹ ਫੇਰ ਕੰਮ ਸ਼ੁਰੂ ਕਰ ਲਿਆ ਨਾ ਤਾਂ ਫਿਰ ਮੈਂ ਨੱਠ ਭੱਜ ਕੀਤੀ ਵੀ ਹੁਣ ਫੋਨ ਪਤਾ ਕਰੋ ਹਾਂਜੀ ਜਿੰਨੇ ਕੁ ਮੇਰੇ ਕੋਲ ਸਕੇ ਉਹਨਾਂ ਦੇ ਗਾਹਾਂ ਤੇ ਗਾਹਾਂ ਗਾਹਾਂ ਤੇ ਗਾਹਾਂ ਜਿੱਦਾਂ ਬੈਕਟੀਰੀਆ ਨਹੀਂ ਮਲਟੀਪਲਾਈ ਹੁੰਦਾ ਇੱਦਾਂ ਮੈਂ ਫਿਰ ਸਾਰੇ ਨੰਬਰ 'ਤੇ ਮੈਂ ਹੈਰਾਨ ਰਹਿ ਗਿਆ ਅਜੇ ਵੀ ਬਹੁਤ ਸੱਜਣ ਨੇ ਜਿਹਨਾਂ ਨੂੰ ਅਸੀਂ ਕੰਟੈਕਟ ਨਹੀਂ ਕਰ ਸਕੇ ਜਿਹਨਾਂ ਦਾ ਕਿਸੇ ਪਾਸਿਓਂ ਵੀ ਕੁਛ ਨੰਬਰ ਮੈਨੂੰ ਕੱਲ੍ਹ ਮਿਲੇ ਆ ਮੈਂ ਕਿਹਾ ਹੁਣ ਨਹੀਂ ਕਰਨਾ ਫੋਨ ਅਗਲੇ ਕਹਿਣਗੇ ਲਓ ਜੀ ਸਾਨੂੰ ਕੰਡਿਆਂ ਤੋਂ ਉਹਦੀ ਘੜੀਸ ਦੇ ਹੁਣ ਖੜੇ ਪੈਰ ਸਾਨੂੰ ਦੱਸਦੇ ਆ ਸੋ ਅਸੀਂ ਉਹਨਾਂ ਦਾ ਵੀ ਬਹੁਤ ਮਾਣ ਸਤਿਕਾਰ ਕਰਦੇ ਹਾਂ ਅਤੇ ਉਹਨਾਂ ਤੋਂ ਮੁਆਫ਼ੀ ਵੀ ਮੰਗਦੇ ਹਾਂ ਵੀ ਅਸੀਂ ਜੇ ਉਹਨਾਂ ਨੂੰ ਨਹੀਂ ਬੁਲਾ ਸਕੇ ਅਤੇ ਜਿਹੜੀ ਮੈਂ ਪ੍ਰਪੋਜ਼ਲ ਪਹਿਲਾਂ ਦਿੱਤੀ ਹੈ ਅਸੀਂ ਥੱਲੇ ਜਾ ਕੇ ਵੀ ਉਹ ਗੱਲ ਕਰਾਂਗੇ ਵੀ ਜੇ ਅਸੀਂ ਸਾਲ ਦੇ ਵਿੱਚ ਇੱਕ ਵਾਰੀ ਕਿਤੇ ਇਕੱਠੇ ਹੋ ਕੇ ਪਿੰਡ ਦੀ ਬਿਹਤਰੀ ਵਾਸਤੇ ਕਿਉਂਕਿ ਬਹੁਤੀਆਂ ਗੱਲਾਂ ਜਿਹੜੀਆਂ ਮੈਂ ਵੀਰ ਮਹਿੰਦਰ ਨਾਲ ਬਿਲਕੁਲ ਸਹਿਮਤ ਹਾਂ ਕਿ ਕਈ ਗੱਲਾਂ ਜਿਹੜੀਆਂ ਪਿੰਡ ਦੀਆਂ ਉਹ ਰਹਿ ਗਈਆਂ ਨੇ ਕਮਜ਼ੋਰ ਪੱਖ ਜਿਹੜੇ ਸੀ ਉਹ ਰਹਿ ਗਏ ਨੇ ਸਾਡੇ ਪਿੰਡ ਵਿੱਚ ਸਭ ਤੋਂ ਵੱਡਾ ਜਿਹੜਾ ਗੰਦ ਆ ਉਹ ਹੈ ਛੱਪੜ ਦਾ ਤੇ ਜਿਸ ਤਰ੍ਹਾਂ ਮੇਰੇ ਆਪਣੇ ਵੀਰ ਜੀ ਨੇ ਪਿੱਛੇ ਕਿਹਾ ਸੀ ਨਾ ਵੀ ਅਸੀਂ ਪਿੰਡ ਦੀ ਡਾਕੂਮੈਂਟਰੀ ਤਾਂ ਬਣਾਉਣੀ ਚਾਹੁੰਦੇ ਹਾਂ ਪਰ ਸਾਨੂੰ ਉਹ ਪਿੰਡ ਦਾ ਜਿਹੜੀ ਫੁੱਟ ਆ ਉਹ ਨਹੀਂ ਬਣਾਉਣ ਦਿੰਦੀ ਰਾਈਟ ਇਹ ਫੁੱਟ ਜਿਹੜੀ ਆ ਤਕਰੀਬਨ ਇਹ ਤੋਂ ਕੋਈ ਵੀ ਪਿੰਡ ਬਚਿਆ ਨਹੀਂ
ਇਹ ਤਾਂ ਚੱਲਦੀ ਹੈ ਕਿਉਂਕਿ ਇਹਦੇ ਪਿੱਛੇ ਭਾਈ ਦਿਲਬਾਗ ਸਿੰਘ ਜਿਹੜਾ ਬਹੁਤਾ ਚੱਕਰ ਹੈ ਉਹ ਸਿਆਸੀ ਪਾਰਟੀਆਂ ਨੇ ਪਾਇਆ ਹੋਇਆ ਜ਼ਿਆਦਾ। ਹਾਂਜੀ, ਕਿਉਂਕਿ ਸਿਆਸੀ ਪਾਰਟੀਆਂ ਨੂੰ ਆਪਣੀਆਂ ਵੋਟਾਂ ਚਾਹੀਦੀਆਂ ਨੇ ਉਹ ਪਿੰਡ ਦੇ ਵਿੱਚ ਫੁੱਟ ਪਾ ਕੇ, ਜਿਸ ਤਰ੍ਹਾਂ ਇਹ ਧਾਗੇ ਤੂਤਿਆਂ ਵਾਲੇ ਪਾਉਂਦੇ ਨੇ ਪਰਿਵਾਰ ਚ ਫੁੱਟ ਪਾ ਕੇ ਆਪਣਾ ਉੱਲੂ ਸਿੱਧਾ ਕਰਦੇ ਆ, ਏਦਾਂ ਸਿਆਸੀ ਬੰਦੇ ਜਿਹੜੇ ਆ ਇਹ ਵੀ ਇਹ ਕੰਮ ਕਰਦੇ ਆ। ਪਰ ਮੈਂ ਇੱਕ ਗੱਲ ਕਹਿੰਦਾ, ਜੇ ਪਿੰਡ ਵਾਲੇ ਚੁਸਤ ਹੋਣ ਤੇ ਦੋਨਾਂ ਸਿਆਸੀ ਬੰਦਿਆਂ ਨੂੰ ਵਰਤਣ, ਉਹ ਬਿਲਕੁਲ ਸਹੀ ਗੱਲ, ਦੋਨਾਂ ਪਾਰਟੀਆਂ ਨੂੰ, ਤਿੰਨਾਂ ਪਾਰਟੀਆਂ ਨੂੰ, ਚਾਰ ਪਾਰਟੀਆਂ ਵਾਲੇ ਬੰਦੇ ਭਾਵੇਂ ਆ ਜਾਣ, ਜਿਵੇਂ ਡੇਰੇ ਵਾਲੇ ਬਾਬੇ ਵਰਤਦੇ ਆ, ਤੇ ਏਦਾਂ ਪਿੰਡ ਵਾਲੇ ਵਰਤਣ। ਇੱਧਰ ਜਾਓ ਤੁਸੀਂ ਕਈ ਇਲਾਕਿਆਂ 'ਚ, ਮੈਂ ਨਾਂ ਨਹੀਂ ਲੈਣਾ ਉਹਨਾਂ ਦਾ, ਮੈਨੂੰ ਖੁਦ ਜਾਣ ਦਾ ਮੌਕਾ ਮਿਲਿਆ, ਬੜੀਆਂ ਉਹਨਾਂ ਨੇ ਸਹੂਲਤਾਂ ਕ੍ਰੀਏਟ ਕੀਤੀਆਂ ਸਰਕਾਰਾਂ ਤੋਂ ਪੈਸੇ ਲੈ ਕੇ। ਸੋ ਆਓ ਆਪਾਂ ਵੀ ਸਾਰੇ ਰਲ ਕੇ ਉਹ ਛੱਪੜ ਦਾ ਗੰਦ, ਮੇਰਾ ਪਿਛਲੇ ਘੱਟੋ ਘੱਟ ਵੀ ਉਹ 25 ਸਾਲ ਦਾ ਸੁਪਨਾ ਆ ਜਿਹੜਾ ਅਜੇ ਤੱਕ ਮੇਰਾ ਉਹ ਸੁਪਨਾ ਪੂਰਾ ਨਹੀਂ ਹੋਇਆ, ਵੀ ਉਹ ਛੱਪੜ ਜਿਹੜਾ ਹੈਗਾ ਉਹਦੀ ਜਗ੍ਹਾ ਉਹਨੂੰ ਪੂਰ ਕੇ ਉੱਥੋਂ ਗੰਦਾ ਪਾਣੀ ਸਾਰਾ ਕਿਸੇ ਪਾਸੇ ਕੱਢ ਕੇ ਉਹ ਬੜੀ ਜਗ੍ਹਾ ਹੈਗੀ, ਉੱਥੇ ਬੱਚਿਆਂ ਲਈ ਸਟੇਡੀਅਮ ਬਣ ਜਾਏ ਜਾਂ ਪਾਰਕ ਬਣ ਜਾਏ ਜਾਂ ਕੋਈ ਵੀ ਚੀਜ਼ ਬਣ ਜਾਏ। ਹੁਣ ਉੱਥੇ 6-6 ਫੁੱਟ ਲੰਮੇ ਸੱਪ ਜਿਹੜੇ ਆ ਉਹ ਲੋਕਾਂ ਨੇ ਫਿਰਦੇ ਦੇਖਿਆ, ਉਹ ਸੱਪ ਨਾ ਥੱਲੇ ਜ਼ਮੀਨ 'ਤੇ ਨਹੀਂ ਤੁਰਦੇ, ਉਹ ਤੁਰ ਕੇ ਜਾਂਦੇ ਆ, ਏਡੇ ਏਡੇ ਲੰਬੇ ਸਾ, ਏਡੇ ਏਡੇ ਜਾਨ ਵਾਲੇ ਖੜਪੇ ਸਾ ਪਿਓ ਦੇ। ਬਿਲਕੁਲ, ਹੁਣ ਤੁਸੀਂ ਨਾ ਏਦਾਂ ਆ ਕਿ ਮਸਲਾ ਹੁਣ ਸਾਹਮਣੇ ਆ ਗਿਆ, ਸਿੱਖ ਚੈਨਲ ਦੇ ਜ਼ਰੀਏ ਸਾਰੀਆਂ ਸੰਗਤਾਂ ਨੇ ਸੁਣਿਆ, ਅਤੇ ਹੁਣ ਤੁਹਾਡਾ ਸਪਨਾ ਛੇਤੀ ਸਾਕਾਰ ਹੋਵੇਗਾ। ਅਤੇ ਆਪਾਂ ਹੁਣ ਲੈਣੀ ਹੈ ਇਜਾਜ਼ਤ, ਅਤੇ ਇੱਕ ਵਾਰੀ ਫਿਰ ਸਾਰੇ ਹੀ ਨਗਰ ਨਿਵਾਸੀਆਂ ਦਾ, ਪਿੰਡ ਵਾਲਿਆਂ ਦਾ ਧੰਨਵਾਦ ਕੀਤਾ ਜਾਂਦਾ ਸਿੱਖ ਚੈਨਲ ਵੱਲੋਂ, ਔਰ ਜਿਹੜੇ ਮੇਰੇ ਵੀਰ ਭੈਣ ਭਰਾਵਾਂ ਨੇ ਘਰਾਂ ਦੇ ਵਿੱਚ ਬੈਠ ਕੇ ਇਸ ਪ੍ਰੋਗਰਾਮ ਨੂੰ ਦੇਖਿਆ ਉਹਨਾਂ ਦਾ ਧੰਨਵਾਦ, ਜਿਨ੍ਹਾਂ ਨੇ ਫੋਨ ਕਰਕੇ ਹਾਜ਼ਰ ਲਵਾਈ ਉਹਨਾਂ ਦਾ ਵੀ ਧੰਨਵਾਦ ਕੀਤਾ ਜਾਂਦਾ, ਅਤੇ ਜਿਨ੍ਹਾਂ ਦਾ ਸਮਾਂ ਇਜਾਜ਼ਤ ਨਾ ਦੇਣ ਕਰਕੇ ਅਸੀਂ ਫੋਨ ਕੋਲ ਅਟੈਂਡ ਨਹੀਂ ਕਰ ਸਕੇ ਉਹਨਾਂ ਤੋਂ ਅਸੀਂ ਖਿਮਾ ਚਾਹਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜ਼ਰੂਰ ਉਹਨਾਂ ਨੂੰ ਸਮਾਂ ਦੇਵਾਂਗੇ। ਅਗਲੇ ਹਫ਼ਤੇ ਸਠਿਆਲੇ ਪਿੰਡ ਦਾ ਪ੍ਰੋਗਰਾਮ ਹੈਗਾ, ਉਹਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲੈਣਾ ਹੈਗਾ। ਇਸੇ ਤਰ੍ਹਾਂ ਹੀ ਤੁਹਾਡੇ ਪਿਆਰ ਸਦਕਾ ਸਿੱਖ ਚੈਨਲ ਦੇ ਹਰ ਇੱਕ ਪ੍ਰੋਗਰਾਮ ਜਿਹੜੇ ਵੱਧ ਚੜ ਕੇ ਚੱਲਦੇ ਰਹਿਣਗੇ। ਇੱਕ ਅਨਾਊਂਸਮੈਂਟ ਜਿਹੜੀ ਪਹਿਲਾਂ ਕੀਤੀ ਸੀ, ਇੱਕ ਵਾਰੀ ਵਿੱਚ ਕਿਸੇ ਚੀਜ਼ ਦੀ ਬਾਹਰੋਂ ਲੈਣ ਦੀ ਲੋੜ ਨਹੀਂ ਸੀ ਪੈਂਦੀ, ਹਰ ਇੱਕ ਸ਼ੋਪਿੰਗ ਸੈਂਟਰ ਸੀਗੇ, ਹਾਂਜੀ, ਕੱਪੜੇ, ਲੀੜੇ, ਹੋਰ ਜੋ ਵੀ ਸਾਨੂੰ ਘਰਾਂ ਦੀਆਂ ਚੀਜ਼ਾਂ ਚਾਹੀਦੀਆਂ ਸੀ ਅਤੇ ਉਹ ਪਿੰਡ ਦੇ ਵਿੱਚ ਹੀ ਸੀਗਾ, ਅਤੇ ਕਾਲਜ, ਹੋਸਪਿਟਲ, ਮਤਲਬ ਹਾਈ ਸਕੂਲ, ਪ੍ਰਾਇਮਰੀ ਸਕੂਲ, ਫਿਰ ਦੂਸਰਾ ਪਸ਼ੂਆਂ ਦਾ ਹੋਸਪਿਟਲ, ਮਤਲਬ ਐਵਰੀਥਿੰਗ ਸੀਗਾ ਸਾਡੇ ਕੋਲ, ਹੈ ਨਾ। ਤੇ ਪਰ ਸਾਨੂੰ ਹੁਣ ਜਿੱਦਾਂ ਇਹਦੇ ਵਿੱਚ ਕੁਛ ਇੰਨਾ ਖਾਸ ਨਹੀਂ ਦਿਸਿਆ ਹੈਗਾ, ਤੇ ਸਰਾਂ ਤੇ ਵੀ ਬਹੁਤ ਜ਼ਿਆਦਾ ਸ਼ਹਿਰੀ ਬਣਿਆ ਹੋਇਆ ਪਿੰਡ ਹੈਗਾ, ਬਹੁਤ ਜ਼ਿਆਦਾ ਵੱਡਾ, ਤੇ ਉਹ ਟਾਈਮ ਇੰਨਾ ਕੁ ਸੀ, ਇੰਨੇ ਕੁ ਟਾਈਮ 'ਚ ਇੰਨਾ ਕੁ ਦਿਖਾਇਆ। ਇੱਕ ਵਾਰੀ ਫਿਰ ਅਸੀਂ ਜ਼ਰੂਰ ਟੀਮ ਨੂੰ ਭੇਜ ਕੇ ਜਿਹੜੀਆਂ ਜਿੱਦਾਂ ਹੁਣ ਸਰਾਂ ਜਿਹੜੀ ਦਿਖਾਈ ਆ ਨਾ, ਸਰਾਂ ਤੇ ਤਾਂ ਜਦੋਂ ਅਸੀਂ ਆਏ ਆ ਮੈਨੂੰ 32 ਈਅਰ ਹੋ ਗਿਆ ਇਹਨੂੰ, ਉਦੋਂ ਵੀ ਕਾਫੀ ਸ਼ੋਪਾਂ ਸੀਗੀਆਂ, ਤੇ ਹੁਣ ਤਾਂ ਕੁਛ ਦਿਖਾਈ ਹੀ ਨਹੀਂ, ਉੱਥੇ ਹੁਣ ਤਾਂ ਉੱਥੇ ਪੂਰਾ ਸ਼ਹਿਰ ਬਣਿਆ ਪਿਆ, ਹੈ ਨਾ। ਸਾਨੂੰ ਵੈਸੇ ਕਮੀ ਬਹੁਤ ਦਿਸੀ ਇਹਦੇ ਵਿੱਚ, ਵੈਸੇ ਮੈਂ ਸੋਰੀ ਹਾਂ, ਮੈਂ ਇਸ ਗੱਲ ਨੂੰ ਤੁਹਾਨੂੰ ਕਹਿ ਰਹੀ ਹਾਂ, ਪਰ ਮੈਂ ਜੋ ਫੀਲ ਕੀਤਾ ਮੈਂ ਕਹਿ ਦਿੱਤਾ। ਬਿਲਕੁਲ ਸਹੀ ਤੁਹਾਡੀ ਗੱਲ ਹੈਗੀ, ਅਸੀਂ ਟੀਮ ਨੂੰ ਫਿਰ ਇੱਕ ਵਾਰੀ ਭੇਜ ਕੇ ਤੇ ਬਾਕੀ ਤੁਹਾਡਾ ਪੂਰਾ ਬਾਜ਼ਾਰ ਜਿਹੜਾ ਹੈਗਾ ਉਹ ਵੀ ਜ਼ਰੂਰ ਦਿਖਾਵਾਂਗੇ। ਹਾਂਜੀ, ਤੇ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਇੰਨੀ ਜਾਣਕਾਰੀ ਦਿੱਤੀ। ਥੈਂਕ ਯੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟੀ ਰਜਿੰਦਰ ਕੌਰ ਜੀ ਬੈਠੇ ਹੈਗੇ ਆ 3rd ਰੋਅ ਦੇ ਵਿੱਚ, ਬੇਟੇ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਬਾਰੇ? ਹਾਂਜੀ ਬੇਟੇ ਰਜਿੰਦਰ ਕੌਰ ਜੀ, ਖੜੇ ਹੋ ਕੇ ਬੇਟਾ ਬੋਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਚੰਗੀ ਲੱਗੀ ਡਾਕੂਮੈਂਟਰੀ ਦੇਖ ਕੇ। ਹਾਂਜੀ, ਤੁਸੀਂ ਕੋਈ ਆਪਣਾ ਯੂਥ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਵੀ ਆਪਣੇ ਪਿੰਡ ਬਾਰੇ, ਪੰਜਾਬ ਬਾਰੇ ਉੱਥੇ ਜਾਣ ਕੀ ਕਹਿਣਾ ਚਾਹੋਗੇ? ਕਿ ਸਾਰਿਆਂ ਨੂੰ ਜਾਣਾ ਚਾਹੀਦਾ ਆ, ਆਪਣਾ ਪਿੰਡ ਦੇਖਣਾ ਚਾਹੀਦਾ ਆ। ਕਿ ਮੰਮੀ ਜਿੱਦਾਂ ਪਿਛਲੇ ਤੁਸੀਂ ਕਦੋਂ ਗਏ ਸੀ ਲਾਸਟ ਟਾਈਮ? ਸਾਨੂੰ 3 ਸਾਲ ਹੋ ਗਏ ਆ। ਹਾਂਜੀ, ਤੁਹਾਨੂੰ ਕਿੱਦਾਂ ਲੱਗਦਾ ਜੀ ਤੁਸੀਂ ਪਿੰਡ 'ਚ ਜਾਂਦੇ ਜੀ? ਬਹੁਤ ਸੋਹਣਾ ਲੱਗਦਾ ਹੁੰਦਾ। ਹਾਂਜੀ, ਕਾਫੀ ਡਿਫਰੈਂਟ ਹੁੰਦਾ ਹੈ ਵੀ ਟਾਈਮ ਜਦੋਂ ਜਾਂਦੇ ਆ, ਕਾਫੀ ਜਿੱਦਾਂ ਪਿੰਡ ਵਾਲੇ ਤੁਹਾਨੂੰ ਚੰਗਾ ਪਿਆਰ ਕਰਦੇ ਆ? ਹਾਂਜੀ, ਬਹੁਤ ਪਿਆਰ ਕਰਦੇ। ਹਾਂਜੀ, ਸਾਡੇ ਇੱਥੇ ਪਰਿਵਾਰ। ਤੁਸੀਂ ਕੀ ਕੀ ਸਮਝਦੇ ਤੁਸੀਂ ਇੱਥੋਂ ਦੇ ਰਹਿਣ ਸਹਿਣ ਦੇ ਵਿੱਚ ਤੇ ਪੰਜਾਬ ਦੇ ਵਿੱਚ ਕੀ ਡਿਫਰੈਂਸ ਕੀ ਹੈਗਾ? ਉੱਥੇ ਇੱਥੇ ਜਿੱਦਾਂ ਕਾਫੀ ਲਾਈਫ ਫੈਸਟ ਹੁੰਦੀ ਆ, ਉੱਥੇ ਜਿੱਦਾਂ ਕਾਫੀ ਜਿੱਦਾਂ ਸਾਹਮਣਾ ਚੱਲਦੇ ਆ, ਸਾਡੀ ਲਾਈਫ ਇੱਥੇ ਫੈਸਟ ਹੁੰਦੀ ਆ। ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਜਿਵੇਂ ਇੱਥੇ ਬੜੀ ਸਟ੍ਰੈਸ ਹੈਗੀ ਆ ਤੇ ਉੱਥੇ ਫ੍ਰੀ ਰਹਿੰਦੇ ਹੈਗੇ ਆ? ਹਾਂਜੀ, ਇਦਾਂ ਵੀ ਹੈਗਾ। ਠੀਕ ਹੈ, ਤੁਸੀਂ ਵੀ ਸਟ੍ਰੈਸ ਫ੍ਰੀ ਹੁੰਦੇ ਉੱਥੇ ਜਾ ਕੇ ਕਿ ਨਹੀਂ? ਹਾਂਜੀ ਹਾਂਜੀ। ਠੀਕ ਹੈ ਠੀਕ ਹੈ ਜੀ, ਬਹੁਤ ਧੰਨਵਾਦ ਤੁਸੀਂ ਯਾਦ ਕਰਦੇ ਨਾਲ। ਬੇਟੀ ਬੈਠੀ ਹੈਗੀ ਹੈ ਮੇਰੇ ਕੋਲ, ਕੀ ਨਾਂ ਦਾ ਉਹਨਾਂ ਦੀ? ਹਾਂਜੀ ਬੇਟਾ, ਤੁਸੀਂ ਕੀ ਕਹਿਣਾ ਚਾਹੋਗੇ? ਬਸ ਡਾਕੂਮੈਂਟਰੀ ਚੰਗੀ ਲੱਗੀ, ਤੇ ਅਸੀਂ ਭੈਣਾਂ ਆ, ਫਿਰ ਅਸੀਂ ਵੀ ਉਦੋਂ ਗਏ ਸੀਗੇ 2008 ਦੇ ਵਿੱਚ। ਅੱਛਾ ਜੀ, ਤੇ ਬਹੁਤ ਚੰਗਾ ਲੱਗਾ। ਤੁਸੀਂ ਇੰਜੋਏ ਕਰਦੇ ਉੱਥੇ ਜਾ ਕੇ? ਹਾਂਜੀ, ਯਾ ਹੁਣ 2 ਵਾਰੀ ਗਏ ਆ ਹਲੇ। ਅੱਛਾ ਜੀ, ਹਾਂਜੀ। ਹੁਣ ਦੁਬਾਰਾ ਕਦੋਂ ਜਾਣਾ ਦੇਖੋ। ਠੀਕ ਹੈ ਜੀ, ਬਹੁਤ ਧੰਨਵਾਦ ਤੁਹਾਡਾ ਬੇਟਾ। ਬਖਸ਼ੀ ਖਾਲਸਾ। 1998 ਦੇ ਵਿੱਚ
ਮੈਂ ਉਹ ਸਾਰੇ ਕਾਲਜ ਦਾ ਉਹਨਾਂ ਨੇ ਮੈਨੂੰ ਫਾਊਂਡਰ ਵੀ ਲਿਆ ਆ ਤੇ ਉਹਨਾਂ ਨੇ ਮੈਨੂੰ ਚੇਅਰਮੈਨ ਵੀ ਲਿਆ ਆ। ਅੱਛਾ, ਉਸ ਤੋਂ ਬਾਅਦ ਜਦੋਂ ਇਹ ਸਾਰੀ ਚੀਜ਼ ਬਣ ਗਈ ਨਾ ਤਾਂ ਬਹੁਤ ਵੱਡੀ ਹੋਣ ਲੱਗ ਪਈ। ਅਸੀਂ ਫਿਰ ਗਏ ਲੜਕੇ ਦੀ ਸ਼ਾਦੀ ਕਰਨ, ਇਹਨਾਂ ਨੇ ਬੜਾ ਫੰਕਸ਼ਨ ਰੱਖਿਆ, ਸਾਰਾ ਕੁਛ ਕੀਤਾ। ਜਦੋਂ ਹਨਾ ਇਨਾਮ ਵੰਡਣ ਲੱਗੇ ਬੱਚਿਆਂ ਲੜਕੀਆਂ ਸਾਰੀਆਂ ਹਨਾ, ਬਾਅਦ ਚ ਇਹ ਹੈਡਮਾਸਟਰ ਬਲਵੀਰ ਸਿੰਘ ਇੱਥੇ ਹੈਗੇ, ਇਹ ਖੜੇ ਤੇਜਿੰਦਰ ਗਿਆ ਨਾ, ਮੇਰਾ ਸਨ ਬੋਲਦੇ ਤਾਂ ਹੈਗੇ ਪੜ੍ਹੇ ਲਿਖੇ MBA, ਉਹ ਕਹਿੰਦਾ ਵੀ ਤੇਜਿੰਦਰ ਸਿੰਘ ਤੂੰ ਹੁਣ ਕੀ ਸਾਨੂੰ ਬਣਾ ਕੇ ਦੇਗਾ। ਉਹ ਜਿਹੜੀ ਨਾ ਮੈਨੇਜਮੈਂਟ ਆ ਉਹ ਬੜੀ ਸੱਚੀ ਸੁੱਚੀ ਇਮਾਨਦਾਰ ਸੁਲਝੀ ਹੋਈ ਹੈ, ਤਾਂ ਹੀ ਇੱਥੋਂ ਤੱਕ ਸਾਰੇ ਇਲਾਕੇ ਦੇ ਹੈਡਮਾਸਟਰ ਪ੍ਰਿੰਸੀਪਲ ਉਹਦੀ ਐਗਜ਼ੈਕਟਿਵ ਹੈ। ਉਸ ਵੇਲੇ ਸਰਦਾਰ ਮੋਤਾ ਸਿੰਘ ਪ੍ਰੈਜ਼ੀਡੈਂਟ ਸੀ, ਸਰਦਾਰ ਮਹਿੰਗਾ ਸਿੰਘ ਜਨਰਲ ਸੈਕਟਰੀ ਸੀਗਾ, ਸਰਦਾਰ ਰਜਿੰਦਰ ਸਿੰਘ ਢਿੱਲੋ ਖਰਿਆਲਾ ਟ੍ਰਾਈਅਰ ਸੀਗੇ ਤੇ ਹੈਡਮਾਸਟਰ ਔਲਦਾ ਰੋਣ ਸੀਗੇ। ਅੱਛਾ, ਇਹ ਉਹ ਕਹਿਣ ਲੱਗਾ ਦੱਸੋ ਜੀ ਕੀ ਬਣਾਉਣਾ। ਉਹਨਾਂ ਨੇ ਉਸੇ ਵੇਲੇ ਪਹਿਲਾਂ ਹੀ ਨੀਆਂ ਪੱਟੀਆਂ ਸੀ, ਜਿਹੜਾ ਫਰੰਟ ਬਲੋਕ ਹੈ ਨਾ, ਉਹ ਤੇਜਿੰਦਰ ਨੂੰ ਕਿਹਾ। ਤੇਜਿੰਦਰ ਕਹਿੰਦਾ ਚਲੋ ਮੈਂ ਤੁਹਾਨੂੰ ਫਰੰਟ ਬਲੋਕ ਬਣਾ ਦੇਣਾ, ਉਹਦੇ 'ਚ ਉੱਪਰ ਤਿੰਨ ਕਮਰੇ ਆ, ਸਾਈਡ 'ਤੇ ਰੂਮ ਆ, ਥੱਲੇ ਸਾਈਡ 'ਤੇ ਰੂਮ ਆ, ਪੌੜੀਆਂ ਚੜ੍ਹਦੀਆਂ। ਅਸੀਂ ਉਹ ਕੰਪਲੀਟ, ਇਹ ਦੇਖੋ ਇਹ ਕੰਮ 202 'ਚ ਕੰਪਲੀਟ ਹੋ ਗਿਆ। ਆਪਾਂ 202 ਤੱਕ ਪਹੁੰਚ ਗਏ ਹਾਂ, ਇਸ ਤੋਂ ਅੱਗੇ ਆਪਾਂ ਦੁਬਾਰਾ ਚੱਲਾਂਗੇ, ਆਪਾਂ ਕਿਸੇ ਹੋਰ ਨੂੰ ਟਾਈਮ ਦੇ ਲਈ ਫਿਰ ਆਵਾਂਗੇ ਜੀ। ਬਹੁਤ ਵਧੀਆ, ਇਹਨਾਂ ਨੇ ਮੇਰਾ 3 ਪੜਾਅ ਪੂਰੇ ਕਰ ਲਏ, ਚੌਥੇ ਪੜਾਅ 'ਚ ਆਪਾਂ ਫਿਰ ਪਹੁੰਚਾਂਗੇ ਅਤੇ ਮੈਂ ਹੁਣ ਇੱਕ ਵਾਰੀ ਫਿਰ ਸੰਗਤਾਂ ਲਾਵਾਂਗਾ। ਅਤੇ ਮੇਰੇ ਖਿਆਲ ਮੇਰੇ ਵੀ ਭੈਣ ਜੀ ਕਰਮਜੀਤ ਕੌਰ, ਤੁਹਾਡਾ ਸ਼ੁਭ ਨਾਮ, ਇਹਨਾਂ ਦਾ ਨਾਂ ਕੀ, ਨਾਲ ਬੈਠੇ ਭੈਣ ਜੀ ਹੋਰਾਂ ਦਾ, ਨਿਰਮਲਜੀਤ ਕੌਰ। ਹਾਂਜੀ ਭੈਣ ਜੀ, ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡੇ ਪਿੰਡ ਬਾਰੇ? ਤੁਹਾਡੇ ਪਿੰਡ ਦੀ ਡਾਕੂਮੈਂਟਰੀ ਵੀ ਦੇਖੀ ਹੈਗੀ ਹੈ। ਹਾਂਜੀ ਭੈਣ ਜੀ, ਆਪਣੇ ਪਿੰਡ ਬਾਰੇ ਸਾਰਾ ਕੁਛ ਜਿਹੜਾ ਸਾਨੂੰ ਨਹੀਂ ਵੀ ਪਤਾ ਸੀ ਉਹ ਵੀ ਦੱਸਿਆ ਹੈਗਾ। ਤੇ ਦੂਸਰਾ, ਪਹਿਲੋ ਜਦੋਂ ਅਸੀਂ ਪੜ੍ਹਦੇ ਸੀਗੇ ਆ ਕਾਲਜ ਸਕੂਲ ਤੇ ਉਦੋਂ ਤੇ ਚੱਲਦੇ, ਥੋੜਾ ਜਿਹਾ ਉਹਨਾਂ ਦਾ ਸੁਧਾਰ ਹੋ ਗਿਆ ਅੱਗੇ, ਤੇ ਬਾਕੀ ਜਿਹੜੇ ਅੱਜ ਇਹਨਾਂ ਨੇ ਭਾਜੀ ਹੁਣੀ ਦੱਸਦੇ ਆ ਇਹ ਸਾਡੇ ਤੋਂ ਬਾਅਦ ਬਣੇ ਆ। ਤੇ ਸਾਡਾ ਪਿੰਡ ਤੋਂ ਪਹਿਲੋ ਤੋਂ ਹੀ ਕਾਫੀ ਪੜ੍ਹਿਆ ਲਿਖਿਆ ਸੀਗਾ, ਜਦੋਂ ਮਤਲਬ ਅਸੀਂ ਉੱਥੇ ਸੀਗੇ ਤੇ ਹੁਸ਼ਿਆਰਪੁਰ ਡਿਸਟ੍ਰਿਕਟ ਜਿੱਦਾਂ ਪੈਂਦੀ ਕਰਕੇ ਪੜ੍ਹਾਈ ਦੇ ਵਿੱਚ ਸਾਰੇ ਸਾਡੇ ਮਤਲਬ ਜ਼ਿਆਦਾ ਹੀ ਅੱਛੇ ਸੀਗੇ। ਤੇ ਸਾਨੂੰ ਥੋੜਾ ਜਿਹਾ ਇਹਦੇ ਵਿੱਚ ਮੂਵੀ ਦੇ ਵਿੱਚ ਥੋੜਾ ਜਿਹਾ ਲੱਗਿਆ ਕਿ ਨਹੀਂ ਸਹੀ ਦਿਸਿਆ ਹੈਗਾ ਵਿੱਚ, ਯਾਨੀ ਕਿ ਜੋ ਤੁਸੀਂ ਚਾਹੁੰਦੇ ਸੀ। ਹਾਂਜੀ, ਉਹ ਨਹੀਂ ਦਿਖਾਇਆ ਕਿਉਂਕਿ ਸਾਡੇ ਪਿੰਡ ਦੇ ਕਲਾਸਰੂਮ ਉਹ ਸਾਰੇ ਬਣ ਗਏ ਜੀ। ਉਹਨਾਂ ਨੇ ਸਾਡੇ ਡੈਡੀ ਦੇ ਨਾਂ ਦੇ ਸਰਦਾਰ ਭਗਤ ਸਿੰਘ ਬਡਿਆਲ ਬਲੋਕ ਲਿਖ ਦਿੱਤਾ ਜੀ। ਉਸ ਤੋਂ ਅੱਗੇ ਇਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਹੁਣ ਚਾਹੀਦਾ ਪ੍ਰਿੰਸੀਪਲ ਦਾ ਹਾਲ, ਪ੍ਰਿੰਸੀਪਲ ਹਾਲ, ਸਟਾਫ ਦਾ ਹਾਲ। ਅਸੀਂ ਉਹ ਇਹਨਾਂ ਨੂੰ ਪੂਰਾ ਮੁਕੰਮਲ ਕਰ ਦਿੱਤਾ। ਫਿਰ ਅਸੀਂ ਪੁੱਛਿਆ, ਫਿਰ ਇਹਨਾਂ ਨੇ ਕਿਹਾ ਲਾਇਬ੍ਰੇਰੀ, ਸਰਦਾਰ ਨਿਰਮ ਸਿੰਘ ਹੁਣੀ ਦੇਖੀ ਹੋਣੀ, ਫਿਰ ਲਾਇਬ੍ਰੇਰੀ ਦੀ ਵਾਰੀ ਆਈ, ਅਸੀਂ ਫਿਰ ਲਾਇਬ੍ਰੇਰੀ ਬਣਾ ਕੇ ਇਹਨਾਂ ਨੂੰ ਦੇ ਦਿੱਤੀ। ਉਸ ਤੋਂ ਬਾਅਦ ਕੰਪਿਊਟਰ ਹਾਲ ਆਇਆ, ਸਰਦਾਰ ਨਿਰਮ ਸਿੰਘ ਕੰਪਿਊਟਰ ਦੇ ਕੇ ਵੀ ਆਇਆ, ਉਹ ਫਿਰ ਅਸੀਂ ਉਹ ਕੰਪਿਊਟਰ ਹਾਲ ਮੁਕੰਮਲ ਕਰ ਦਿੱਤਾ। ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਕੰਪਲੀਟ ਹੋਣ ਤੋਂ ਬਾਅਦ ਫਿਰ 5-6 ਮਹੀਨੇ ਬੜੀ ਖੁਸ਼ੀ ਹੋਈ, ਕਲਾਸਾਂ ਚੱਲ ਪਈਆਂ, ਪ੍ਰੋਫੈਸਰ ਪ੍ਰਿੰਸੀਪਲ ਸਭ ਕੁਛ ਆ ਗਿਆ। ਮੈਂ ਤਾਂ ਮੇਰੇ ਦੋ ਬ੍ਰਦਰ ਗੁਰਦੇਵ ਸਿੰਘ ਬਡਿਆਲ, ਸਵਰਨ ਸਿੰਘ ਬਡਿਆਲ, ਅਸੀਂ ਕਿਸੇ ਸ਼ਾਦੀ 'ਤੇ ਗਏ ਤਾਂ ਅਸੀਂ ਉੱਥੇ ਗਏ, ਬੜਾ ਇਕੱਠ ਹੋਇਆ ਸੀ, ਟੂਰਨਾਮੈਂਟ ਖੇਡਾਂ ਰੱਖੀਆਂ, ਇਨਾਮ ਵਗੈਰਾ ਹਨ। ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਕਿਸੇ ਸਰਦਾਰ ਨੇ ਜਿਹੜਾ ਬੜਾ ਅਸੈਂਬਲੀ ਹਾਲ ਆ, ਪ੍ਰਿੰਸੀਪਲ ਹਾਲ ਦੇ ਅਤੇ ਬੜੇ ਹਾਲ ਦੇ ਵਿਚਾਲੇ ਇੱਕ ਡੇੜੀ ਆ, ਲੈਫਟ ਹੈਂਡ ਬਰਾਮਦਾ ਆ, ਇਹ ਕਿਸੇ ਨੇ ਨਾ ਸ਼ੁਰੂ ਕਰਨ ਲੱਗੇ ਨੇ, ਕੋਈ ਉਹਨੂੰ ਪ੍ਰੋਬਲਮ ਆ ਗਈ, ਹਟ ਗਿਆ। ਅਤੇ ਮੈਂ ਅਤੇ ਮੇਰੇ ਛੋਟੇ ਭਾਈ ਨੇ ਮੈਂ ਕਿਹਾ ਵੀ ਅਸੀਂ ਤੁਹਾਨੂੰ ਇਹ ਕੰਪਲੀਟ ਕਰ ਦਿੰਦੇ ਉਹ ਹਾਲ। ਉਹ 'ਚ ਸਾਡੇ ਤਿੰਨ ਸਾਲ ਲੱਗ ਗਏ, 5-6 ਹੋਰ NRI ਨੇ ਦਿੱਤਾ ਜੀ। ਇੱਕ ਰਜਿੰਦਰ ਸਿੰਘ ਚੌਹਾਨ ਆ, ਮੈਨੂੰ ਅਜੇ ਤੱਕ ਪਤਾ, ਉਹਨਾਂ ਨੇ ਇੱਕ ਸਾਈਡ ਤੇ ਬਣਾਇਆ, ਇੱਕ ਕਿਸੇ ਨੇ ਹਨਾ ਹੋਰ ਨਾਂ ਬਾਬਾ ਜੀ ਦਾ ਲਿਖਾਇਆ, ਉਹਨਾਂ ਨੇ ਬਣਾਇਆ। ਇਹ ਸਾਰਾ ਜਿਹੜਾ ਅਸੀਂ ਬਣਾਇਆ ਇਹਦੇ 'ਚ ਕਾਲਜ ਸਾਰਾ ਉਹ ਪਰਲੀ ਸਾਈਡ 'ਤੇ ਬੱਚੇ ਇਹ ਕੰਪਲੀਟ ਹੋ ਕੇ ਚੱਲਣ ਲੱਗ ਪਿਆ ਜੀ ਜੀ। ਉਸ ਤੋਂ ਅੱਗੇ ਫਿਰ ਅਸੀਂ ਗਏ ਕੁਦਰਤੀ, ਇਹ ਕਦੋਂ ਹੋ ਗਿਆ, 1913
ਦੇਖੋ 1992 ਤੋਂ 1995 ਤੱਕ ਪਹਿਲਾ ਹਾਲ ਬਣਿਆ ਜਿੱਥੇ ਸਰਦਾਰ ਭਗਤ ਸਿੰਘ ਜਾਂ ਉਹ ਪ੍ਰਿੰਸੀਪਲ ਦਾ ਹਾਲ ਇਹ ਬਣਿਆ ਜੀ ਜੀ ਜਿਵੇਂ ਪਹਿਲਾਂ ਤੁਸੀਂ ਦੱਸ ਪਹਿਲਾਂ ਦੱਸਿਆ 95 ਤੋਂ 98 ਤਾਂ ਉਹ ਜਿਹੜਾ ਬੜਾ ਹਾਲ ਆ ਗਵਲਾ ਬਰਾਮਦਾ 3 ਸਾਲਾਂ ਚ ਇਹ ਕੰਪਲੀਟ ਹੋਇਆ ਅੱਛਾ ਸ੍ਰੀ ਅਕਾਲ ਮੇਰੇ ਵੱਲੋਂ ਸਾਰੇ ਥੈਂਕ ਯੂ ਜੀ ਬਹੁਤ ਬਹੁਤ ਜਿਹਨਾਂ ਨੇ ਆਹ ਪ੍ਰੋਗਰਾਮ ਸ਼ੁਰੂ ਕੀਤਾ ਪਿੰਡ ਦੇਖ ਕੇ ਬਹੁਤ ਸੋਹਣਾ ਲੱਗਾ ਹਾਂਜੀ ਤੇ ਬਹੁਤ ਅਸੀਂ ਮੁਹੱਬਤ ਪਿਆਰ ਨਾਲ ਰਹਿ ਰਹੇ ਹਾਂ ਜੀ ਸ਼ੁਰੂ ਤੋਂ ਬਹੁਤ ਚੰਗੀ ਤਰ੍ਹਾਂ ਰਹਿ ਰਹੇ ਠੀਕ ਹੈ ਜੀ ਬਹੁਤ ਧੰਨਵਾਦ ਜਿਹੜਾ ਪ੍ਰਵੀਨ ਜੀ ਹੋਰਾਂ ਨੇ ਬੜੇ ਵਧੀਆ ਤਰੀਕੇ ਨਾਲ ਦੱਸਿਆ ਹੈਗਾ ਅਤੇ ਗੁਰਦਾਵਰ ਜੀ ਵੀ ਬੈਠੇ ਹੈਗੇ ਪਿੱਛੇ ਅਤੇ ਗੁਰਦਾਵਰ ਜੀ ਨੂੰ ਮਾਈਕ ਦਿਓ ਜੀ ਗੁਰਦਾਵਰ ਜੀ ਨੂੰ ਵੀ ਪੁੱਛਾਂਗੇ ਕਿ ਗੁਰਦਾਵਰ ਹੈ ਕਿ ਸ਼ਾਇਦ ਮੈਂ ਨਾਂ ਤੱਕ ਨਹੀਂ ਸੌਦਾਗਰ ਓ ਸੋਰੀ ਸੌਦਾਗਰ ਜੀ ਸੋਰੀ ਸੌਦਾਗਰ ਜੀ ਕੀ ਕਹਿਣਾ ਚਾਹੁੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖੜੇ ਹੋ ਜਾਓ ਸੌਦਾਗਰ ਜੀ ਆਪਾਂ ਬੈਠੇ ਠੀਕ ਆ ਨਹੀਂ ਖੜੇ ਹੋ ਜਵਾਨ ਹੋ ਹਾਂਜੀ ਹਾਂਜੀ ਇਹ ਮੇਰੀ ਮੰਮ ਦਾ ਪਿੰਡ ਆ ਵਧੀਆ ਪਿੰਡ ਆ ਜੀ ਕਾਫੀ ਦਫਾ ਗਏ ਆਪਾਂ ਉੱਥੇ ਮੁਹੱਬਤ ਮਿਲਦੀ ਹੈਗੀ ਕਿੰਨਾ ਕੁ ਪਿਆਰ ਮਿਲਦਾ ਪਿਆਰ ਮਿਲਦਾ ਪਤਾ ਛੋੜੇ ਹੁੰਦੇ ਜਾਂਦੇ ਆ ਜੀ ਹੁਣ ਮੇਰੇ ਮਾਮੇ ਨੇ ਵੀ ਮਸਜਿਦ ਬਣਾਈ ਉੱਥੇ ਹਾਂਜੀ ਇੱਕ ਦਫਾ ਦੇਖੀ ਸੀ ਜਦੋਂ ਬਣਾਉਂਦਾ ਸੀਗਾ ਜੀ ਉਦੋਂ ਤਾਂ ਮੈਂ ਗਿਆ ਨੀ ਮੈਨੂੰ 2008 ਚ ਗਿਆ ਸੀ ਮੈਂ ਬੜੀ ਵੱਡੀ ਲਿਸਟ ਮੈਨੂੰ ਦਿਖਾਈ ਸੀ ਵੈਸੇ ਕਿਉਂਕਿ ਪਿੰਡ ਹੀ ਬੜਾ ਵੱਡਾ ਹੈਗਾ ਤੇ ਪਿੰਡ ਦੇ ਵਿੱਚ ਕੰਮ ਵੀ ਬੜੇ ਹੋਏ ਆ ਖਾਸ ਕਰਕੇ ਅਸੀਂ ਡਾਕੂਮੈਂਟਰੀ ਦੇ ਵਿੱਚ ਐਜੂਕੇਸ਼ਨ ਦੇ ਬਾਰੇ ਦੇਖ ਰਹੇ ਸੀ ਖਾਸ ਕਰਕੇ ਵੂਮੈਨ ਕਾਲਜ ਜਿਹੜਾ ਹੈਗਾ ਉਹਦੇ ਬਾਰੇ ਤੁਸੀਂ ਜਾਣਕਾਰੀ ਪਾਓ ਕਿ ਜਿਹੜਾ ਉਹ ਕਾਲਜ ਜਿਹੜਾ ਹੈਗਾ ਉਹਦੇ ਵਿੱਚ ਤੁਹਾਡੀ ਬੜੀ ਸੇਵਾ ਹੈਗੀ ਸ਼ੁਰੂ ਤੋਂ ਤੁਸੀਂ ਜਦੋਂ ਫਾਊਂਡੇਸ਼ਨ ਰੱਖੀ ਗਈ ਤੇ ਉਦੋਂ ਤੋਂ ਤੁਸੀਂ ਉਹਦੇ ਨਾਲ ਸੀ ਕੀ ਕਹਿਣਾ ਚਾਹੋਗੇ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਪਹਿਲੇ ਤਾਂ ਮੈਂ ਸਿੱਖ ਚੈਨਲ ਦਾ ਬਹੁਤ ਅੱਛਾ ਹੈ ਕਿ ਜਿਹੜਾ ਅੱਜ ਅਸੀਂ ਇੱਥੇ ਹਾਜ਼ਰ ਹੋਏ ਹਾਂ ਲੇਕਿਨ ਮੈਂ ਕਦਾਲਾ ਪਿੰਡ ਬਹੁਤ ਅੱਛਾ ਹੈ ਬੜਾ ਵੱਡਾ ਪਰ ਮੇਰਾ ਪਿੰਡ ਕਲੋਏ ਆ ਮੈਂ ਸੰਬੰਧਿਤ ਪਬਲਿਕ ਖਾਲਸਾ ਕਾਲਜ ਫਾਰ ਵੂਮੈਨ ਕਦਾਲਾ ਜੱਟਾਂ ਨਾਲ ਆ ਰਹੀ ਹਾਂ ਤੇ ਉੱਥੇ 1992 ਦੇ ਵਿੱਚ ਮੈਨੂੰ ਮੇਰਾ ਬ੍ਰਦਰ ਸਰਪੰਚ ਸੀ ਗੁਰਮੇਲ ਸਿੰਘ ਪਟਿਆਲ ਟੈਲੀਫੋਨ ਆਇਆ ਕਿ ਕਦਾਲਾ ਜੱਟਾਂ ਇੱਕ ਮਕਾਨ 'ਚ ਕਾਲਜ ਬਣਾਉਣ ਲੱਗੇ ਆ ਆਪ ਕੀ ਹੈਲਪ ਕਰੋਗੇ ਅਸੀਂ ਉਹਨਾਂ ਨੂੰ ਕਿਹਾ ਕਿਹੜੇ ਸਾਲ ਦੀ ਗੱਲ ਹੈ 1992 ਹਾਂਜੀ ਉਸ ਤੋਂ ਬਾਅਦ ਇਹ ਉਹਨਾਂ ਨੇ ਫਿਰ ਸਾਨੂੰ ਨਕਸ਼ਾ ਭੇਜਿਆ ਅਸੀਂ ਉਹਨਾਂ ਨੂੰ ਕਿਹਾ ਕਿ ਆਹ ਜਿਹੜਾ ਕਿਉਂਕਿ ਜੋ ਪਿੰਡ ਚੋਂ ਆਉਂਦੇ ਹਨ ਤਾਂ ਬਾਹਰ ਤਾਂ ਮੈਪ ਨਕਸ਼ਾ ਵੀ ਛੋਟਾ ਬਣਦਾ ਅਸੀਂ ਉਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਸਾਨੂੰ ਇਜਾਜ਼ਤ ਦਿਓ ਅਸੀਂ ਇਹ ਕਾਲਜ ਤੁਹਾਨੂੰ ਬਣਾ ਕੇ ਦੇ ਦਿੰਦੇ ਠੀਕ ਹੈ ਉਸ ਤੋਂ ਬਾਅਦ ਪਿੰਡ ਨੇ ਜ਼ਮੀਨ ਕਾਲਜ ਨੂੰ ਦੇ ਦਿੱਤੀ ਸਾਨੂੂੰ ਉਹਨਾਂ ਨੇ ਫੋਨ ਕੀਤਾ ਕਿੰਨੀ ਜ਼ਮੀਨ ਦੇ ਵਿੱਚ 8 ਏਕੜ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ 5 ਲੱਖ ਦਾ ਡਰਾਫਟ ਭੇਜ ਰਹੇ ਹਾਂ ਲੇਕਿਨ ਜਿੱਦਣ ਮੈਂ ਪਹਿਲੇ ਦਿਨ ਗਿਆ ਉੱਥੇ ਜਾਂ ਮੇਰੇ ਨਾਲ ਜਿਹੜੀ ਗੱਲਬਾਤ ਚੱਲੀ ਆ ਉਹ 5 ਆਦਮੀ ਸੀ ਗੁਰਮੇਲ ਸਿੰਘ ਬੜਿਆਲ ਸਰਪੰਚ ਕਲੋਏ ਅਵਤਾਰ ਸਿੰਘ ਬਡਾਲਾ ਸਰਦਾਰ ਮੋਤਾ ਸਿੰਘ ਕਲੋਏ ਨਿਰਮਲ ਸਿੰਘ ਮਾਸਟਰ ਨਿਰਮਲ ਸਿੰਘ ਮਾਲੀ ਦੇਹਰੀਵਾਲ ਸਰਦਾਰ ਮਹਿੰਗਾ ਸਿੰਘ ਬਾਪਕਦਰ ਇਹ ਮੇਰੇ ਦੋਸਤ ਸੀ ਇਹਨਾਂ ਨੇ ਸਾਡੇ ਨਾਲ ਗੱਲ ਸ਼ੁਰੂ ਕੀਤੀ ਜਿੱਥੋਂ ਕਿ ਅਸੀਂ ਉਹਨਾਂ ਨਾਲ ਟੱਚ ਹੋਏ ਖੈਰ ਇਹਨਾਂ ਦੇ ਕਹਿਣ ਅਨੁਸਾਰ ਮੈਂ ਉੱਥੇ ਗਿਆ ਉੱਥੇ ਮੈਂ ਪਹੁੰਚ ਗਿਆ ਤੇ ਪਹੁੰਚਣ ਦੇ ਨਾਲ ਮੈਨੂੰ ਉੱਥੇ ਸਰਪੰਚ ਕਦਾਲਾ ਜੱਟਾਂ ਪਹਿਲੀ ਦਫਾ ਮਿਲੇ ਆ ਅਵਤਾਰ ਸਿੰਘ ਜਥੇਦਾਰ ਅਵਤਾਰ ਸਿੰਘ ਮਾਸਟਰ ਨਿਰਮਲ ਸਿੰਘ 3-4 ਆਦਮੀ ਇਹ ਉੱਥੇ ਮਿਲੇ ਆ ਖੈਰ ਉਸ ਵੇਲੇ ਕੋਈ ਅੱਛੇ ਹਾਲਾਤ ਨਹੀਂ ਸੀਗੇ ਪੁਲਿਸ ਨੇ ਮੇਰੇ ਦੁਆਲੇ 30-40 ਪੁਲਿਸਮੈਨ ਆ ਗਏ ਵੀ ਅੱਛਾ ਲੇਕਿਨ ਉਸ ਰਾਤ ਤੋਂ ਬਾਅਦ ਫਿਰ ਮੈਂ ਹੁਸ਼ਿਆਰਪੁਰ ਮੈਨੂੰ ਉਹਨਾਂ ਨੇ ਠਹਿਰਾਇਆ ਪੁਲਿਸ ਮੇਰੀ ਸਿਸਟਰ ਦੀ ਕੋਠੀ ਸੀ ਖੈਰ ਜਿਹੜੀ ਚੀਜ਼ ਮੈਂ ਦੱਸਣੀ ਚਾਹੁੰਦਾ ਜਦ ਮੈਂ ਦੂਸਰੇ ਦਿਨ ਉੱਥੇ ਗਿਆ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਆਦਮੀ ਸੀਗਾ ਥੋੜੇ ਨਹੀਂ ਸੀ 100 ਆਦਮੀ ਹਾਰ ਲੈ ਕੇ ਖੜਾ ਹੋ ਬੜਾ ਵੱਡਾ ਬੈਂਡ ਵੱਜੇ ਉਧਰ ਸੰਤ ਹਰਖੋ ਵਾਲੀਏ ਇੱਕ ਦਸੂਹੇ ਤੋਂ ਸੰਤ ਆਇਓ ਸੀ ਬੜਾ ਵੱਡਾ ਕੀਰਤਨ
ਯਾਨੀ ਮੈਂ ਲਾਈਫ ਚ ਉਹ ਪਹਿਲੀ ਦਫਾ ਯਾਨੀ ਕਿ ਇੱਕਦਮ ਇੱਕਦਮ ਗੱਲ ਹੋਈ ਤੇ ਇੰਨੀ ਵੱਡੀ ਤਿਆਰੀ ਦੇ ਹਜ਼ਾਰਾਂ ਦੇ ਹਿਸਾਬ ਨਾਲ ਆਦਮੀ ਸੀਗੇ ਹਨ ਅਸੀਂ ਉੱਥੇ ਗਏ ਮੱਥਾ ਟੇਕਿਆ ਉਸ ਤੋਂ ਬਾਅਦ ਮੈਨੂੰ ਨਾ ਜੰਗਲ ਹੀ ਸੀਗਾ ਰੋਡ ਜੀ ਬਣਾ ਕੇ ਉਹਨਾਂ ਨੇ ਨੀਂਹ ਪੱਥਰ ਰਖਾਇਆ ਮੁੜ ਕੇ ਆਇਆ ਤੇ ਵੈਸੇ ਮੈਂ ਬਹੁਤ ਖੁਸ਼ ਹੋਇਆ ਵੀ ਸਾਡੇ ਇਲਾਕੇ ਦੇ ਵਿੱਚ ਇਹ ਚੀਜ਼ ਬਣਨ ਲੱਗੀ ਆ ਜਿਹੜਾ ਸਾਡੀ ਫੈਮਿਲੀ ਨੇ ਕਿਹਾ ਕਿ ਅਸੀਂ ਇਹ ਕਾਲਜ ਬਣਾ ਦਿੰਦੇ ਹਾਂ ਤੇ ਅੱਛੀ ਚੀਜ਼ ਆ ਮੱਥਾ ਟੇਕਣ ਤੋਂ ਬਾਅਦ ਫਿਰ ਮੈਨੂੰ ਟਾਈਮ ਦਿੱਤਾ ਬੋਲਣ ਵਾਸਤੇ ਤੇ ਮੈਂ ਜੋ ਵੀ ਸ਼ਬਦ ਬੋਲਣੇ ਸੀ ਬੋਲ ਕੇ ਤੇ ਮੈਂ ਉਹਨਾਂ ਨੂੰ ਇਹ ਜ਼ਰੂਰ ਕਿਹਾ ਕਿ ਇਸ ਕਾਲਜ ਦਾ ਮੈਂ ਨੀਂਹ ਤੋਂ ਬਨੇਰੇ ਤੱਕ ਆਪ ਦੇ ਨਾਲ ਰਹੂੰਗਾ ਔਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ 5 ਲੱਖ ਦਾ ਡਰਾਫਟ ਦਿੱਤਾ ਪਹਿਲੇ ਪਾਰਟ ਦੇ ਵਿੱਚ ਅਸੀਂ ਉਹ ਜਿਹੜਾ ਇਹਨਾਂ ਦੇ ਰੂਮ ਸੀ ਨਾ